ਸਸਗੇ ਜਮਾਂਗੂ ਆਪਣੇ ਘਰ ਹੀ ਰਹਿੰਦਾ ਜੰਦੀਆ ਬੰਦਰ ਪਰਿਵਾਰ ਚੋਂ ਆਇਆ ਜਿੰਨੇ ਉਹਨਾਂ ਕੋਲੇ ਬੱਚੇ ਬੱਚੀਆਂ ਸਾਥਿਆਲੇ ਆਉਂਦੇ ਇਸ ਤਰ੍ਹਾਂ ਬੀਬੀਆਂ ਨੂੰ ਵੀ ਵੀਰਾਂ ਨੂੰ ਵੀ ਹਰ ਵਕਤ ਸੰਥੇ ਕਰਾਈ ਜਾਂਦੇ ਐ ਪੇਟਾ ਰਹਿ ਤੋ ਸੇਵਾ ਕਰਦੇ ਐ ਤਾਂ ਪਿਆਰੇ ਘਰਸਾ ਜੀ ਨਗਰਾਂ ਦੇ ਵਿੱਚ ਬਰ ਸਿੱਖ ਵਸਦੇ ਐ ਪਰ ਜਿੱਥੇ ਕਿਤੇ ਬਾਪੂ ਗਰਪਾਲ ਸਿੰਘ ਜੀ ਆਪ ਸੇਵਾ ਕਰਦੇ ਸੀ ਤੇ ਸਾਰੀ ਸੰਗਤ ਵੀ ਉਸੇ ਤਰ੍ਹਾਂ ਅੱਜ ਤੱਕ ਉਹ ਚੱਲੀ ਚੱਲੀ ਆਉਂਦੀ ਐ ਜਿੰਕੀ ਆਸਾ ਦੀ ਵਾਰਦਾਾ ਕੀਰਤਨ ਸ਼ੁਰੂ ਕੀਤਾ ਤੇ ਅੱਜ ਤੱਕ ਹੋਈ ਜਾਂਦਾ ਐ ਪਿਆਰੇ ਘਰਸਾ ਜੀ ਅੱਗੇ ਮਸਜਿਆਂ ਨੂੰ ਬਨਾਰੇ ਘਟਾਉਂਦੇ ਤੇ ਸੰਤ ਚਮਕੀ ਲਾਉਣੀ ਸਾਰੇ ਜੱਥੇ ਨੇ ਤੇ ਸਾਰੇ ਲੱਗਰ ਨੇ ਬੈਠ ਕੇ ਸੁਣਨਾ ਉਹਨਾਂ ਦੀਆਂ ਕੀਤਿਆਂ ਹੋਈਆਂ ਕਿਰਪਾ ਅੱਜ ਚੱਲੀ ਜਾ ਰਹੀਆਂ ਗੁਰਖਾ ਦੀਆਂ ਜੇੜਾ ਸਾਧ ਕੀ ਮਹਿਮਾ ਬੇਦ ਨਾ ਜਾਣਾ ਜਿੱਦਾਂ ਸੁਣਾ ਜਿੱਦਾਂ ਰਖਿਆਣਾ ਸਰਿੰਦਰ ਕੌਰੇ ਤੋਂ ਨਈਓ ਗੁਣ ਲਿਖ ਤੈਥੋਂ ਹੋਣੇ ਉਹ ਮੁੜ ਕੇ ਆਉਣੇ ਨਹੀਂ ਬੀਤੇ ਦਿਨ ਜ਼ਿੰਦਗੀ ਦੇ ਸੋਹਣੇ ਪਿਆਰੇ ਖਾਲਸਾ ਜੀ ਉਹ ਜਿਹੜੇ ਦਿਨ ਬੀਤ ਗਿਓ ਨਹੀਂ ਆਉਣੇ ਪੂਰ ਦੀ ਬੇੜੀ ਤਰੰਜਨ ਦੀਆਂ ਕੁੜੀਆਂ ਮੁੜਨਾ ਵਹਿਂਝੀਆਂ ਭਲਕੇ ਜਿਹੜੇ ਪੁળા ਦੀ ਲੰਘਿਆ ਪਾਣੀ ਤੇ ਮੁੜ ਨਹੀਂ ਲੰਘਣਾ ਭਲਕੇ ਜਿਹੜਾ ਸਮਾਂ ਬੀਤ ਗਿਆ ਉਹ ਕਦੇ ਮੁੜ ਕੇ ਨਹੀਂ ਆਉਣਾ ਤਾਂ ਗਿਆਨੀ ਕ੍ਰਿਪਾਲ ਸਿੰਘ ਜੀ ਤੁਹਾਡੇ ਕੋਲ ਜਿਸ ਵੇਲੇ ਵੀ ਜਾਂਦੇ ਸਰਪੰਚ ਸੀ ਪਿੰਡ ਦੇ ਸਰਪੰਚ ਦੀਆਂ ਕਿੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਖੂਬ ਨਿਭਾਈਆਂ ਛੇਤੀ ਛੇਤੀ ਕਿਸੇ ਨੂੰ ਠਾਣੇ ਨਾਲ ਜਾਣ ਦੇਣਾ ਇੱਥੇ ਨਵੇੜਾ ਨਵੇੜ ਦੇਣਾ ਬੈਠ ਕੇ ਤੇ ਪਰ ਅਸੀਂ ਵੀ ਪੜਨ ਵਾਲੇ ਬਹੁਤ ਹੁੰਦੇ ਆ ਗੁਰਪਾਲ ਸਿੰਘ ਹਰਮਿਤ ਸਿੰਘ ਵਰਗੇ ਅਸੀਂ ਸਾਰੇ ਇਕੱਠੇ ਜਾਂਦੇ ਪੜਨ ਉਹਨਾਂ ਦੇ ਕੋਲ ਜਿਹੜੇ ਵੇਲੇ ਉਹਨਾਂ ਨੇ ਆ ਜਾਣਾ ਕਾਲਿਆ ਜੀ ਤੱਕੇ ਥੱਕੇ ਹੋਣੇ ਉਸੇ ਵੇਲੇ ਪੜਨ ਬਹਾਲ ਲੈਣਾ ਤੇ ਸੰਥਿਆ ਉਹਨਾਂ ਨੇ ਜਿਹੜੀ ਦੇਣੀ ਉਹ ਦੇ ਕੇ ਤੋੜਨਾ ਪਿਆਰੇ ਖਾਲਸਾ ਜੀਓ ਆਓ ਬਾਬਾ ਦਰਸ਼ਨ ਸਿੰਘ ਜੀ ਜਥੇਦਾਰ ਸਾਹਿਬ ਦਾਦੂ ਵਾਲੇ ਪਹੁੰਚ ਚੁੱਕੇ ਆ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਕਿਝਕਾਰਾ ਬੱਲੇ ਸੋਨਿਹਾਲੇ ਸਤਿ ਸ਼੍ਰੀ ਅਕਾਲ ਇਹਨਾਂ ਨੂੰ ਸਤਿਗੁਰ ਦੇ ਰੋਗਤਾ ਤੇ ਜਿੰਨੇ ਦਿਨ ਹੈ ਨਾਮ ਜਪ ਜਾਂਚ ਪਾਉਂਦੇ ਆਪਣੇ ਚਰਨਾਂ ਵਿੱਚ ਜੋੜਨ ਮੈਂ ਇੱਕੋ ਕਮਤਾ ਕਹਿ ਕੇ ਖਿਮਾ ਜੀ ਜੱਚ ਹੋ ਜਾਣਾ ਪਿਆਰੇ ਖਾਲਸਾ ਜੀਓ ਆਓ ਗੁਰੂ ਦਾ ਖਾਲਸਾ ਸਤਿਗੁਰ ਪਿਤਾ ਜੀਆਂ ਨੇ ਖੰਡੇ ਵਿੱਚੋਂ ਪੈਦਾ ਕੀਤਾ ਖੰਡੇ ਵਿੱਚੋਂ ਕੇ ਦਇਆ ਸਿੰਘ ਜੀ ਦਲਬਰ ਕੌਮ ਦੇ ਮਸ਼ਹੂਰ ਟਾਡੀ ਦੋਲਣਾ ਲਿਖਦੇ ਐ ਕਹਿੰਦੇ ਤੇਗ ਵਿੱਚੋਂ ਪੈਦਾ ਹੋਇਆ ਗਾਤਰੇ ਚ ਤੇਗ ਰੱਖੇ ਵਾਹ ਜੀ ਤੇਗ ਵਿੱਚੋਂ ਪੈਦਾ ਹੋਇਆ ਗਾਤਰੇ ਚ ਤੇਗ ਰੱਖੇ ਤੇ ਬਾਟੇ ਚ ਰਗੜ ਪੀਤਾ ਖੰਡਾ ਤੇਰੇ ਖਾਲਸੇ ਹੱਥਾਂ ਵਿੱਚ ਸੇਵਾ ਇਹਦੇ ਪੈਰਾਂ ਚ ਨਵਾਬੀਆਂ ਨੇ ਹੱਥਾਂ ਵਿੱਚ ਸੇਵਾ ਇਹਦੇ ਪੈਰਾਂ ਚ ਨਵਾਬੀਆਂ ਨੇ ਤੇ ਕੇਸਰੀ ਚਲਾਇਆ ਉੱਚਾ ਠੰਡਾ ਤੇਰੇ ਖਾਲਸੇ ਦਿਲ ਵਿੱਚ ਪਿਆਰੇ ਦੇ ਨੈਣਾ 'ਚ ਅਕਾਲ ਵੱਸੇ ਦਿਲ ਵਿੱਚ ਪਿਆਰੇ ਦੇ ਨੈਣਾ 'ਚ ਅਕਾਲ ਵੱਸੇ ਤੇ ਜ਼ਾਲਮਾਂ ਦਾ ਕੱਢ ਦਿੱਤਾ ਕੰਡਾ ਤੇਰੇ ਖਾਲਸੇ ਭੰਬੜ ਜੁਲਮ ਵਾਲਾ ਮੱਚਦਾ ਸੀ ਦਿਲਬਰ ਜੀ ਤੇ ਜੇ ਕੇ ਕੁਰਬਾਨੀ ਕੀਤਾ ਠੰਡਾ ਤੇਰੇ ਖਾਲਸੇ ਵਾਹ ਵਾਹ ਕੁਰਬਾਨੀਆਂ ਦੇ ਕੇ ਤੇਰਾ ਖਾਲਸਾ ਠੰਡੇ ਕਰਦਾ ਆ ਚੰ ਭੰਬੜਾਂ ਨੂੰ ਜੁਲਮਾਂ ਜਾਂ ਨੂੰ ਮੱਚਦਿਆਂ ਨੂੰ ਬਾਬਾ ਦਰਸ਼ਨ ਸਿੰਘ ਜੀ ਦਾਦੂ ਬਾਰੇ ਤੇ ਉਹਨਾਂ ਦੀ ਨਾਲ ਦੀ ਸੰਗਤ ਵੱਲੋਂ ਸਮੁੱਚੀ ਵੱਲੋਂ ਮਾਨ ਆਇਆ ਸਤਿਗੁਰ ਚੜ੍ਹਦੀ ਕਲਾ ਵਕਸ਼ਣ ਤੇ ਮੇਰੇ ਸਤਿਗੁਰਾਂ ਨੇ ਖੰਡੇ ਵਿੱਚੋਂ ਖਾਲਸਾ ਪੈਦਾ ਕਰ ਦਿੱਤਾ ਤੇ ਉਹ ਖਾਲਸਾ ਅੱਜ ਸਮੇ ਸਮੇਂ ਦੀਆਂ ਜ਼ੁਲਮ ਦੀਆਂ ਜਦੋਂ ਹਨੇਰੀਆਂ ਚੱਲਦੀਆਂ ਤੇ ਉਸ ਦੀ ਟੱਕਰ ਲੈਂਦਾ ਤੇ ਧੰਨ ਦਸ਼ਮੇਸ਼ ਪਿਤਾ ਨੇ ਉੱਚੀ ਸਟੇਜ ਤੇ ਖੜ ਕੇ 16 ਸੀ ਨਿਹੰਗ ਵਸਾਖੀ ਨੂੰ ਆਖਿਆ ਸੀ ਕਹਿੰਦੇ ਸਿੰਘੋ ਮੈਨੂੰ ਸਿਰਦੀ ਲੋੜ ਐ ਜੇ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਈ ਗੜੀ ਮੋਰੀ ਆਓ ਇਤ ਮਾਰਗ ਪੈਰ ਧਰੀਜੈ ਸਿਰਦੀਜੈ ਕਣਨਾ ਕੀਜੈ ਪਰ ਇੱਕ ਵਾਰੀ ਬੋਲਣ ਤੇ ਕੋਈ ਨਾ ਉਠਿਆ ਤੇ ਮੇਰੇ ਵਾਜਾਂ ਵਾਲੇ ਸਤਗੁਰਾਂ ਨੇ ਸਰਰ ਕਰਦੀ ਤਲਵਾਰ ਐ ਜਿਹੜੀ ਹਵਾ ਵਿੱਚ ਹਲਉਰੀ ਐ ਤੇ ਉਸ ਵੇਲੇ ਕਹਿਣਾ ਕੀਤਾ ਕਹਿੰਦਾ ਨਾਗਾ ਨੂੰ ਪਾਵਾਂਗਾ ਥੀਰਾਂ ਦੇ ਅੱਗੇ ਤੇ ਬਿਜਲੀ ਨਚਾਉਂ ਥੀਰਾਂ ਦੇ ਅੱਗੇ ਮੈਂ ਟੁੱਟੀ ਹੋਈ ਗਰੀਬਾਂ ਦੀ ਕਿਸਮਤ ਨੂੰ ਜੋੜਾਂ ਇੱਕ ਤਾਂ ਮੁਝੇ ਰਹਿਮ ਕਰੇ ਤੇਰੀਆਂ ਜਦੋਂ ਸੰਤ ਸਿਪਾਹੀ ਐ ਸੱਕੜਿਆ ਜਿਹਦੇ ਮੂਰੇ ਸੂਰਮਾ ਕੋਈ ਅੜਿਆ ਜਦੋਂ ਕੱਲਾ ਸਮਾ ਲੱਖ ਨਾਲ ਲੜਿਆ ਮੈਦਾਨ 'ਚ ਲਿਆਵੇ ਨੇਰੀਆਂ ਜੀ ਜੰਝ ਛੜ ਪیتے ਉਹ ਖਾਲਸਾ ਰਾਂ ਨਾਂ ਵਿੱਚ ਡਟਦਾ ਹੈ ਛਾਤੀਆਂ ਤਾਣ ਕੇ ਮੈਦਾਨ ਵਿੱਚ ਲੜੇ ਜੋਧਾ ਤੇ ਕਦੇ ਸੂਰਮਾ ਪਿੱਛੇ ਨਾ ਹਟਦਾ ਹੈ ਸ੍ਰਿੰਦਰ ਕੌਰੇ ਨਾ ਡਰਿਆ ਮੌਤ ਕੋਲੋ ਤੇ ਬੈਕ ਯਾਰਿਆਂ ਥੱਲੇ ਵੀ ਹੱਸਦਾ ਹੈ ਇਹ ਗੁਰੂ ਦੇ ਖਾਲਸੇ ਦੀ ਕਵਤਾ ਪਿਆਰੇ ਖਾਲਸਾ ਜੀ ਗਿਆਨੀ ਕ੍ਰਿਪਾਲ ਸਿੰਘ ਜੀ ਦੀ ਕਵਤਾ ਬੋਲਦੇ ਜਥੇ ਤੋਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਸਮੁੱਚੀ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਜੋਗ ਹੈ ਤਾਂ ਮੈਂ ਇੱਥੋਂ ਹੀ प्यारे खालसा जी ਕਿਨਕਾ ਮਾਤਰ ਵਿਦਿਆ ਲੈ ਕੇ ਤੇ ਅੱਜ ਸਟੇਜਾਂ ਤੇ ਬੋਲਣ ਜੋਗਰੀ ਹੋਈਆਂ ਤੇ ਸ਼ਹੀਦਾਂ ਦੀ ਕਿਰਪਾ ਸਦਕਾ ਗਿਆਨੀ ਕ੍ਰਪਾਲ ਸਿੰਘ ਜੀਆ ਦੀ ਕਿਰਪਾ ਤੇ ਨਗਰ ਦੀ ਕਿਰਪਾ ਸਦਕਾ ਪਿਆਰੇ ਖਾਲਸਾ ਜੀਓ ਗੁਰੂ ਕੀ ਸੰਗਤ ਵੱਲੋਂ ਬਹੁਤ ਹੀ ਸਾਰਾ ਮਾਣ ਆਇਆ ਸਤਿਗੁਰ ਚੜ੍ਹਦੀ ਕਲਾ ਵਕਸ਼ਣ ਮੈਨੂੰ ਆਪਣੇ ਨਗਰ ਤੇ ਮਾਣ ਹੈ ਬੜਾ ਮਾਣ ਦਿੰਨੇ ਹੋ ਤਾਂ ਸਤਿਗੁਰ ਸਮੁੱਚੇ ਨਗਰ ਨੂੰ ਕਹਿੰਦੇ ਧੀ ਤਾਂ ਨਾ ਸਿਵਿਆ ਚ ਪਈ ਵੀ ਪੇਕਿਆਂ ਦੀ ਸੁੱਖ ਮੰਗਦੀ ਹੈ ਤੇ ਮੇਰੇ ਪੇਕਿਆਂ ਦੇ ਘਰ ਸੁੱਖ ਹੋਵੇ ਤੇ ਪਿਆਰੇ ਖਾਲਸਾ ਜੀਓ ਆਓ ਤੁਹਾਡੀਆਂ ਅਸੀਰਵਾਦਾਂ ਦੇ ਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਹਿਬ ਸਿਓ ਮੇਲ ਤਾਂ ਹੋਣੀਆਂ ਗਲਤੀਆਂ ਦੀ ਖਿਮਾ ਬਖਸ਼ਣੀ ਅਮਰ ਤੁਸ਼ਕੋ ਗੁਰੂ ਵਾਲੇ ਬਣੋ ਪਿਆਰੇ ਖਾਲਸਾ ਜੀ ਦਿਨ ਖੁਸ਼ੀਆਂ ਦਾ ਆਇਆ ਤੇ ਕੁਛੀ ਨੇ ਤੇ ਦੁਨ ਸੁਭਾਈ ਹੋਵੇ ਅੱਜ ਦੇ ਹੋਲੇ ਮਹੱਲੇ ਮਹੱਲੇ ਦੇ ਦਿਹਾੜੇ ਦੀ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰਾ ਮਾਨ ਮੇਰੇ ਅਤੀ ਸਤਿਕਾਰਯੋਗ ਵੱਡੇ ਭਾਈ ਹਰਮੰਦਰ ਸਿੰਘ ਜੀ ਸੂਬੇਦਾਰੋਂ ਵੱਲੋਂ ਮਾਨ ਇਹਦਰ ਹੋਰ ਵੀਰ ਜੀ ਵੱਲੋਂ ਮਾਨ ਗੁਰੂ ਕੀ ਸੰਗਤ ਵੱਲੋਂ ਪਿਆਰ ਸਤਿਗੁਰ ਚੜ੍ਹਦੀ ਕਲਾ ਵਕਸ਼ਣ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤਿਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰਜੀਕੀ ਫਤਿਹ ਜੀਬਾ ਸੁਰਿੰਦਰ ਕੌਰ ਜੀ ਖਾਲਸਾ ਜਿਨ੍ਹਾਂ ਨੇ ਸੰਗਤਾਂ ਨੂੰ ਆ ਕੋਈ ਹਾਂ ਸੋ ਜਿਨ੍ਹਾਂ ਨੇ ਸੰਗਤਾਂ ਦੇ ਨਾਲ ਇਤਿਹਾਸ ਸਾਡੇ ਬਹੁਤ ਹੀ ਸਤਿਕਾਰਯੋਗ ਸੱਚਖੰਡਵਾਸੀ ਬਾਬਾ ਕਰਪਾਲ ਸਿੰਘ ਜਿਨ੍ਹਾਂ ਨੇ ਆਹ ਹੋਲਾ ਮੱਲਾ ਮਨਾਉਣਾ ਸ਼ੁਰੂ ਕਰਿਆ 163 ਮਾ 55 ਕਵੰਜਾ ਹੋਲਾ ਮੱਲੇ ਆਪ ਮਨਾ ਕੇ ਆਹ ਸੰਗਤਾਂ ਨੂੰ ਗੁਰੂ ਦੇ ਲੜ ਲਾ ਕੇ ਗਏ ਉਹ ਹੁਣ ਵੀ ਹਾਜ਼ਰ ਨਾਜ਼ਰੀ ਨੇ ਸੋ ਉਹਨਾਂ ਦੀ ਕਵਤਾ ਗਾਈ ਬੜਾ ਧੰਨਵਾਦ ਕਰਦੇ ਆ। ਸੋ ਬੇਨਤੀ ਕਰਦੇ ਆ ਬੀਬਾ ਜੀ ਕਿਉਂਕਿ ਬਾਬਾ ਜੀ ਦੇ ਨਾਂ ਤੇ ਕਵਤਾ ਸੁਣਾਈ ਹੈ। ਗੁਰੂ ਘਰ ਦੀ ਸੰਗਤ ਵੱਲੋਂ ਬਖਸ਼ ਪ੍ਰਾਪਤ ਕਰਨ ਨਾਲ ਹੀ ਬਾਬਾ ਗੁਰਚਰ ਸਿੰਘ ਜੀ ਰੋੜੀ ਵਾਲੇ ਸਟੇਟ ਇੱਥੇ ਆਜੋ ਬਾਬਾ ਜੀ ਇੱਥੇ ਬੈਠੋ ਜਦੋਂ ਵੀ ਜਾਮੋਂ ਦੱਸ ਕੇ ਜਾਇਓ ਸਨਮਾਨ ਲੈ ਕੇ ਜਾਇਓ। ਬਾਬਾ ਪ੍ਰੀਤ ਸਿੰਘ ਜੀ ਮੱਲੜੀ ਵਾਲੇ ਉਹ ਵੀ ਆ ਰਹੇ ਨੇ। ਬਾਬਾ ਦਰਸ਼ਨ ਸਿੰਘ ਜੀ ਦਾਦੂ ਵਾਲੇ ਜੋ ਵੀ ਮਹਾਪੁਰਸ਼ ਆ ਰਹੇ ਨੇ। ਸਾਰਿਆਂ ਦਾ ਇਸ ਅਸਥਾਨ ਵੱਲੋਂ ਸੰਗਤ ਵੱਲੋਂ ਤਹਿ ਦਿਲੋਂ ਧੰਨਵਾਦ। ਸੋ ਬੇਨਤੀ ਕਰ ਦਿਆ ਕਿ ਹੁਣ ਆਪ ਜੀ ਨੂੰ ਭਾਈ ਦਰਜੀਤ ਸਿੰਘ ਜੀ ਮੁਖਸਰ ਸਾਹਿਬ ਵਾਲੇ ਬੇਨਤੀ ਹੈ ਕਿਉਂਕਿ ਕਥਾ ਬਾਚਕ ਕੀਰਤਨਗੇ ਜਥੇ ਸਾਰੇ ਪਹੁੰਚਣ ਵਾਲੇ ਨੇ ਟਾਈਮ ਹੈ ਜਿਹੜਾ ਮਿਣਮਾ ਤੋਂ ਲਮੈਂ ਬੇਨਤੀ ਕਰੂ ਮੈਂ ਤਾਂ ਪ੍ਰਚਾਰਕਾਂ ਨੂੰ ਹੀ 5-5 ਮਿੰਟ ਜੋ ਮਹਾਪੁਰਸ਼ ਆਏ ਹੈ। ਇੰਨਾ ਦਾ ਵੀ ਟਾਈਮ ਵਿੱਚੋ ਹੀ ਤੁਸੀਂ ਕੱਢਿਓ 12:00 ਵਜੇ 6-7 ਮਿੰਟ ਹੋ ਗਏ ਨੇ ਸੋ ਮੈਂ ਭਾਈ ਸਾਹਿਬ ਭਾਈ ਦਰਜੀਤ ਸਿੰਘ ਜੀ ਮੁਸਰਸਾਹ ਬੇਨਤੀ ਕਰਾਂ ਵੀ 1:00 ਵਜੇ ਤੱਕ ਉਹ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਗੁਰਮਤਿ ਆ ਵਿਚਾਰਾਂ ਗੁਰੂ ਇਤਿਹਾਸ ਸੁਣਾਉਣਗੇ ਇਸੇ ਤਰ੍ਹਾਂ ਸਰਵਣ ਕਰੋ ਸਾਰੀ ਸੰਗਤ ਬੈਠ ਕੇ ਇਹਨਾਂ ਤੋਂ ਬਾਅਦ ਸਾਡੇ ਇਲਾਕੇ ਦੇ ਬੜੀ ਖੁਸ਼ੀ ਹੈ ਕਿ ਸਾਡੇ ਇਲਾਕੇ ਦੇ ਕਥਾਵਾਚਕ ਨੌਜਵਾਨ ਭਾਈ ਗੁਰਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਪੱਗੂ ਉਹ ਆ ਇਹਨਾਂ ਤੋਂ ਬਾਅਦ ਉਹਨਾਂ ਦਾ ਟਾਈਮ ਆ ਉਦੋਂ ਬਾਅਦ ਮਹਾਪੁਰਸ਼ ਕਥਾ ਬਾਚ ਕਰਾਗੀ ਪਹੁੰਚ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸੋ ਬੇਨਤੀ ਹੈ ਕਿ ਵੀ ਬਾਸ ਰੇਂਦਰ ਕੌਰ ਜੀ ਨੂੰ ਇਸ ਥਾਨ ਵੱਲੋਂ ਬਖਸ਼ ਸਰੋਪਾ ਸੋ ਪ੍ਰਾਪਤ ਕਰਨ ਬੋਲੇ ਸੁਨਿਹਾਨਸ ਸੋ ਧੰਨਵਾਦ ਬੀਬਾ ਜੀ ਦਾ ਇਸ ਤਰ੍ਹਾਂ ਗੁਰੂ ਮਹਾਰਾਜ 기 ਅਰਦਾਸ ਕਰਦੇ ਆ ਕਿ ਬੀਬਾ ਜੀ ਨੂੰ ਧਰਮ ਵਿਚਾਰ ਕਰਨ ਦੀ ਤੰਦਰੁਸਤੀ ਬਖਸ਼ਣ ਤਰੱਕੀ ਬਖਸ਼ਣ ਆਓ ਹੁਣ ਆਪਾਂ ਜਿਆਦਾ ਟਾਈਮ ਨਾ ਲਈਏ ਭਾਈ ਦਲਜੀਤ ਸਿੰਘ ਜੀ ਮੁਖ ਸਰਸਬਾਲੇ ਉਹਨਾਂ ਤੋਂ ਇੱਕ ਵੇਦਕ ਗੁਰੂ ਇਤਿਹਾਸ ਚੋਂ ਗੁਰੂ ਇਤਿਹਾਸ ਗੁਰਮਤਿ ਵਿਚਾਰਾਂ ਸਾਂਝੀਆਂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾ <laughs> ਸਾਹਿਬ ਜੀ ਜੋ ਆਵਤ ਸਰਣ C'est... ਗਰੀਬ ਨਵਾਜ਼ ਸਤਿਗੁਰੂ ਹਲਤ ਪਲਤ ਦੇ ਰਖਿਆਕ ਰਮਤਾ ਬਖਸ਼ਿਸ਼ਾਂ ਦੇ ਮਾਲਕ ਸਤਿ ਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਰਸ ਸਦਕਾ ਆਪਾਂ ਸਾਰੇ ਹੀ ਗੁਰੂ ਚਰਨਾਂ ਵਿੱਚ ਮਿਲ ਜੁੜ ਬੈਠ 71 ਹੋਏ ਹਾਂ ਬੜੇ ਪਿਆਰ ਸਤਿਕਾਰ ਸਹਿਤ ਸਨੀਕ ਮੈਂ ਤੇ ਅਦਬ ਨਾਲ ਬਾਬਾ ਕਿਰਪਾਲ ਸਿੰਘ ਜੀ ਕਰਕੇ ਹੀ ਸੁਣਿਆ ਜਾਣਿਆ ਸਮਝਿਆ ਉਹਨਾਂ ਗੁਰਮੁਖਾਂ ਦੁਆਰਾ ਇਹ ਸੋਹਣੀਆਂ ਸੇਵਾਵਾਂ ਸੋਹਣੇ ਉਦਮ ਉਪਰਾਲੇ ਪ੍ਰਾਰੰਭ ਕੀਤੇ ਗਏ ਕਿਸੇ ਸਮੇਂ ਅੱਜ ਆਪਾਂ ਸਾਰੇ ਉਸੇ ਸਬੰਧ ਵਿੱਚ ਹੋਲੇ ਮਹੱਲੇ ਨੂੰ ਜੋ ਦਿਨ ਆਪਾਂ ਮਨਾਉਂਦੇ ਹਾਂ ਇੱਥੇ ਉਸੇ ਸਬੰਧ ਵਿੱਚ ਇਕੱਤਰ ਹੋਏ ਹਾਂ ਜਦੋਂ ਸਾਡੀ ਜਥੇ ਵੱਲੋਂ ਇੱਕ ਗੱਲ ਕਹੀ ਗਈ ਕਿ ਕਿ ਅਸੀਂ ਸਿੱਖਣ ਜਾਂਦੇ ਸਾਂ ਉਹਨਾਂ ਕੋਲ ਉਹ ਭਾਵੇਂ ਜਿੰਨੇ ਮਰਜੀ ਥੱਕੇ ਹੁੰਦੇ ਬਾਹਰੋਂ ਕੰਮ ਤੋਂ ਆਏ ਹੁੰਦੇ ਸਰਪੰਚ ਵੀ ਸਨ ਪਿੰਡ ਦੇ ਫਿਰ ਵੀ ਮਤਲਬ ਅਸੀਂ ਜਾ ਕੇ ਬੈਠੇ ਹੋਣਾ ਤੇ ਉਹਨਾਂ ਨੇ ਇਹ ਨਹੀਂ ਕਹਿਣਾ ਵੀ ਤੁਸੀਂ ਚਲੇ ਜਾਓ ਅੱਜ ਨਹੀਂ ਕੱਲ ਨੂੰ ਆਇਆ ਜੇ ਉਹਨਾਂ ਨੇ ਉਸੇ ਵੇਲੇ ਸਿਖਾਉਣਾ ਵੀ ਨਹੀਂ ਤੁਸੀਂ ਸਿੱਖੋ ਇਹ ਅਸਲ ਵਿੱਚ ਕਿਉਂ ਹੁੰਦਾ ਆ ਮੈਂ ਇਹ ਬੇਨਤੀ ਕਰਨੀ ਤੇ ਕੌਣ ਕਰ ਸਕਦਾ ਮੇਰੀ ਇੱਕ ਗੱਲ ਤੁਸੀਂ ਬੜੇ ਧਿਆਨ ਨਾਲ ਸਮਝ ਲੈਣਾ ਤੁਹਾਡੇ ਚੋਂ ਕਿਸੇ ਨੇ ਰੱਬ ਦੇਖਿਆ ਮੇਰਾ ਸਵਾਲ ਹੈ ਆਪਣੇ ਆਪ ਨਾਲ ਕਰੋ ਕਿਸੇ ਨੇ ਪ੍ਰਤੱਖ ਰੱਬ ਦੇਖਿਆ ਨਹੀਂ 10 ਜਾਮੇ ਕੀ ਸਨ ਰਬੀ ਸੀ ਔਰ ਕੌਣ ਸੀ ਪਰ ਮਹਾਰਜ ਵਰਤੇ ਸਰੀਰ ਵਿੱਚ ਹੁਣ ਅੱਗੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਚਾਹੇ ਮੈਂ ਤੁਹਾਡੇ ਚ ਬੈਠਾ ਅੱਜ ਮਹਾਰਾਜ ਤੋਂ ਡਰ ਕੇ ਕਹਿੰਦਾ ਮੈਂ ਮੈਂ ਤਾਂ ਹੈ ਤੇ ਸਰੀਰ ਹੀ ਏ ਬਾਡੀ ਏ ਕੋਈ ਨਾਮ ਏ ਮੇਰਾ ਕਿਤੇ ਟਿਕਾਣਾ ਆ ਕਿਤੇ ਰਹਿਣਾ ਆ ਕਿ ਤੂੰ ਸਿੱਖਿਆ ਆ ਕੋਈ ਮਾਪੇ ਨੇ ਕੋਈ ਰਿਸ਼ਤੇਦਾਰ ਨੇ ਕੋਈ ਲਿਆਜੀ ਨੇ ਕੋਈ ਸੱਜਣ ਨੇ ਕੋਈ ਮਿੱਤਰ ਨੇ ਹੈ ਤੇ ਸਰੀਰ ਹੀ ਏ ਨਾ ਪਰ ਰੱਬ ਨੇ ਇਸ ਦੁਨੀਆ ਦੇ ਵਿੱਚ ਜੇ ਸਭ ਤੋਂ ਵੱਡੀ ਮਾਇਆ ਵਰਤਾਈ ਏ ਇਹ ਬੰਦੇ ਦੀ ਬਾਡੀ ਬਣਾ ਕੇ ਵਰਤਾਈਏ ਉੱਪਰ ਕੋਈ ਮਾਇਆ ਨਹੀਂ ਹੈਗੀ ਸਭ ਤੋਂ ਵੱਡੀ ਇਸ ਕਾਇਨਾਤ ਵਿੱਚ ਜਿਹੜੀ ਮਾਇਆ ਵਰਤਦੀ ਉਹ ਬੰਦੇ ਦਾ ਸਰੀਰ ਆ ਇਸ ਸਰੀਰ ਤੋਂ ਉੱਪਰ ਦੁਨੀਆ ਤੇ ਵੱਡੀ ਕੋਈ ਮਾਇਆ ਨਹੀਂ ਤੁਸੀਂ ਹਰਾਨ ਹੋਵੋ ਮਹਾਰਾਜ ਦੀ ਕਿਰਪਾ ਕਰਨ ਆਪਾਂ ਸਾਰੇ ਇਸ ਗੱਲ ਨੂੰ ਸਮਝੀਏ ਕਿ ਸੇਵਾ ਕੌਣ ਕਰ ਸਕਦਾ ਮਹਾਰਾਜ ਕਿੰਦੇ ਤੋਂ ਕਰਵਾਉਂਦਿਆ ਤੇ ਸੇਵਾ ਕਰਨ ਵਾਲਾ ਜਾ ਕੇ ਕਿੱਥੇ ਖੜ ਜਾਂਦਾ ਕਿੱਥੋਂ ਤੱਕ ਸੋਚਦਾ ਆ ਕਿੱਡਾ ਵੱਡਾ ਬਣ ਜਾਂਦਾ ਆ ਮਹਾਰਾਜ ਦੀ ਕਿਰਪਾ ਕਰਨ ਆਪਾਂ ਸਾਰੇ ਸਾਂਝ ਪਾਈਏ ਬੜੇ ਅਦ ਪਿਆਰ ਸਤਿਕਾਰ ਸਹਿਤ ਗੁਰੂ ਘਰ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਬੀ ਗੁਰਬਾਣੀ ਦੇ ਵਿੱਚ ਇੱਕ ਮਹਾਰਾਜ ਜੀ ਦਾ ਬਚਨ ਹੈ ਮਹਾਰਾਜ ਜੀ ਉਹਦੇ ਵਿੱਚ ਜ਼ਿਕਰ ਕਰਦੇ ਕਹਿੰਦੇ ਕਿ ਕਿ ਐ ਪ੍ਰਮਾਤਮਾ ਬੜਾ ਚਿਹਰ ਹੋ ਗਿਆ ਅਸੀਂ ਤੇਰੇ ਤੋਂ ਵਿਛੜੇ ਪਏ ਆ ਤੇ ਵਿਛੜਨ ਦਾ ਕਾਰਨ ਸਾਨੂੰ ਪਤਾ ਹੈ ਵੀ ਆਹ ਆ ਕਾਰਨ ਨੇ ਜਿੰਦੇ ਕਰਕੇ ਅਸੀਂ ਵਿਛੜੇ ਆ ਪਰ ਜੇ ਤੇਰੇ ਤੋਂ ਵਿਛੜਿਆ ਹਾਂ ਹਾਂ ਤੇਰੀ ਤੇਰੇ ਤੋਂ ਬਾਹਰ ਨਹੀਂ ਗੇ ਜੇ ਅਸੀਂ ਤੇਰੇ ਤੋਂ ਵਿਛੜ ਗਏ ਤੇ ਅਸੀਂ ਤੇਰੇ ਆ ਤੇਰੇ ਤੋਂ ਬਾਹਰ ਨਹੀਂ ਗੇ ਦੂਸਰੀ ਗੱਲ ਜੇ ਅਸੀਂ ਵਿਛੜੇ ਆ ਤੇ ਗੁਨਾਹ ਸਾਡੇ ਨੇ ਤੇਰੇ ਨਹੀਂ ਗੇ ਪਰ ਜਿੰਨੇ ਗੁਨਾਹ ਨੇ ਜਿੰਨੇ ਐਬ ਨੇ ਜਿੰਨੀਆਂ ਘਾਟਾਂ ਨੇ ਕੀਤੀਆਂ ਭਾਵੇਂ ਮੈਂ ਨੇ ਮੈਂ ਹਾਂ ਤੇਰਾ ਹੀ ਤੇਰੇ ਤੋਂ ਬਾਹਰ ਨਹੀਂ ਹੋ ਸਕਦਾ ਮੈਂ ਫਿਰ ਸੋਖਾ ਕਰਕੇ ਕਹਿ ਦਵਾ ਮੈਂ ਮੰਨਦਾ ਕਿ ਮੈਂ ਗੁਨਾਹ ਕੀਤੇ ਨੇ ਮੈਂ ਮੰਨਦਾ ਮੈਂ ਗਲਤੀਆਂ ਕਰਦਾ ਆ ਪਰ ਇਹ ਸਾਰਾ ਕੁਝ ਕਰਕੇ ਮੈਂ ਤੇਰੇ ਤੋਂ ਬਾਹਰ ਨਹੀਂ ਹੋ ਸਕਦਾ ਮੈਂ ਤੁਹਾਨੂੰ ਮੈਨੂੰ ਦੂਸਰੇ ਤਰ੍ਹਾਂ ਮੰਨਦਾ ਤੇ ਨਹੀਂ ਇੰਨਾ ਪਤਾ ਵੀ ਉਹ ਇਦਾਂ ਕਰ ਦੇ ਕਿ ਨਹੀਂ ਕਰਦੇ ਆਪਣੇ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਬੰਦਾ ਸਾਰੀ ਉਮਰ ਨਸ਼ਾ ਕਰਕੇ ਮਰ ਗਿਆ ਹੋਵੇ ਸਾਰੀ ਉਮਰ ਉਹਨੇ ਮਤਲਬ ਦੁਨੀਆ ਦਾ ਕੋਈ ਘਟੀਆ ਕੰਮ ਨਾ ਛੱਡਿਆ ਹੋਵੇ ਤੇ ਮਰਨ ਲੱਗਿਆ ਆਪਾਂ ਉਹਦੇ ਕੀ ਕਰਦੇ ਜੀ ਫਿਰ ਪੰਡਤ ਜੀ ਸਾਦੇ ਬਾਬੇ ਨੂੰ ਸਾਦੇ ਬਾਬਾ ਦੀ ਅਰਦਾਸ ਕਰਨ ਦੀ ਪੂਰੀ ਪੈ ਜਾਵੇ ਆਪਾਂ ਖੰਡ ਪਾਠ ਰਖਾਉਣੇ ਸਹਿਜ ਪਾਠ ਰਖਾਉਣੇ ਆ ਪਾਠ ਕਰਾਉਣੇ ਸੁਖਮਣੀ ਸਾਹਿਬ ਦਾ ਜਿਹੜੇ ਪੰਡਤ ਲੋਕ ਨੇ ਉਹ ਜਿਹੜੇ ਹਿੰਦੂ ਲੋਕ ਨੇ ਗ੍ਰਿਹ ਪ੍ਰਾਣ ਦੀ ਕਥਾ ਕਰਵਾਉਂਦੇ ਪਿਆਰੇ ਕਿਉਂ ਪੜਾਂ ਨਹੀਂ ਤੇ ਕੀ ਪਿੰਡ ਵਾਲਿਆਂ ਨੂੰ ਘਰ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕਿ ਵੀ ਸਾਰੀ ਉਮਰ ਤੇ ਸਾਡੀਆਂ ਸਾਡਾ ਲਹੂ ਪੀਂਦਾ ਰਿਹਾ ਤੇ ਹੁਣ ਮਰ ਗਿਆ ਤੇ ਤੇ ਪਾੜ ਰਖਾਈਏ ਉਹ ਕੌਣ ਆ ਜਿਹੜਾ ਮੇਰੇ ਤੁਹਾਡੇ ਅੰਦਰ ਬੈਠਾ ਅੰਦਰ ਬੈਠਾ ਕਹਿ ਰਿਹਾ ਕੋਈ ਨਹੀਂ ਹੁੰਦੇ ਨੇ ਜੋ ਕੀਤਾ ਦਫਾ ਕਰ ਰੱਬ ਜਿਹੜਾ ਇਹਦੇ ਅੰਦਰ ਵਰਤਦਾ ਸੀ ਉਹ ਇਹਨੂੰ ਮਾਫ ਕਰਨ ਦੇ ਸਮਰੱਥ ਹੈ ਦੁਨੀਆ ਦੀ ਗੱਲ ਨਹੀਂ ਮੈਂ ਕਰ ਰਿਹਾ ਤੁਸੀਂ ਗੁਰਬਾਣੀ ਪੜਨ ਵਾਲਿਓ ਸਾਰੇ ਤੁਹਾਡੇ ਚ ਕਈ ਪ੍ਰੇਮ ਕਰਦੇ ਨੇ ਮਹਾਰਾਜ ਨੂੰ ਮਹਾਰਾਜ ਨੇ ਦੋ ਜਾਣਿਆਂ ਦਾ ਗੁਰਬਾਣੀ ਚ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਜੀਵਨ ਬਿਲਕੁਲ ਸੋਹਣਾ ਨਹੀਂਗਾ ਮੈਂ ਠੇਠ ਲਫਜ਼ ਵਰਤਾਂਗਾ ਐਵੇਂ ਗੁੱਸਾ ਨਾ ਕਰ ਜਾ ਜੇ ਇੱਕ ਮਹਾਰਾਜ ਨੇ ਵੇਸਵਾ ਦਾ ਜ਼ਿਕਰ ਕੀਤਾ ਹੁਣ ਤੇ ਇਹ ਪਿੰਡਾਂ ਚ ਸ਼ਹਿਰਾਂ ਚ ਇਹ ਚੀਜ਼ ਬਹਿਣ ਆ ਸਰਕਾਰ ਵੱਲੋਂ ਕਾਫੀ ਟਾਈਮ ਹੋ ਗਿਆ 700 ਸਾਲ ਹੋ ਗਏ ਪਰ ਪਹਿਲਾਂ ਆਮ ਅੱਡੇ ਹੁੰਦੇ ਸਨ ਕੋਠੇ ਹੁੰਦੇ ਸਨ ਇਨੂੰ ਵਾਸਨਾ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਮੈਨੂੰ ਵੀ ਰੱਬ ਨੇ ਤੀ ਦਿੱਤੀ ਮੇਰੇ ਵੀ ਕੋਲ ਕਰਦੀ ਹੈ ਮਾਂ ਆ ਦੋ ਭੈਣਾਂ ਨੇ ਇੱਕ ਤੇ ਸਾਹਮਣੇ ਬੈਠੀ ਹੋਈ ਹੈ ਹੈਨਾ ਇਹਨੂੰ ਵਾਸਨਾ ਚ ਨਹੀਂ ਲੈ ਕੇ ਜਾਣਾ ਦੂਜਾ ਉਹ ਬੰਦਾ ਜਿਹੜਾ ਪੜਿਆ ਲਿਖਿਆ ਰੱਜ ਕੇ ਆ ਰੱਜ ਕੇ ਵਿਦਵਾਨ ਆ ਪੰਡਤਾਂ ਦਾ ਪੋਤੇ ਆ ਪਰ ਉਹਨੇ ਵਿਆਹ ਕਰਵਾਇਆ ਵੇਸਵਾ ਦੇ ਨਾਲ ਮੈਂ ਇੱਕ ਕੱਲ ਕਿਤੇ ਜ਼ਿਕਰ ਕਰ ਰਿਹਾ ਸੀ ਇਸ ਗੱਲ ਦਾ ਕਿ ਇੱਥੇ ਮੇਰੇ ਵਰਗੇ ਜਿਨ੍ਹਾਂ ਦੇ ਕੋਲ ਮਾਰੇ ਨੇ ਦਾਤ ਦੇ ਦਿੱਤੀ ਜਾਂ ਛਟ ਕਥਾ ਕਰਨੀ ਆ ਕਿ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਹਦਾ ਕਾਰਨ ਜੇ ਅਸੀਂ ਅਮਰਤਸਰ ਕਹ ਸੀ ਨਾਮ ਜਪਦੇ ਅਸੀਂ ਬਾਣੀ ਪੜ੍ਹਦੇ ਸੀ ਕਥਾ ਕਰਦੇ ਸੀ ਕੀਰਤਨ ਨਹੀਂ 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 ਮੈਂ ਕੱਲ ਕਹ ਸੀ ਤੁਹਾਡੇ ਪਿੰਡ ਚ ਹੈ ਕੋਈ ਬੰਦਾ ਜਿਨੇ 10 15 ਬੰਦੇ ਵੱਡੇ ਹੋਣ ਕਤਲ ਕੀਤੇ ਹੋਣ ਹੈ ਕੋਈ ਪਿੰਡ ਚ ਸ਼ਾਇਦ ਬਹੁਤ ਵੱਡਾ ਪਿੰਡ ਹੈ ਸ਼ਾਇਦ ਕੋਈ ਹੋਵੇ ਕੋਈ ਹੈ ਬੰਦਾ ਜਿਨੇ ਬੰਦੇ ਵੱਡ ਵੱਡ ਕੇ ਖੂਚ ਸੁਟੇ ਹੋਣ ਕੋਈ ਹੈ ਐਡਾ ਹਾਕਮ ਬੰਦਾ ਵੀ ਉਹ ਕਿਸੇ ਘਰੇ ਕੇ ਬੰਦੇ ਨੂੰ ਸੈਨ ਕਰਕੇ ਉਹਨੂੰ ਕੁੱਟ ਕੇ ਭੇਜ ਦਿੰਦਾ ਹੋਵੇ ਤੇ ਉਹਦੇ ਤੇ ਝੂਠੇ ਪਰਚੇ ਪਾਉਣ ਦਵੇ ਕਿੱਥੇ ਹੋਏਗਾ 100 ਪਿੰਡਾਂ ਦੇ ਵਿੱਚੋਂ ਮਸਾਂ ਇੱਕ ਬੰਦਾ ਲੱਭੂਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਣੀਆਂ ਉਦਾਸੀਆਂ ਆਰੰਭ ਕਰਦੇ ਨੇ ਮਹਾਰਾਜ ਸਭ ਤੋਂ ਪਹਿਲਾਂ ਜਿਸ ਬੰਦੇ ਕੋਲ ਜਾਂਦੇ ਆ ਉਹਨੇ ਵੇਸਵਾ ਵੀ ਰੱਖੀ ਆ ਉਹ ਬੰਦੇ ਵੀ ਮਾਰਦਾ ਆ ਉਹ ਧਰਮ ਵੀ ਕਮਾਉਂਦਾ ਤੇ ਲੋਕਾਂ ਨੂੰ ਵੱਡ ਵੱਡ ਕੇ ਖੂਹ ਦੇ ਵਿੱਚ ਵੀ ਸੁੱਟਦਾ ਆ ਪਹਿਲਾ ਬੰਦਾ ਮਹਾਰਾਜ ਦਾ ਉਹ ਕੌਣ ਸੀ ਸੱਜਣ ਠੱਗ ਮਹਾਰਾਜ ਨੇ ਇਹ ਨਹੀਂ ਵੇਖਿਆ ਵੀ ਇਹ ਬੰਦਾ ਕਰਦਾ ਕੀ ਪਿਆ ਆ ਮਹਾਰਾਜ ਨੇ ਇਹ ਵੇਖਿਆ ਮੈਂ ਇਹਦੇ ਨਾਲ ਕੀ ਕਰ ਸਕਦਾ ਮੈਂ ਇਹਦੇ ਨਾਲ ਕੀ ਕਰ ਸਕਦਾ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਅਸੀਂ ਜਦੋਂ ਸੰਸਾਰ ਦੇ ਵਿੱਚ ਵਰਤਦੇ ਆ ਮੇਰੇ ਤੁਹਾਡੇ ਸਭਨਾ ਦੇ ਅੰਦਰ ਇੱਕ ਪ੍ਰਮਾਤਮਾ ਦੀ ਜੋਤ ਵਰਤਦੀ ਹੈ ਕਿਸੇ ਨੂੰ ਪਤਾ ਲੱਗਾ ਤੇ ਕਿਸੇ ਨੂੰ ਨਹੀਂ ਲੱਗਾ ਵਖਰਾ ਵਿਛਾਇਆ ਹਰ ਬੰਦੇ ਦੇ ਅੰਦਰ ਇਨਸਾਨੀਅਤ ਹੈ ਚੋਰ ਦੇ ਅੰਦਰ ਵੀ ਇਨਸਾਨੀਅਤ ਹੁੰਦੀ ਹੈ ਚੋਰ ਦੇ ਅੰਦਰ ਵੀ ਹਮਦਰਦੀ ਹੁੰਦੀ ਇੱਕ ਮੈਂ ਕਹਾਂ ਪਖੰਡੀ ਸਾਧੂ ਦੇ ਅੰਦਰ ਵੀ ਹਮਦਰਦੀ ਹੁੰਦੀ ਚੋਰ ਦੁਨੀਆ ਲਈ ਚੋਰ ਆਪਣੀ ਔਲਾਦ ਲਈ ਕਿੱਥੇ ਚੋਰ ਰਿਹਾ ਇਕ ਨਸ਼ੇੜੀ ਬੰਦਾ ਆਪਣੇ ਲਈ ਨਸ਼ੇੜੀ ਹੁੰਦਾ ਆ ਉਹ ਸ਼ਰਾਬ ਪੀ ਕੇ ਆਪਣੇ ਨਸ਼ੇ 'ਚ ਮਸਤ ਆ ਬਹੁਤੀ ਵਾਰੀ ਉਹਦਾ ਮਾਨੇ ਦਾ ਨਾ ਨਹੀਂ ਹੁੰਦਾ ਮੈਂ ਦੂਜਿਆਂ ਦਾ ਨੁਕਸਾਨ ਕਰਾਂ ਮੇਰੇ ਇੱਕ ਰਿਸ਼ਤੇਦਾਰ ਨੇ ਤੇ ਉਹ ਮਤਲਬ ਆ ਜਿਹੜੇ ਪੋਲ ਬਣਦੇ ਨੇ ਉਹਦਾ ਠੇਕਾ ਲੈਂਦੇ ਨੇ ਤੇ ਮੈਂ ਉਹਨੂੰ ਆਖਿਆ ਤੁਸੀਂ ਅਮਰਤ ਨਹੀਂ ਛੱਕਦੇ ਉਹ ਕਹਿੰਦੇ ਗਿਆਨੀ ਜਿਹੜਾ ਕੰਮ ਇੱਕ ਸ਼ਰਾਬ ਦੀ ਬੋਤਲ ਕਰ ਦਿੰਦੀ ਲਿਆਜ ਨਹੀਂ ਕਰਦੀ ਵੱਡੇ ਵੱਡੇ ਲੀਡਰ ਨਹੀਂ ਕਰਦੇ ਹਾਂ ਮੈਂ ਸੱਚ ਕਹਿੰਨਾ ਉਹ ਮੈਨੂੰ ਕਹਿੰਦੇ ਆਂਦੇ ਇੱਕ ਬੋਤਲ ਪਿਆ ਕੇ ਤੇ ਕਰੋੜਾ ਰੁਪਈਆ ਦਾ ਮਸਲਾ ਹੱਲ ਹੋ ਜਾਂਦਾ ਆ ਮੈਂ ਕਿਹਾ ਜੀ ਉਹ ਕਿਦਾਂ ਕਹਿੰਦੇ ਪੀ ਕੇ ਬੰਦੇ ਨੇ ਸੁੱਧ-ਬੁੱਧ ਭੁੱਲ ਜਾਂਦੀ ਚੰਗਾ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ ਤੂੰ ਜਾ ਕੇ ਸ਼ਾਮ ਨੂੰ ਤੂੰ ਪੀਣ ਲੱਗੋ ਬਾਬੇ ਨੇ ਧੰਤ ਅੱਲਾ ਸ਼ਰੀ ਨਹੀਂ ਨਹੀਂ ਸਮਝਣਾ ਅੰਦਰ ਬੈਠੀ ਹਮਦਰਦੀ ਕਦੇ ਨਹੀਂ ਮਰਦੀ ਉਹ ਮੇਰੇ ਤੁਹਾਡੇ ਚ ਜਿੰਨੀ ਚੰਗਿਆਈ ਵਰਤਰੀਓ ਰੱਬ ਖੁਦ ਵਰਤ ਰਿਹਾ ਆ ਕਦੇ ਕਿਸੇ ਗਰੀਬ ਬੰਦੇ ਨੂੰ ਵੇਖ ਕੇ ਤੁਹਾਡੇ ਅੰਦਰ ਇਹ ਫਰਗਟ ਹੋਇਆ ਨਹੀਂ ਮੈਨੂੰ ਇਹਦੀ ਬਾਹ ਫੜਨੀ ਚਾਹੀਦੀ ਆ ਉਹ ਹਾਸਲ ਵਿੱਚ ਮੇਰੇ ਤੁਹਾਡੇ ਅੰਦਰ ਬੈਠਾ ਹੋਇਆ ਰੱਬ ਉਹ ਆ ਮੇਰੇ ਤੁਹਾਡੇ ਅੰਦਰ ਬੈਠਾ ਹੈ ਬੀਜੀ ਜ਼ਿਕਰ ਕਰ ਰਸ ਸਨੋਟਾ ਦੀਵਾਰਾ ਵਾਲੇ ਪਿਆਰੇ ਬਾਬਾ ਜੀ ਜਦੋਂ ਆਏ ਦਾਦੂ ਵਾਲੇ ਹਨ ਉਹ ਕਹਿੰਦੇ ਜੀ ਬੜੀ ਮਿਹਨਤ ਕਰਦੇ ਨੇ ਤਾਂ ਮੇਰੇ ਮਨ 'ਚ ਆਇਆ ਮੈਂ ਕਿਹਾ ਇੱਕ ਪਰਿਵਾਰ ਸਾਂਭਣਾ ਵੈ ਨਾ ਦੋ ਨਿਆਣੇ ਸਾਂਭਣੇ ਹਣ ਤੇ ਬੰਦੇ ਦੀ ਪੱਬੰਗਾਂ ਲੱਗ ਜਾਂਦੀਆਂ ਤੇ ਗੁਰਦੁਆਰਿਆਂ ਚ ਜਿੰਨੇ ਲੋਕ ਜਾਂਦੇ ਨੇ ਰੋਮ ਮਾਰਦੇ ਨੇ ਪਰ ਜਿੰਨਾ ਮੈਂ ਇਹ ਨਹੀਂ ਚੰਗੇ ਬਨਲੀ ਨਹੀਂ ਕਹਿ ਰਿਹਾ ਬਾਬਾ ਜੀ ਸਿਰਫ ਮਾਰੇ ਤੋਂ ਡਰ ਕੇ ਜਿੰਨਾ ਇੱਕ ਸਾਧੂ ਲੋਕਾਂ ਨੂੰ ਬਰਦਾਸ਼ਤ ਕਰਦਾ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਰੱਬ ਦੇ ਬੰਦੇ ਨੂੰ ਪਤਾ ਹੁੰਦਾ ਹੈ ਇਹ ਬੰਦਾ ਚੋਰ ਆ ਉਹਨੂੰ ਪਤਾ ਹੁੰਦਾ ਹੈ ਬੇਈਮਾਨ ਆ ਉਹ ਕਦੇ ਕੁਝ ਨਹੀਂ ਕਹਿੰਦਾ ਕਹਿੰਦਾ ਕੁਝ ਨਹੀਂ ਹੁੰਦਾ ਆਉਂਦਾ ਰਹਿਣ ਦਿਓ ਉਹ ਕਹਿੰਦਾ ਆਉਣ ਦਿਓ ਆਉਂਦਾ ਕੁਝ ਨਹੀਂ ਹੁੰਦਾ ਬਈ ਉਹ ਇਹ ਸੰਤਰਾਮ ਕਿਸ਼ਨ ਜੀ ਉਹਨਾਂ ਦਾ ਨਾਮ ਸੀਗਾ ਸੇਵਾ ਪੰਥੀ ਇਹ ਮਹਾਂਪੁਰਸ਼ ਸਨ ਤੇ ਉਹਨਾਂ ਦਾ ਇੱਕ ਸੇਵਾਦਾਰ ਉਹਨਾਂ ਨੂੰ ਦੱਸਦਾ ਕਹਿੰਦਾ ਬਾਬਾ ਜੀ ਪਿਛਲੇ 6 ਮਹੀਨਿਆਂ ਤੋਂ ਨਾ ਆਪਣੇ ਨਾਲ ਇੱਕ ਬੰਦਾ ਰਹਿੰਦਾ ਪਿਆ ਆ ਤੇ ਮੈਂ ਪੁਰਾਣੇ ਡੇਰੇ ਤੋਂ ਪਿਛਲੇ ਡੇਰੇ ਚੋਂ ਪਤਾ ਕੀਤਾ ਇਹ ਬੰਦਾ ਲੋਕੇ ਸ਼ਰਾਬ ਵੀ ਪੀਂਦਾ ਆ ਤੇ ਚੋਰੀ ਵੀ ਕਰਦਾ ਇਹ ਗੁਲਕ ਦੇ ਜਿਹੜੇ ਪੈਸੇ ਹੁੰਦੇ ਨੇ ਉਹ ਵੀ ਚੱਕ ਲੈਂਦਾ ਆ ਕਹਿੰਦੇ ਹੋਰ ਕਹਿੰਦੇ ਬਾਬਾ ਜੀ ਇਹ ਝੂਠ ਬਹੁਤ ਬੋਲਦਾ ਆ ਕਹਿੰਦੇ ਹੋਰ ਕਹਿੰਦੇ ਬਾਬਾ ਜੀ ਇੱਕ ਕਦੇ ਦਾਲ ਆ ਜਾਂਦਾ ਜਿਹੜਾ ਘਿਓ ਪਿਆ ਹੁੰਦਾ ਨਾ ਆਪਣਾ ਖਾ ਜਾਂਦਾ ਆ। ਮਹਾਂਪੁਰਸ਼ੀ ਕਹਿੰਦੇ ਅੱਛਾ ਕਿੰਨੇ ਹੋਗੇ 1 2 3 4 4 ਐ ਬਨੇ ਕਹਿੰਦੇ ਬਲਾ ਉਹਨੂੰ ਮੈਂ ਕਰਾਂ ਇਹਦੇ ਨਾਲ ਗੱਲ। ਉਹਨੂੰ ਜਿੰਨੇ ਲੂਤੀ ਲਈ ਸ਼ਿਕਾਇਤ ਲਈ ਚੂਲੀ ਚੁੱਕੀ ਉਹਨੂੰ ਇਹ ਸਿਬੇ ਨੂੰ ਡੇਰੇ ਚੋਂ ਕੱਢਣਗੇ। ਉਹ ਜਦੋਂ ਆਇਆ ਤੇ ਮਹਾਂਪੁਰਖਾਂ ਨੇ ਉਹਨੂੰ ਮੱਥਾ ਟੇਕਿਆ। ਹਾਂਜੀ। ਮਹਾਂਪੁਰਖਾਂ ਨੇ ਉਹਨੂੰ ਮੱਥਾ ਟੇਕਿਆ। ਉਹ ਬੜਾ ਹੈਰਾਨ ਜੀਨੇ ਚੁਗਲੀ ਕੀਤੀ ਉਹ ਕਹਿੰਦਾ ਹਾਦ ਹੋ ਗਈ ਕਿ ਇਹ ਬੰਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਨਸ਼ਾ ਕਰਦਾ ਆ ਇਹ ਚੋਰੀ ਕਰਦਾ ਹੈ ਆਪਣਾ ਘਿਓ ਖਾ ਜਾਂਦਾ ਦੇਗੜਾ ਜਿਹੜਾ ਝੂਠਾ ਕਰ ਜਾਂਦਾ ਆ ਇਹ ਪੈਸੇ ਚੱਕ ਲੈਂਦਾ ਆਪਣੇ ਤੇ ਤੁਸੀਂ ਇਹਨੂੰ ਮੱਥਾ ਟੇਕਦੇ ਪਏ ਹੋ ਉਹ ਕਹਿੰਦੇ ਸੋਹਣਿਆ ਤੈਨੂੰ ਇਹਦੇ ਐਬ ਦਿਖਦੇ ਪਏ ਨੇ ਤੇ ਤੂੰ ਇਹਦੀ ਚੁਗਲੀ ਮੇਰੇ ਕੋਲ ਕੀਤੀ ਏ ਸੋਹਣਿਆ ਜਿਹੜਾ ਰੱਬ ਹਰ ਵੇਲੇ ਮੇਰੇ ਇਨੇ ਮਾੜੇ ਗੁਨਾਹ ਵੇਖਦਾ ਪਿਆ ਤੈਨੂੰ ਸਿਰਫ ਬਾਹਰੋਂ ਦੇਖਦੇ ਨੇ ਅੰਦਰੋਂ ਨਹੀਂ ਦੇਖਦੇ ਮੈਨੂੰ ਤੇ ਰੱਬ ਨੇ ਇਹਦੇ ਅੰਦਰੋਂ ਵੀ ਵਿਖਾਏ ਨੇ ਤੇ ਮੱਤ ਵੀ ਇਹ ਦਿੱਤੀ ਏ ਇਹ ਤੇਰੇ ਤੋਂ ਵੱਡਾ ਆ ਇਹ ਤੇਰੇ ਤੋਂ ਵੱਡਾ ਆ ਧਰਮ ਦੀ ਦੁਨੀਆ ਵਿੱਚ ਤਰੱਕੀ ਉਹ ਬੰਦਾ ਕਰ ਸਕਦਾ ਆ ਜਿਹੜਾ ਸੱਤ ਬਗਾਨਾ ਛੱਡੋ ਜੀ ਦੁਸ਼ਮਣ ਵੀ ਆਇਆ ਹੋਵੇ ਉਹਨੂੰ ਵੀ ਗਲਕੜੀ ਲਾਉਣ ਦੀ ਤਾਕਤ ਰੱਖਦਾ ਮਹਾਰਾਜ ਨੇ ਬਾਣੀ 'ਚ ਇਹ ਵੀ ਨਹੀਂ ਕਿਹਾ ਹੋ ਹੋ ਸਬਨਾ ਕੀ ਰੇਣ ਕਾ ਤਾ ਆਓ ਹਮਾਰੇ ਪਾਸ ਇਹ ਸੱਚੀ ਬੰਨਾ ਪਹਿਣਾ ਆ ਇਹ ਗੱਲੀਬਾਤੀ ਨਹੀਂ ਸਰਨਾਗਾ ਮਹਾਰਾ ਨੂੰ ਜੇ ਗੁਰੂ ਨਾਨਕ ਸਾਹਿਬ ਨੂੰ ਇਸ ਸੰਸਾਰ ਵਿੱਚ ਸਭ ਤੋਂ ਕੋਈ ਪਸੰਦੀ ਦੀ ਚੀਜ਼ ਹੈ ਨਾ ਉਹ ਮਹਾਰਾ ਨੂੰ ਨਿਮਰਤਾ ਪਸੰਦ ਹੈ ਜੇ ਇਸ ਕਾਇਨਾਤ ਵਿੱਚ ਮਹਾਰਾ ਜੀ ਕਿਸੇ ਚੀਜ਼ ਨੂੰ ਪਿਆਰ ਕਰਦੇ ਨੇ ਕਿਸੇ ਚੀਜ਼ ਨੂੰ ਤੇ ਉਹ ਨਿਮਰਤਾ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਨਿਮਰਤਾ ਮਿਲੀ ਉਹਨੂੰ ਗੁਰੂ ਨਾਨਕ ਸਾਹਿਬ ਮਿਲ ਪਏ ਜਿੱਥੇ ਮਾਰਨ ਨੂੰ ਹੰਕਾਰ ਟੱਕਰਿਆ ਉਹਨੂੰ ਅੱਜ ਤੱਕ ਰੱਬ ਨਹੀਂ ਮਿਲਿਆ ਐਸੇ ਕਰਕੇ ਜਿਹੜੇ ਲੋਕ ਬਹੁਤੇ ਵੱਡੇ ਬਣਨ ਲੱਗ ਪੈਂਦੇ ਨੇ ਉਹ ਸੱਚੀ ਬਹੁਤ ਛੋਟੇ ਹੋ ਜਾਂਦੇ ਨੇ ਇਹ ਇਹ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਏਡੇ ਏਡੇ ਅਹੁਦੇ ਲੈ ਕੇ ਨਹੀਂ ਆਉਂਦੀ ਕੀ ਤਾਕਤ ਨਹੀਂ ਹਸਲ ਇੱਕ ਅਹੁਦਾ ਕਰ ਲੈਣਾ ਵੱਡੇ ਬਣ ਜਾਣਾ ਪ੍ਰੋਪੋਗੈਂਡਾ ਕਰਨਾ ਹੀ ਬੜੇ ਤਗੜੇ ਬੜੇ ਵੱਡੇ ਮਹਾਰਾਜ ਇਹ ਕੀੜੀਆਂ ਤੋਂ ਡਰਦੇ ਨੇ ਲੋਕ ਇੱਕ ਇੱਕ ਦਬਕੇ ਤੇ ਉਹ ਲੋਕ ਡਰ ਜਾਂਦੇ ਨੇ ਸੁਸਾਇਡ ਕਰਦੇ ਨੇ ਦੁਨੀਆ ਦੇ ਵੱਡੇ ਵੱਡੇ ਅਮੀਰ ਬੰਦੇ ਤੁਸੀਂ ਸੁਸਾਇਡ ਕਰਦੇ ਦੇਖੋਗੇ ਉਹਦਾ ਕਾਰਨ ਸਿਰਫ ਉਹ ਝੁਕਣਾ ਨਹੀਂ ਸਿੱਖਿਆ ਹੁੰਦਾ ਉਹਨਾਂ ਨੇ ਸਿਰਫ ਹੰਕਾਰ ਸਿੱਖਿਆ ਆ ਰੱਬ ਨੇ ਇੱਕ ਰਹਿਮਤ ਵਰਤਾਈ ਇਸ ਕਾਇਨਾਤ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਜਦੋਂ ਵੀ ਰੱਬ ਇਸ ਸੰਸਾਰ ਵਿੱਚ ਵਰਤਦਾ ਰੱਬ ਬੋਡੀ ਰਹੀਂ ਵਰਤਦਾ ਹੈ ਕਹਿੰਨੂ ਸਾਰੇ ਕਹਿੰਦੇ ਨੇ ਰੱਬ ਸਾਰਿਆਂ ਵਿੱਚ ਆ ਪਰ ਜਿੰਨਾ ਚਿਰ ਕਿਸੇ ਬੰਦੇ ਨੂੰ ਆਪਣੇ ਅੰਦਰ ਵਰਤਦਾ ਨਹੀਂ ਦੇਖਦਾ ਉਹਨੂੰ ਬਾਹਰ ਵੀ ਨਹੀਂ ਦੇਖ ਸਕਦਾ ਇਹ ਵੀ ਪੱਕੀ ਗੱਲ ਆ ਬਹੁਤ ਲੋਕ ਕਹਿੰਦੇ ਨੇ ਜੀ ਰੱਬ ਬਾਹਰ ਹੈ ਰੱਬ ਬਾਹਰ ਹੈ ਤੁਹਾਡੇ ਵਿੱਚ ਹੈ ਪਰ ਜਿੰਨਾ ਚਿਰ ਆਪਣੇ ਚ ਨਹੀਂ ਦਿਸਿਆ ਉਹਨਾਂ ਚਿਰ ਬਾਹਰ ਵੀ ਨਹੀਂ ਦਿਸਦਾ ਤੇ ਜਦੋਂ ਕੋਈ ਗੁਰਸਿੱਖ ਗੁਰੂ ਦਾ ਪਿਆਰਾ ਸਾਧੂ ਅੰਦਰ ਵਰਤਦਾ ਵੇਖਣ ਲੱਗ ਪੈਂਦਾ ਨਾ ਫਿਰ ਉਹਨੂੰ ਇੱਕ ਗੱਲ ਸਮਝ ਆਉਣ ਲੱਗ ਪੈਂਦੀ ਹੈ ਕਿ ਆ ਜਿਹੜੇ ਮੇਰੇ ਆਲੇ-ਦੁਆਲੇ ਨੇ ਇਹ ਵੀ ਰੱਬ ਆਪ ਵਰਤ ਰਿਹਾ ਆ ਇਸ ਚੀਜ਼ ਦੇ ਵਿੱਚੋਂ ਇਹ ਚੀਜ਼ ਨਿਕਲਦੀ ਆ ਕਿ ਬੰਦਾ ਲੱਖ ਥੱਕਿਆ ਹੋਵੇ ਲੱਖ ਟੁੱਟਿਆ ਹੋਵੇ ਤੇ ਉਹਦੇ ਕੋਲੋਂ ਕੋਈ ਪਾਠ ਸਿੱਖਣਾ ਆਵੇ ਕੋਈ ਲੰਗਰ ਛਕਣਾ ਆਇਆ ਹੋਵੇ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਮੰਗਣਾ ਆਇਆ ਉਹ ਇਹ ਨਹੀਂ ਕਹਿੰਦਾ ਵੀ ਮੇਰੀਆਂ ਲੱਤਾਂ ਪੀੜ ਕਰਦੀਆਂ ਨੇ ਮੇਰੇ ਗੋਡੇ ਪੀੜ ਕਰਦੇ ਨੇ ਵੀ ਮੈਂ ਤੇਰਾ ਕੱਲ ਨੂੰ ਕੰਮ ਕਰਾਂਗਾ ਉਹ ਉਹਨੂੰ ਸਿਰਫ ਰੱਬ ਦੇਖ ਰਿਹਾ ਹੁੰਦਾ ਆ ਉਹ ਸਿਰਫ ਰੱਬ ਤੱਕਦਾ ਆ ਤੋ ਜਦੋਂ ਫਿਰ ਕਿਸੇ ਨੂੰ ਰੱਬ ਦਿਸਦਾ ਸਾਹਮਣੇ ਵਰਤਦਾ ਫਿਰ ਮਯਾਲਾ ਕਿਤੇ ਤੁਹਾਡੇ ਸਾਹਮਣੇ ਰੱਬ ਬੈਠਾ ਹੋਵੇ ਪ੍ਰਤੱਖ ਬੈਠਾ ਹੋਵੇ ਤੁਹਾਨੂੰ ਦਿਸਦਾ ਹੋਵੇ ਜਿੱਦਾਂ ਮਹਾਰਾਜ ਵਿਖਾਉਂਦੇ ਕਿਸੇ ਗੁਰਸਿੱਖ ਨੂੰ ਮਹਾਰਾਜ ਤੁਸੀਂ ਕਹੋ ਕਿ ਮੈਂ ਤੇਰਾ ਕੰਮ ਨਹੀਂ ਕਰਨਾ ਇਹ ਐਵੇਂ ਨਹੀਂ ਸਾਧੂ ਲੋਕ ਦਿਨ ਪਰ ਰਾਤ ਛੜਕਾਂ ਤੇ ਭੱਜੇ ਫਿਰਦੇ ਰਹਿੰਦੇ ਅਸੀਂ ਤਾਂ ਇਹ ਕਥਾ ਵਾਚਕ ਤਾਂ ਪੈਸੇ ਲੈਂਦੇ ਆ ਰਾਗੀ ਤੇ ਪੈਸੇ ਲੈਂਦੇ ਨੇ ਇਹ ਕਾਰਸੇ ਵਾਲੇ ਬਾਬੇ ਕਿਹੜੇ ਪੈਸੇ ਲੈਂਦੇ ਨੇ ਇਹ ਤਾਂ ਵਿਚਾਰੇ ਕੱਪੜੇ ਵੀ ਕੋਜੇ ਪਾਉਂਦੇ ਨੇ ਪਿਆਰੇ ਪਾਉਂਦੇ ਵੀ ਦੂਸਰੇ ਨੇ ਪਤੂਆਂ ਜੀ ਸਾਡੇ ਮਾਲ ਵਿੱਚ ਹੈ ਨਾ ਉਹ ਪਤੂਆਂ ਜੀ ਪਾਉਂਦੇ ਨੇ ਇਹਨਾਂ ਨੇ ਤੇ ਕੋਈ ਸਾਡੇ ਵਾਂਗੂ ਰਿਮਾਉਂਡ ਦੇ ਕੱਪੜੇ ਵੀ ਨਹੀਂ ਪਾਉਣੇ ਹੁੰਦੇ ਪਿਆਰੇ ਨੇ ਪਰ ਉਹ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੂੰ ਦਿਨ ਪੁਰ ਰਾਤ ਟਿਕਣ ਨਹੀਂ ਦਿੰਦੀ ਤੁਸੀਂ ਜਾਓਗੇ ਕਿਸੇ ਦੇ ਘਰੇ ਗੁਰਦੁਆਰੇ ਲਈ ਕਰਨਕ ਮੰਗਣ ਨਹੀਂ ਕਿਉਂ ਨਹੀਂ ਕਰ ਸਕਦੇ ਅਸੀਂ ਜੋ ਇੱਕ ਰੱਬ ਦਾ ਪਿਆਰਾ ਸਾਧੂ ਕਰ ਲੈਂਦਾ ਸਾਧੂ ਦਾ ਸਬੰਧ ਕਦੇ ਵੀ ਇਸ ਗੱਲ ਨਹੀਂ ਹੁੰਦਾ ਕਿ ਇਹ ਬੰਦਾ ਸ਼ਰਾਬੀ ਹੈ ਕਵਾਬੀ ਹੈ ਮਾੜਾ ਹੈ ਇਹ ਘਰ ਕਿਹਾ ਉਹ ਕਹਿੰਦੇ ਨਹੀਂ ਉਹਦਾ ਸਬੰਧ ਇਸ ਗੱਲ ਨਾਲ ਹੁੰਦਾ ਮੈਂ ਇਹਨੂੰ ਬਾਹਰੋਂ ਨਹੀਂ ਵੇਖਣਾ ਮੈਂ ਇਹਦੇ ਅੰਦਰ ਵਰਤ ਦੀ ਜੋਤ ਵਖਣੀ ਭਾਈ ਵੀਰ ਸਿੰਘ ਨੇ ਨਾਨਕ ਪ੍ਰਕਾਸ਼ ਉੱਥੇ ਨਾਨਕ ਚਮਤਕਾਰ ਚ ਇੱਕ ਗੱਲ ਲਿਖੀ ਉਹ ਕਹਿੰਦੇ ਦੁਨੀਆ ਦੇ ਵਿੱਚ ਜਿਹਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਸੀ ਉਹਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਨਾਨਕ ਸਾਹਿਬ ਕੀਤਾ ਜਿਹਨੂੰ ਦੁਨੀਆ ਨਹੀਂ ਪ੍ਰਵਾਨ ਕਰਦੀ ਮਹਾਰਾਜ ਨੇ ਉਹਨੂੰ ਆਪਣੇ ਵਰਗਾ ਬਣਾ ਲਿਆ ਵੇਖੋ ਅੱਜ ਤੇ ਜਮਾਨਾ ਬੜਾ ਚੇਂਜ ਹੋਇਆ ਵੈਸੇ ਲੋਕਾਂ ਨੂੰ ਕਦਰ ਨਹੀਂ ਆਪਣਿਆਂ ਨੂੰ ਆਪਾਂ ਹੋਲਾ ਮੱਲਾ ਮਨਾ ਰਹੇ ਆ ਨਾ ਤੁਹਾਡੇ ਚੋਂ ਬਹੁਤੇ ਜਾਨਾਂ ਨੂੰ ਨਹੀਂ ਪਤਾ ਉਹਨਾ ਵੀ ਇਹ ਹੋਲੀ ਮਤਲਬ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹ ਤਿਹਾਰ ਨਹੀਂ ਸੀਗਾ ਇਹ ਤੱਬਾ ਸੀ ਲੋਕਾਂ ਤੇ ਇਹ ਤਿਹਾਰ ਨਹੀਂ ਸੀਗਾ ਇਹ ਜਿਹੜੇ ਬ੍ਰਾਹਮਣ ਲੋਕ ਨੇ ਉਹ ਵਸਾਖੀ ਮਨਾਉਂਦੇ ਨੇ ਹਾਂਜੀ ਕਿਉਂਕਿ ਉਹ ਪੈਸਾ ਇਕੱਠਾ ਹੁੰਦਾ ਸੀ ਲੋਕ ਖੇਤੀਬਾੜੀ ਵੜਦੇ ਇਸ ਤਰੀਕੇ ਨਾਲ ਮਨਾ ਤੁਸੀਂ ਵੇਖਾ ਕਦੇ ਹੋਲੀਆਂ ਤੇ ਖੜਾਉਣੇ ਵੇਚਦੇ ਹੋਣਾ ਆਪਾਂ ਕਦੇ ਨਹੀਂ ਦੇਖਦੇ ਕਦੇ ਕਿਸੇ ਤੇ ਜਦੋਂ ਦੀਵਾਲੀ ਹੁੰਦੀ ਆ ਜਾਂ ਵਿਸਾਖੀ ਹੁੰਦੀ ਆ ਉਦੋਂ ਥਾਂ ਥਾਂ ਤੇ ਮਠਿਆਈਆਂ ਵੇਚਦੀਆਂ ਵਨ ਸਵੰਨੇ ਪਦਾਰਥ ਵੇਚਦੇ ਖੜਾਉਣੇ ਵੇਚਦੇ ਗਹਿਣੇ ਗੱਟੇ ਵੇਚਦੇ ਦੀਵਾਲੀ ਨੂੰ ਲੋਕ ਸਾਡੇ ਸ਼ਹਿਰਾਂ ਦੇ ਵਿੱਚ ਮੈਂ ਲੁਧਿਆਣੇ ਰਹਿਣਾ ਆ ਉਥੇ ਲੋਕ ਚਾਂਦੀ ਖਰੀਦਦੇ ਸੋਨਾ ਖਰੀਦਦੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੁੰਦਾ ਧੰਤੇ ਰਸ ਹੁੰਦਾ ਕੋਈ ਇਹਨਾਂ ਦਾ ਤਿਆਰ ਉਹ ਇਹਨੇ ਲੱਖਾਂ ਕਰੋੜਾਂ ਰੁਪਏ ਦੇ ਗੱਡੀਆਂ ਲੋਕ ਉਦੋਂ ਲੈਂਦੇ ਨੇ ਇਹਨਾਂ ਨੇ ਤਿਆਰ ਆਪਣੇ ਮੰਡੇ ਸਨ ਜਿਹੜੇ ਤੇ ਸੀ ਸਾਫ਼ ਸੁਥਰੇ ਜੇ ਇਹਨਾਂ ਨੇ ਆਪਣੇ ਹਿੱਸੇ ਰੱਖੇ ਤੇ ਇਹ ਜਿੱਥੋਂ ਸ਼ੁਰੂਆਤ ਹੁੰਦੀ ਜਿੰਨਾ ਕੁ ਮੈਂ ਪੜਿਆ ਆ ਉਹ ਡਾਕਟਰ ਗੁਰਨਾਮ ਸਿੰਘ ਲਿਖਦੇ ਉਹ ਕਹਿੰਦੇ ਆ ਕਿ ਕਰਦੇ ਸਨ ਕਿ ਸਾਰੇ ਪਿੰਡ ਦਾ ਜਾਂ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਉਹਨੂੰ ਅੱਗ ਲਾਉਣੀ ਤੇ ਉਹਨੂੰ ਫਿਰ ਲੋਕਾਂ ਨੂੰ ਵੰਡ ਕੇ ਦੇਣਾ ਵੀ ਇੱਕ ਦੂਜੇ ਦੇ ਉੱਪਰ ਪਾਓ ਤੇ ਇਹ ਸਿਰਫ ਛੂਦਰ ਲੋਕ ਕਰਦੇ ਸਨ ਹੋਰ ਕੋਈ ਨਹੀਂ ਕਰਦਾ ਸੀ ਸਿਰਫ ਸ਼ੂਦਰ ਲੋਕ ਕਰਦੇ ਸਨ ਹੋਰ ਕੋਈ ਨਹੀਂ ਇਹ ਸਵਾਭ ਪਾਉਂਦੇ ਸਨ ਇੱਕ ਦੂਜੇ ਦੇ ਸਿਰ ਵਿੱਚ ਤੇ ਇਹਨਾਂ ਨੂੰ ਇਹ ਜ਼ਬਰਦਸਤੀ ਸੀ ਕੋਈ ਸ਼ੌਂਕ ਨਾਲ ਨਹੀਂ ਸੀਗਾ ਜ਼ਬਰਦਸਤੀ ਥੋਪਿਆ ਗਿਆ ਸੀ ਕਿ ਜੇ ਤੁਸੀਂ ਸਾਡੇ ਨੇੜੇ ਆਉਣਾ ਤਾਂ ਤੁਹਾਨੂੰ ਸਿਰ 'ਚ ਸਵਾਭ ਪਾਉਣੀ ਪੈਣੀ ਤੇ ਲੋਕ ਪਾਉਂਦੇ ਸਨ ਮਹਾਰਾਜ ਲੋਕ ਕਰਦੇ ਰਹੇ ਜੇ ਤੁਸੀਂ ਦੇਖਣਾ ਹੋਵੇ ਨਾ ਵੀ ਇਹ ਕਿੱਥੋਂ ਕਥਕ ਲੋਕ ਮਤਲਬ ਕਿੰਨਾ ਕਿਨਾ ਲੋਕਾਂ ਦਾ ਜੀਵਨ ਪੱਧਰ ਨੀਵਾ ਸੀਗਾ ਆ ਤੁਸੀਂ ਦੇਖਿਆ ਹੀ ਐ ਸਾਢੇ ਬਹਿ ਕੇ ਗਏ ਨੇ ਜਿਹੜਾ ਉੱਥੇ ਬਾਰਡਰ ਤੇ ਕਿਸਾਨ ਆਨ ਸਾਲ ਬੈਠ ਕੇ ਐ ਨਾ 750 ਬੰਦਾ ਜੜਾਈ ਕਰ ਗਿਆ ਅਗੜ ਨੇ ਇੱਕ ਵਾਰੀ ਨਹੀਂ ਕਿਹਾ ਜੀ ਗਲਤੀ ਹੋ ਗਈ। ਕਿਹਾ ਕਿਸੇ ਨੇ ਜੀ ਦੱਸੋ ਇੱਕ ਵਾਰੀ ਉਹਨਾਂ ਦੇ ਮੂੰਹ ਨਹੀਂ ਉਹ ਕਿਉਂ ਉਹ ਤੁਹਾਨੂੰ ਬੰਦਾ ਹੀ ਨਹੀਂ ਸਮਝਦੇ ਅਗੜੇ ਕਿਉਂਕਿ ਉਹਨਾਂ ਨੂੰ ਸਿਖਾਇਆ ਇਹ ਗਿਆ ਆ ਉਹ ਸਿੱਖੇ ਇਹ ਕੁਝ ਨੇ ਪੜ੍ਹੇ ਇਹ ਕੁਝ ਨੇ ਤੇ ਸਾਨੂੰ ਮਾਰ ਨੇ ਸਿਖਾਇਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਮਹਾਰਾਜ ਕਹਿੰਦੇ ਉੱਚਿਆਂ ਦੀ ਗੱਲ ਨਾ ਕਰੋ ਜੇ ਕੋਈ ਡਿੱਗਿਆ ਜਿਸ ਨੂੰ ਕੋਈ ਨਹੀਂ ਚੁੱਕਦਾ ਮੈਂ ਉਹਨੂੰ ਚੁੱਕਾਂਗਾ ਮਾਰ ਨੇ ਬਾ ਉਹਨਾਂ ਦੀ ਫੜੀ ਸਤਿਗੁਰੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਪਹਿਲਾ ਸੱਜਣ ਬਣਾਇਆ ਆ ਵੈਸੇ ਆਪਾਂ ਭਾਈ ਮਰਦਾਨੇ ਦਾ ਜ਼ਿਕਰ ਕਰਦੇ ਹਣਾ ਜੀ ਪਹਿਲਾ ਸੱਜਣ ਬਣਾਇਆ ਮਹਾਰਾਜ ਨੇ ਆਪਣਾ ਕੋਈ ਮਹਾਰਾਜ ਦੇ ਨੇੜੇ ਹੋਇਆ ਕੋਈ ਤੁਸੀਂ ਹਿਸਟਰੀ ਪੜ੍ਹ ਕੇ ਦੇਖਿਆ ਜੇ ਤੁਹਾਨੂੰ ਪਤਾ ਲੱਗੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਰਜ਼ੀ ਦੇ ਨਾਲ ਜਿੰਨੂੰ ਮਹਾਰਾਜ ਆਪਣਾ ਬਣਾ ਕੇ ਛੱਡਦੇ ਨੇ ਉਹ ਤੁਲਸਾ ਦਾ ਉਹ ਸੀਗੀ ਜਿਹੜੀ ਤੁਲਸਾ ਮਹਾਰਾਜ ਦੀ ਨੌਕਰਾਨੀ ਸੀ ਤੇ ਜਿਹੜੀਆਂ ਦਾਸੀ ਹੁੰਦੇ ਸਨ ਉਹ ਤੇ ਛੂਦਰਾਂ ਦੇ ਪਰਿਵਾਰਾਂ ਵਿੱਚ ਹੁੰਦੀਆਂ ਸਨ ਮਹਾਰਾਜ ਉਹਨੂੰ ਕਹਿੰਦੇ ਕਹਿੰਦੇ ਤੂੰ ਸਾਡੇ ਨੇੜੇ ਆ ਕੀਤਾ ਮਾਰ ਨੇ ਕੁਛ ਵੀ ਨਹੀਂ ਸਿਰਫ ਇੱਕ ਵਾਰ ਉਹਦੇ ਸਿਰ ਤੇ ਹੱਥ ਰੱਖਿਆ ਉਹਦਾ ਪਾਰ ਉਤਾਰਾ ਕਰ ਦਿੱਤਾ ਜਿੰਨੂੰ ਦੁਨੀਆ ਕਦੇ ਪਰਵਾਹ ਨਹੀਂ ਕਰਦੀ ਕਲਗੀਧਰਪਿਤਾ ਨੂੰ ਮਾਰ ਨੇ ਉਹ ਕਿਹਾ ਕਹਿੰਦੇ ਮਹਾਰਾਜ ਜੀ ਇਹ ਤਿਹਾਰ ਮਨਾਉਂਦੇ ਨੇ ਇੱਕ ਦੂਜੇ ਤੇ ਸਵਾਹ ਪਾਉਂਦੇ ਨੇ ਰੰਗ ਪਾਉਂਦੇ ਨੇ ਮਾੜਾ ਮੋਟਰ ਕਿਉਂਕਿ ਸਿਰਫ ਤੁਸੀਂ ਆਪਣੇ ਜ਼ਿਕਰ ਹੁੰਦਾ ਵੀ ਆਪਾਂ ਗਲਾਲ ਪਾਉਣੇ ਲਾਲ ਰੰਗ ਪਾਉਂਦੇ ਨੇ ਜਦੋਂ ਓਲਾ ਮੱਲਾ ਹੁੰਦਾ ਆ ਉਹ ਤੇ ਲਾਲ ਰੰਗ ਪਾਉਂਦੇ ਨਹੀਂ ਸਨ ਇਹ ਲਾਲ ਰੰਗ ਰੱਬ ਦਾ ਗਿਣਿਆ ਜਾਂਦਾ ਆ ਭ੍ਰਮਣ ਲੋਕ ਪਾਉਂਦੇ ਸਨ ਆਮ ਬੰਦੇ ਨੂੰ ਤੇ ਖਰੀਦਣ ਦਾ ਵੀ ਹੱਕ ਨਹੀਂ ਸੀਗਾ ਤੁਸੀਂ ਪੜ੍ਹ ਕੇ ਦੇਖ ਲਿਆ ਤੇ ਉਹ ਕਹਿੰਦੇ ਸਨ ਸਾਡਾ ਹੱਕ ਆ ਤੁਸੀਂ ਕਾਲਖ ਨਾਲ ਖੇਡ ਸਕਦੇ ਹੋ ਸਵਾਹ ਨਾਲ ਖੇਡ ਸਕਦੇ ਹੋ ਜਦੋਂ ਮਹਾਰਾਜ ਕੋਲੇ ਗੱਲ ਆਈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਫਿਰ ਇਦਾਂ ਨਹੀਂ ਤੇ ਇਦਾਂ ਕਰਾਂਗੇ ਫਿਰ ਮਹਾਰਾਜ ਨੇ ਕਿਹਾ ਨਹੀਂ ਤੁਸੀਂ ਜਿੰਨਾਂ ਨੂੰ ਕਹਿੰਦੇ ਵੀ ਇਹ ਲੋਕ ਪ੍ਰਵਾਨ ਨਹੀਂ ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਚੋਕੇ ਸੀਨੇ ਲਾਣਾ ਕੱਲਾ ਚੋਕੇ ਸੀਨੇ ਨਹੀਂ ਲਾਇਆ ਮਹਾਰਾਜ ਨੇ ਆਪਣੇ ਵਰਗੇ ਬਣਾਇਆ ਮਹਾਰਾਜ ਕਹਿੰਦੇ ਮੇਰੇ ਤੇ ਇਹਨਾਂ ਦੇ ਵਿੱਚ ਭੇਦ ਕੋਈ ਜਦੋਂ ਰੱਬ ਇਸ ਕਾਇਨਾਤ ਵਿੱਚ ਇਸ ਸ੍ਰਿਸ਼ਟੀ ਵਿੱਚ ਵਰਤਦਾ ਆ ਵਰਤਦਾ ਰੱਬ ਸਰੀਰ ਰਹੀ ਹੈ ਹਮੇਸ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਇਸ ਕਾਇਨਾਤ ਵਿੱਚ ਆਏ ਤੇ ਮਾਰੇ ਦੀ ਲੈ ਕੇ ਨਾ ਮੇਰੇ ਤੁਹਾਡੇ ਚ ਕੀ ਆਪਣੇ ਸਿੱਖ ਪੰਥ ਚ 10 ਬੰਦਿਆਂ ਨੂੰ ਪਤਾ ਹੋਊਗਾ ਮਸਾਂ 10 ਬੰਦਿਆਂ ਨੂੰ ਪਤਾ ਹੋਊਗਾ ਕਿ ਗੁਰੂ ਨਾਨਕ ਸਾਹਿਬ ਨੂਰ ਨੇ ਗੁਰੂ ਗੋਬਿੰਦ ਸਿੰਘ ਨੂਰ ਨੇ ਕਿੰਨਿਆਂ ਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਵਰਤੇ ਤੇ ਸਰੀਰ ਕਰਕੇ ਨਾ ਉਹ ਉਹ ਫਿਰ ਜਿਹੜੀ ਹੈ ਦੇਹ ਹੈ ਨਾ ਇਹ ਇੱਕ ਬੜਾ ਵੱਡਾ ਬੰਦੇ ਲਈ ਪਰਦਾ ਬਣ ਜਾਂਦੀ ਹੈ ਇਹ ਅਸੀਂ ਬਹੁਤ ਘੱਟ ਯਕੀਨ ਕਰਦੇ ਅਸੀਂ ਚੰਗਾ ਕਹਿੰਨੇ ਆ ਰਾਗੀਆਂ ਟਾਡੀਆਂ ਨੂੰ ਬਾਬਿਆਂ ਨੂੰ ਆਮ ਬੰਦੇ ਦੀ ਵੀ ਗੱਲ ਕਰਦਾ ਸਾਰੇ ਸਾਡੀ ਨਹੀਂ ਆਮ ਬੰਦਾ ਸਾਡੇ ਚ ਕੋਈ ਭਗਤੀ ਭਾਵ ਵਾਲਾ ਹੋਵੇ ਅਸੀਂ ਉਹਦੀ ਕਦਰ ਕਰਦੇ ਆ ਪਰ ਜੇ ਕੋਈ ਮੇਰੇ ਵਰਗਾ ਬੰਦਾ ਕਹਿ ਦੇ ਜੀ ਉਹ ਤੇ ਰੱਬ ਵਰਗਾ ਲੈ ਲੈ ਥੋੜਾ ਮਾਰਨ ਨੇ ਕਿਥੇ ਲਿ ਗਿਆ ਸਾਰੀ ਗੁਰਬਾਣੀ ਨੇ ਇਹ ਜ਼ਿਕਰ ਕੀਤਾ ਰੱਬ ਤੇ ਬੰਦੇ ਵਿੱਚ ਭੇਦ ਕੋਈ ਪਹਿਲੇ ੴ ਤੋਂ ਲੈ ਕੇ ਲਾਸਟ ਤੱਕ ਮਹਾਰਾਜ ਨੇ ਤਿੰਨ ਜਣਿਆਂ ਦੀ ਗੱਲ ਕੀਤੀ ਅਕਾਲ ਪੁਰਖ ਦੀ ਗੁਰੂ ਦੀ ਗੁਰਸਿੱਖ ਦੀ ਤੇ ਜਦੋਂ ਕੋਈ ਗੁਰਸਿੱਖ ਗੁਰੂ ਸਾਹਿਬ ਵਰਗਾ ਬਣ ਲੱਗ ਪੈਂਦਾ ਨਾ ਉਹਦਾ ਚਿਹਰਾ ਮਹਾਂਦਰਮ ਨਰਨਰਨ ਲੱਗ ਪੈਂਦਾ ਉਹਦੇ ਚਿਹਰੇ ਚੋਂ ਉਹਦੇ ਸਰੂਪ ਦੇ ਵਿੱਚੋਂ ਮਹਾਰਾਜ ਆਪ ਪ੍ਰਗਟ ਹੋਣ ਲੱਗ ਪੈਂਦੇ ਇਪ ਪਿੱਛੇ ਜੇ ਬਾਬਾ ਇਕਬਾਲ ਸਿੰਘ ਚੜ੍ਹਾਈ ਕੀਤੇ ਨੇ ਆਪਣੇ ਬਡੂ ਸਾਹਿਬ ਵਾਲੇ ਅਸੀਂ ਪਟਿਆਲੇ ਗਏ ਇੱਕ ਵਾਰੀ ਕਥਾ ਕਰਨ ਮਾਰੇ ਲੈ ਕੇ ਗਏ ਤੇ ਉੱਥੇ ਕੀ ਤਕਿਆ ਕਿ ਇੱਕ ਪਰਿਵਾਰ ਨੇ ਸਾਨੂੰ ਘਰੇ ਪ੍ਰਸ਼ਾਦੇ ਤੇ ਬੁਲਾਇਆ ਉਹ ਦੱਸ ਦੇ ਕਹਿੰਦੇ ਵੀ ਬਾਬਾ ਇਕਬਾਲ ਸਿੰਘ ਜੀ ਆਪ ਆਣ ਕੇ ਇਸ ਬੰਦੇ ਨੂੰ ਆਏ ਕਿਸੇ ਵਿਆਹ ਤੇ ਸੀਗੇ ਜਿੱਦਾਂ ਮੈਂ ਇਸ ਪਿੰਡ ਨੂੰ ਕ੍ਰੋਸ ਕਰਕੇ ਜਾਣਾ ਹੋਵੇ ਉਹਨਾਂ ਦਾ ਸੁਨਾਮ ਦੇ ਨੇੜੇ ਘਰ ਆ ਕੋਈ ਪਿੰਡ ਆ ਉਧਰ ਪੈਂਦਾ ਸੁਨਾਮ ਦੇ ਕੋਲ ਉਹ ਕਹਿੰਦੇ ਬਾਬਾ ਜੀ ਨਾ ਕਿਤੇ ਵਿਆਹ ਤੇ ਆਏ ਤੇ ਉਹ ਪਰਿਵਾਰ ਵਾਲੇ ਕਹਿੰਦੇ ਵੀ ਬਾਬਾ ਜੀ ਪ੍ਰਸ਼ਾਦਾ ਛਕੋ। ਉਹ ਮਾਪੁਰ ਕਹਿੰਦੇ ਵੀ ਇਸ ਤੇ ਵਿਆਹ ਤੁਨੀ ਪੜਿਆ ਖਾਂਦੇ ਵੀ ਇਸ ਤੇ ਕਿਸ ਦੇ ਘਰੋਂ ਖਾਵਾਂਗੇ। ਤੇ ਉਹ ਕਹਿੰਦੇ ਬਾਬਾ ਜੀ ਵੀ ਆਪਣਾ ਘਰ ਤਾਂ ਦੂਰ ਆ ਵੀ ਇੱਥੋਂ ਪਿੱਤੀ 40 ਕਿਲੋਮੀਟਰ ਦੂਰ ਆ। ਸੁਨਾਮ ਬਰਾਤ ਗਈ ਸੀ ਉਹ ਦੱਸਦੇ। ਤੇ ਬਾਬਾ ਜੀ ਆਏ ਸਾਨੂੰ ਮੁੰਡੇ ਵਾਲਿਆਂ ਦੇ ਪਰਿਵਾਰ ਵੱਲੋਂ। ਉਹ ਕਹਿੰਦੇ ਬਾਬਾ ਜੀ ਇੱਥੇ ਤਾਂ ਆਪਣਾ ਕੋਈ ਰਿਸ਼ਤੇਦਾਰ ਨਹੀਂ ਹੈ, ਸਾਖ ਸਬੰਧੀ ਨਹੀਂ ਹੈ ਤੇ ਨਾ ਹੋਣਾ ਆਪਾਂ ਕੁੜੀ ਵਾਲਿਆਂ ਨੂੰ ਕਹਿ ਸਕਦੇ ਵੀ ਸਾਨੂੰ ਪ੍ਰਸ਼ਾਦਾ ਛਕਾਓ। ਬਾਬਾ ਜੀ ਕਹਿੰਦੇ ਨਹੀਂ ਨਹੀਂ ਸਾਡਾ ਪੁਰਾਣਾ ਲਿਹਾਜ਼ੀ ਹੈਗਾ ਸੀ ਉਹਦੇ ਕੋਲ ਚੱਲਦੇ ਆ। ਵੀ ਅਹੀ ਹੈਰਾਨ ਵੀ ਕਿਹੜਾ ਪੁਰਾਣਾ ਲਹਿਜੀ ਆ ਗਿਆ ਵੀ ਆਪਾਂ ਤਾਂ ਕਦੇ ਪਟਿਆਲਾ ਸ਼ਹਿਰ ਆਉਣੇ ਆ ਵੀ ਸੁਨਾਮ ਵਾਲੇ ਏਰੀਆ 'ਚ ਆਉਣੇ ਆ ਲੰਘਦੇ ਟੱਪ ਦੇ ਪਰ ਇਦਾਂ ਲਹਿਜੀ ਨਹੀਂ ਹੈ ਕੋਈ ਖਾਸ ਜਿਹੜਾ ਬਾਬਾ ਜੀ ਦੇ ਨੇੜੇ ਹੋਵੇ ਉਹ ਕਹਿੰਦੇ ਗੱਡੀ ਉਹ ਕਹਿੰਦੇ ਵੀ ਇਧਰ ਨੂੰ ਪਟਿਆਲਾ ਰੋਡ ਨੂੰ ਪਾਓ ਪਾਈ ਤੇ ਜਦੋਂ ਡਰਾਈਵਰ ਚਲਾ ਰਿਹਾ ਉਹ ਕਹਿੰਦੇ ਰੋਕ 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 ਪਿੱਛੇ ਰਹਿਗਾ ਕਰ ਹੱਥੋਂ ਕੀ ਪਿੱਛੇ ਕਿਤੇ ਹੈ ਉਹ ਕਹਿੰਦੇ ਜੀ ਪਿੱਛੇ ਹੈ ਗੱਡੀ ਮੜਵਾਈ ਉਹਨਾਂ ਦੇ ਘਰੇ ਲੈ ਕੇ ਗਏ ਤਾਂ ਉਹਨੇ ਤੇ ਬੈਲ ਮਾਰੀ ਬਹੁਤ ਵੱਡੇ ਅਮੀਰ ਲੋਕ ਨੇ ਉਹ ਜਿਨ੍ਹਾਂ ਦਾ ਘਰ ਆ ਉਹਨਾਂ ਦਾ ਦਰਵਾਜ਼ਾ ਖੜਕਾਇਆ ਕਹਿੰਦੇ ਜੀ ਤੁਹਾਡਾ ਇੱਕ ਬੰਦਾ ਸਾਨੂੰ ਚਾਹੀਦਾ ਆ ਪਰਿਵਾਰ ਵਾਲੇ ਹੈਰਾਨ ਵੀ ਹੈ ਕੌਣ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਬਾਬਾ ਇਕਬਾਲ ਸਿੰਘ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕੰਨੋਂ ਕੰਨੀ ਨਹੀਂ ਪਤਾ ਵੀ ਇਹ ਕੌਣ ਨੇ ਉਹ ਆਏ ਤਿੰਨੇ ਚਾਰੇ ਭਰਾ ਨੇ ਤਵੇ ਕਹਿੰਦੇ ਤੂੰ ਰਿਆ ਤੇਰੀ ਘਰ ਦੀ ਕਿੱਥੇ ਆ ਕਹਿੰਦੇ ਬਾਬਾ ਜੀ ਉਹ ਪਰਸੋਈ ਚ ਹੈ ਕਹਿੰਦੇ ਉਹਨੂੰ ਕਹੇ ਤੇਰਾ ਬਾਪੂ ਆਇਆ ਤੇ ਪ੍ਰਸ਼ਾਦਾ ਛਕਣਾ ਆਇਆ। ਇਥੋਂ ਉਹਨਾਂ ਨੇ ਗੱਲ ਕਿ ਤੂੰ ਉਹਨੂੰ ਕਹਿ ਵੀ ਪ੍ਰਸ਼ਾਦਾ ਛਕਣਾ ਸੀ ਅਸੀਂ 6-7 ਜਾਣਿਆ ਪ੍ਰਸ਼ਾਦਾ ਤਿਆਰ ਕਰੋ। ਉਹ ਮਹਾਰਾਜ ਜਿਨ੍ਹਾਂ ਦੇ ਸੰਜੋਗ ਹੁੰਦੇ ਜਿਨ੍ਹਾਂ ਦੇ ਇੱਕ ਦੂਜੇ ਦਾ ਪਰਪੁਰਪਲਾ ਜਾਗਿਆ ਹੁੰਦਾ ਮਿਲਿਆ ਹੁੰਦਾ ਹੈ। ਉਹ ਕਹਿੰਦੇ ਜੀ ਸਤਿਬਚਨ। ਸਤਿਬਚਨ ਕਹਿ ਕੇ ਉਹਨਾਂ ਨੇ ਬੀਬੀਆਂ ਨੂੰ ਪ੍ਰਸ਼ਾਦਾ ਬਣਾਉਣ ਤੇ ਲਾ ਦਿੱਤੀ। ਉਹ ਬੈਠੇ-ਬੈਠੇ ਪੁੱਛਣ ਲੱਗੇ ਨਾਲ ਦੇ ਆਪਣੇ ਸੇਵਾਦਾਰੀ ਬਾਬਾਈ ਨੂੰ ਪੁੱਛਦੇ। ਕਹਿੰਦੇ ਬਾਬਾਈ ਤੁਸੀਂ ਕਹਿੰਦੇ ਸਾਡਾ ਪੁਰਾਣਾ ਲਹਿਜੀ ਹੈ। ਕਿੰਨਾ ਕੁ ਪੁਰਾਣਾ ਲਿਆ ਜੀ ਬਾਬਾ ਜੀ ਕਹਿੰਦੇ ਪਿਛਲੇ ਵਾਰੀ ਸਾਡੇ ਨਾਲ ਹੁੰਦਾ ਸੀ ਉਹ ਪਰਿਵਾਰ ਵਾਲੇ ਦੱਸਦੇ ਨੇ ਉਹਨਾਂ ਤਿੰਨਾ ਚਾਰਾਂ ਭਰਾਵਾਂ ਦਾ ਮਾਂਦਰਾ ਇੱਕੋ ਜਿਹਾ ਆਪਣੇ ਬਾਪੂ ਵਰਗਾ ਪਰ ਉਸ ਇੱਕ ਪਿਆਰੇ ਦਾ ਚਿਹਰਾ ਬਾਬਾ ਇਕਬਾਲ ਸਿੰਘ ਵਰਗਾ ਢਲਣਾ ਸ਼ੁਰੂ ਹੋ ਗਿਆ ਹੁਣ ਉਹਨਾਂ ਨੂੰ ਵੇਖ ਲਈਏ ਤੇ ਬਾਬਾ ਇਕਬਾਲ ਸਿੰਘ ਨੂੰ ਦੇਖੀਏ ਦੋਵੇਂ ਇੱਕੋ ਜੇ ਲੱਗਦੇ ਸਨ ਸਾਨੂੰ ਉਹਨਾਂ ਨੇ ਫੋਟੋ ਵਿਖਾਈ ਬਾਕਾਇਦਾ ਕਹਿੰਦੇ ਬਾਬਾ ਜੀ ਆਹ ਪੁਰਾਣੀ ਫੋਟੋ ਆ ਇਹ ਹੋਣ ਵਾਲੀ ਆ ਜਦੋਂ ਕਿਸੇ ਸਿੱਖ ਦੇ ਅੰਦਰ ਸਤਿਗੁਰੂ ਪ੍ਰਗਟ ਹੋਣ ਲੱਗ ਪੈਂਦੇ ਨਾ ਉਹਦੇ ਬੋਲਾਂ 'ਚ ਉਹਦੀ ਰਹਿਣੀ ਬਹਿਣੀ 'ਚ ਉਹਦੇ ਨੈਣ ਨਕਸ਼ਾਂ 'ਚ ਸਤਿਗੁਰੂ ਪ੍ਰਗਟ ਹੋ ਜਾਂਦੇ ਇਸ ਲਈ ਮਾਰਾ ਨੇ ਕਿਹਾ ਜਦੋਂ ਸਾਧੂ ਕਿਸੇ ਤੇ ਆਪਣੀ ਨਿਗਾਹ ਪਾਉਂਦਾ ਆ ਤੂੰ ਦਾ ਪੜਾ ਕਰ ਦਿੰਦਾ ਆ ਮਾਰਾ ਕਹਿੰਦੇ ਜਿਨ੍ਹਾਂ ਦਿਸੰਧੜਿਆ ਦੁਰਮਤ ਵੰਜਿਆ ਮਿੱਤਰ ਅਸਾੜੜੇ ਸਹੀ ਵੇਖੇਗਾ ਤੇ ਤਾਂ ਹੀ ਸਹੀ ਹੋਵਾਂਗੇ ਜੋ ਸਾਧੂ ਤੱਕੇ ਹੀ ਨਾ ਤੇ ਮੋੜ ਕੇ ਰੱਖ ਦਿੰਦਾ ਅਗਲਾ ਕਹਿੰਦਾ ਜਾ ਤੁਰਿਆ ਪਰ ਜਦੋਂ ਸਾਧੂ ਫਿਰ ਉਹ ਰੱਬ ਵਾਲੀਆਂ ਅੱਖਾਂ ਦੇ ਨਾਲ ਕਿਸੇ ਨੂੰ ਵੇਂਦਾ ਤੇ ਪੜਾ ਕਰ ਸਕਦਾ। ਬਸ ਜਿਸ ਦਿਨ ਅਸੀਂ ਇਸ ਬਾਡੀ ਤੋਂ ਪਾਰ ਕਿਸੇ ਜੋਤ ਨੂੰ ਵਰਤਦਿਆਂ ਵੇਖਿਆ। ਉਸ ਦਿਨ ਮੈਨਾਂ ਤੁਹਾਡਾ ਬਹੁਤ ਭਲਾ ਹੋਣਾ ਤੇ ਉਸ ਦਿਨ ਭਗਤੀ ਕਰਨ ਦਾ ਬੰਦਗੀ ਕਰਨ ਦਾ ਨਜ਼ਾਰਾ ਆਉਣਾ ਸ਼ੁਰੂ ਹੋ ਜਾਣਾ। ਇਹ ਸਾਡੇ ਚ ਕਈ ਕਹਿੰਦੇ ਵਾਵੇ ਪਾਠ ਕਰਦੇ ਜੀ ਨਹੀਂ ਮਨ ਨਹੀਂ ਲੱਗਦਾ ਜੀ ਨਹੀਂ ਕਰਦਾ। ਕਿਉਂ ਨਹੀਂ ਲੱਗਦਾ ਪੜਾ? ਅਸੀਂ ਬੰਦੇ ਵੇਣੇ ਆ। ਅਸੀਂ ਚੀਜ਼ਾਂ ਦਾ ਧਿਆਨ ਹੁੰਦਾ ਬੁ ਘਰ ਪਾਉਣਾ, ਪਾਣੀ ਲਾਉਣਾ। ਇੱਕ ਦੂਦਰ ਕੰਮ ਕਰਨੇ ਸੱਜੇ ਕੰਮ ਕਰਨੇ ਖੱਬੇ ਕਰਨੇ ਇਹ ਸਾਡੇ ਝਮੇਲੇ ਨੇ ਉਹ ਸਾਨੂੰ ਬਾਹਰ ਰੱਖ ਦਿੰਦੇ ਨੇ ਤਾਂ ਜਿੰਨਾ ਚਿਰ ਕੋਈ ਬੰਦਾ ਬਾਹਰ ਰਹੇਗਾ ਹੁਣ ਇਸ ਪਿੰਡ 'ਚ ਆਪਾਂ ਬੈਠੇ ਮੈਂ ਇੱਥੇ ਬੈਠਿਆਂ ਦੀ ਗੱਲ ਕਰ ਰਿਹਾ ਜਿਹੜੇ ਤੁਸੀਂ ਬੈਠੇ ਹੋ ਤੁਹਾਨੂੰ ਮੇਰੀ ਕਥਾ ਸਮਝ ਆ ਰਹੀ ਆ ਜਾਂ ਜਿਹੜੇ ਮਾੜਾ ਜਾਂ ਧਿਆਨ ਨਾਲ ਸੁਣ ਰਹੇ ਨੇ ਬਾਹਰ ਬੈਠੇ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਗਿਆਨੀ ਜੀ ਕੀ ਬੋਲ ਰਹੇ ਨੇ ਕੀ ਕਹਿ ਰਹੇ ਨੇ ਜਿਹੜਾ ਬੰਦਾ ਬਾਹਰ ਉੱਥੇ ਖੜਾਉਣੇ ਖਰੀਦੀ ਜਾਂਦਾ ਉਹਨੂੰ ਮੇਰੇ ਨਾਲ ਕੀ ਪਾ ਜਿਹੜਾ ਦਾਇਰੇ ਚ ਆ ਗਿਆ ਉਹ ਪਾਰ ਜਦੋਂ ਕੋਈ ਗੁਰਸਿੱਖ ਇਬਾਦਤ ਕਰਨ ਦਾ ਆਰੰਭਤਾ ਕਰਦਾ ਆ ਉਹਨੂੰ ਇੱਕ ਗੱਲ ਜ਼ਰੂਰ ਧਿਆਨ ਚ ਰੱਖਣੀ ਚਾਹੀਦੀ ਆ ਸੋਹਣਿਆ ਤੇਰੇ ਲਈ ਇਸ ਸੰਸਾਰ ਦੇ ਵਿੱਚ ਨਾ ਕੋਈ ਆਪਣਾ ਬੱਚਾ ਹੀ ਤੇ ਨਾ ਕੋਈ ਬਗਾਨਾ ਬੱਚਾ ਕਿਉਂਕਿ ਬੰਦਾ ਮਾਰਿਆ ਵੀ ਆਪਣਿਆਂ ਤੇ ਜਾਂਦਾ ਆ ਤੇ ਮਾਰਿਆ ਬਗਾਨਿਆਂ ਤੇ ਵੀ ਜਾਂਦਾ ਆ ਸੰਸਾਰ ਲੁੱਟਦਾ ਤੇ ਆਪਣੇ ਲੁੱਟਦੇ ਬਗਾਨੇ ਕੋਈ ਨਹੀਂ ਲੁੱਟਦੇ ਤੇ ਤੁਹਾਡੇ ਚ ਉਂਦੇ ਪਿੰਡਾਂ 'ਚ ਵੈਸੇ ਲੋਕ ਘਟ ਹੁੰਦੇ ਸ਼ਹਿਰਾਂ 'ਚ ਬੜੀ ਸਾਨੂੰ ਦਿੱਕਤ ਆਉਂਦੀ ਹੈ ਵੀ ਲੋਕ ਡਿਪਰੈਸ਼ਨ 'ਚ ਬਹੁਤ ਨੇ ਲੋਕ ਡਿਪਰੈਸ਼ਨ 'ਚ ਬਹੁਤ ਨੇ ਹਰ ਇੱਕ ਬੰਦਾ ਗੋਲੀਆਂ ਲਗਭਗ ਖਾਂਦਾ ਹੀ ਹਰ ਇੱਕ ਦਸਾਂ 'ਚੋਂ ਸੱਤ ਬੰਦੇ ਤਾਂ ਕਾਂਦੇ ਮਹਾਰਾਜ ਦੀ ਕਿਰਪਾ ਨਾਲ ਪਰ ਆਪਣੇਆ ਕਰਕੇ ਨੇ ਬਗਾਨਿਆਂ ਕਰਕੇ ਥੋੜਾ ਕਿਤੇ ਹੋ ਆਪਣੇਆ ਕਰਕੇ ਮੇਰੇ ਸਮਾਜ ਕੀ ਕਹੇਗਾ ਤੁਹਾਡੇ 'ਚ ਵੀ ਕਹੀ ਹੈ ਤੇ ਮਾਰੇ ਦੇ ਪਿਆਰੇ ਹੋਣੇ ਨੇ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹਨਾਂ ਨੂੰ ਪੁੱਛੀਏ ਜੀ ਕਿਉਂ ਉਹਨਾਂ ਦਾ ਇੱਕੋ ਜਵਾਬ ਹੁੰਦਾ ਬਾਬਾ ਜੀ ਲੋਕ ਕੀ ਕਹਿਣਗੇ ਬਾਬਾ ਬਣ ਗਏ ਹਾਂਜੀ ਕਿਸੇ ਛੋਟੇ ਬੱਚੇ ਨੂੰ ਕਹੀਏ ਪਹਿਰੇ ਅਮਰ ਚ ਉਹ ਕਹਿੰਦਾ ਲੈ ਹੁਣੇ ਬਾਬੇ ਜੇ ਬਣ ਜਾਈਏ ਉਹਦਾ ਕਾਰਨ ਇੱਕੋ ਹੀ ਹੈ ਅਸੀਂ ਉਸ ਵਰਤਦੀ ਹੋਈ ਜੋਤ ਨੂੰ ਨਹੀਂ ਦੇਖਦੇ ਫਿਰ ਜਦੋਂ ਕੋਈ ਗੁਰੂ ਦਾ ਸਾਧੂ ਗੁਰੂ ਦਾ ਪਿਆਰਾ ਇਸ ਕਾਇਨਾਤ ਵਿੱਚ ਵਰਤਦਾ ਆ ਰੱਬ ਉਹਦੇ ਅੰਦਰ ਬੈਠ ਕੇ ਉਹਨੂੰ ਕਹਿੰਦਾ ਤੂੰ ਆ ਆ ਕੰਮ ਕਰ ਫਿਰ ਉਹ ਆਪਣੇ ਪਿਆਰੇ ਨੂੰ ਕੋਈ ਜ਼ਿੰਮੇਵਾਰੀ ਦੇ ਦਿੰਦਾ ਆ ਜਿੱਦਾਂ ਆ ਸਥਾਨ ਪ੍ਰਗਟ ਹੋਇਆ ਮੈਂ ਕੱਲ ਪੜ ਰਿਹਾ ਸਾਂ ਹਲੇ ਨੂੰ ਸਿਰਫ ਆਪਾਂ ਨੂੰ 70 ਕਸਾਲ ਹੀ ਹੋਏ ਨੇ 65-70 ਸਾਲ ਹੋਏ ਨੇ ਹਲੇ ਆਪਾਂ ਇਸ ਸਥਾਨ ਨੂੰ ਬਣਾਉਣਾ ਸ਼ੁਰੂ ਕੀਤਾ ਕਿਸੇ ਨੂੰ ਮਾਰਿਆ ਨੇ ਉਦਮ ਦਿੱਤਾ ਵੀ ਤੂੰ ਕਰ ਸਾਰਾ ਪਿੰਡ ਨਾਲ ਲੱਗਾ ਸਾਰੇ ਪਿੰਡ ਦੀ ਤੁਸੀਂ ਫੋਟੋ ਨਹੀਂ ਲਾਈ ਸਿਰਫ ਇੱਕੋ ਪਿਆਰੇ ਦੀ ਲਾਈ ਕਾਰਨ ਉਦਮੀ ਉਹ ਸੀ ਅੱਗੇ ਲੱਗਣ ਵਾਲਾ ਉਹ ਸੀ ਉਹ ਕਿਦਾਂ ਉਦਮ ਕਰਦਾ ਕਿਉਂ ਉਦਮ ਕਰਦਾ ਉਹਨੂੰ ਕੀ ਦਿੱਸ ਪੈਂਦਾ ਵੀ ਮੈਂ ਇਸ ਤਰ੍ਹਾਂ ਕਰਨਾ ਹੈ ਕਿਉਂਕਿ ਉਹਦੇ ਅੰਦਰ ਬੈਠਾ ਵਾਹਿਗੁਰੂ ਖੁਦ ਉਹਨੂੰ ਪ੍ਰੇਰਣਾ ਕਰ ਦੰਦਾ ਆ ਕਿ ਤੂੰ ਇਸ ਤਰ੍ਹਾਂ ਕਰ ਕਿਉਂਕਿ ਇਹ ਕੋਈ ਗਲਤ ਥਾਵਾਂ ਤਾਂ ਹੈ ਨਹੀਂ ਕਿਆਂ ਇਥੋਂ ਤਾਂ ਸਾਰਿਆਂ ਨੂੰ ਸੋਹਣਾ ਸਨੇਹ ਹੀ ਦਿੱਤਾ ਜਾਣਾ ਆ ਚੰਗਾ ਸਨੇਹ ਹੀ ਦਿੱਤਾ ਜਾਣਾ ਆ ਪਰ ਜਿਹੜਾ ਫਿਰ ਰੱਬ ਦਾ ਪਿਆਰਾ ਇਸ ਤਰ੍ਹਾਂ ਵਰਤਦਾ ਆ ਉਹ ਇੱਕ ਚੀਜ਼ ਤੇ ਜਾ ਕੇ ਖੜ ਜਾਂਦਾ ਆ ਉਹਨੂੰ ਸਿਰਫ ਇੱਕੋ ਚੀਜ਼ ਇਸ ਸੰਸਾਰ ਵਿੱਚ ਚੰਗੀ ਲੱਗਦੀ ਕਿ ਮੈਂ ਜੋ ਕੁਝ ਕਰਨਾ ਆਪਣੇ ਗੁਰੂ ਲਈ ਕਰਨਾ ਮੈਂ ਲੋਕਾਂ ਲਈ ਨਹੀਂ ਕਰਦਾ ਉਹਦਾ ਕਾਰਨ ਉਹਨੂੰ ਗੁਰੂ ਤੋਂ ਬਿਨਾ ਵਰਤਦਾ ਦੂਜਾ ਦਿਸਦਾ ਹੀ ਕੋਈ ਨਹੀਂਗਾ ਉਹਨੇ ਕਿਸੇ ਨੂੰ ਬਗਾਨਾ ਸਮਝ ਸਕਦਾ ਉਹਦੇ ਕੋਲ ਤਾਕਤ ਹੀ ਨਹੀਂ ਹੁੰਦੀ ਅੱਜ ਮੈਂ ਕੱਲ ਵੀ ਕਿਹਾ ਸੀ ਇਸ ਰਾਹ ਤੇ ਜਿਹੜੇ ਬੰਦੇ ਤੁਰੇ ਉਹ ਵਾਪਸ ਨਹੀਂ ਜਾ ਸਕਦੇ ਉਹ ਨਹੀਂ ਵਾਪਸ ਮੁੜ ਸਕਦੇ ਉਹਨਾਂ ਕੋਲ ਕੋਈ ਰਾਹ ਨਹੀਂ ਬਾਕੀ ਮਹਾਰਾਜ ਦੇ ਇੱਕ ਬਾਣੀ ਦੇ ਵਿੱਚ ਬਚਨ ਆਉਂਦਾ ਮਹਾਰਾਜ ਕਹਿੰਦੇ ਹਾਂ ਫਿਰੋ دیਵਾਨੀ ਆਵਲ ਬਾਵਲ ਮਹਾਰਾਜ ਕਹਿੰਦੇ ਬਾਵਰੇ ਹੋ ਤੁਰਨਾ ਪੈਂਦਾ ਫਿਰ ਜਦ ਬੰਦਾ ਇਸਰਾਹ ਤੇ ਤੁਰ ਪੈਂਦਾ ਇਸ ਲਈ ਬਹੁਤ ਲੋਕ ਧਰਮ ਪਸੰਦ ਨਹੀਂ ਕਰਦੇ ਇਹ ਨਹੀਂ ਕਿ ਇੱਥੇ ਖਾਣ ਪੀਣ ਦੀ ਸ਼ੂਟ ਨਹੀਂ ਗਈ ਜਾਂ ਅਸੀਂ ਕੋ ਨੱਚ ਕੋ ਨਹੀਂ ਸਕਦੇ ਨਹੀਂ ਵੱਡੀ ਜਿਹੜੀ ਗੁੱਝੀ ਗੱਲ ਇਹ ਹੈ ਕਿ ਜਦੋਂ ਕੋਈ ਬੰਦਾ ਬੰਦਗੀ ਕਰਦਾ ਆ ਇਸ ਬੰਦਗੀ ਦੀ ਤਾਕਤ ਨੂੰ ਬਰਦਾਸ਼ਤ ਕਰਨਾ ਬਹੁਤ ਇਹ ਕਾਰਨ ਹੈ ਭਗਤੀ ਨਾ ਕਰਨ ਦਾ ਜਿੱਦਾਂ ਦੇਸੀ ਘਿਓ ਸਾਰਿਆਂ ਨੂੰ ਨਹੀਂ ਪੱਚਦਾ ਵਡਿਆਈ ਸਾਰਿਆਂ ਨੂੰ ਨਹੀਂ ਪੱਚਦੀ ਤਾਕਤ ਵੀ ਸਾਰੇ ਬੰਦਿਆਂ ਨੂੰ ਨਹੀਂ ਪੱਚਦੀ ਪੈਸਾ ਵੀ ਸਾਰੇ ਬੰਦਿਆਂ ਨੂੰ ਨਹੀਂ ਪੱਚਦਾ ਭਗਤੀ ਵੀ ਹਰ ਬੰਦੇ ਨੂੰ ਰਾਸ ਨਹੀਂ ਆਉਂਦੀ ਕੱਲਾ ਜੇ ਕੋਈ ਕਰੇ ਕੱਲਾ ਜੇ ਕੋਈ ਆਖੇ ਨਾ ਮੈਂ ਪਿੰਡ ਬੈਠਾ ਮੈਂ ਰੱਬ ਰੱਬ ਜਪੀ ਜਾਊਂਗਾ ਮੈਂ ਕਿਹੇ ਬਾਬੇ ਕੂਲ ਨਹੀਂ ਜਾਣਾ ਮਤਲਬ ਮੈਨੂੰ ਕੀ ਲੋੜ ਆ ਕਥਾਵਾਚਕ ਹੋਊਗਾ ਉਹਦੇ ਘਰੋਂ ਮੈਂ ਇਹਨੂੰ ਕਿਉਂ ਸੁਣਾ ਮੈਂ ਨਹੀਂ ਕਿਸੇ ਰਾਗੀ ਨੂੰ ਸੁਣਦਾ ਇਕਦਾ ਬੰਦਾ ਫਸ ਜਾਂਦਾ ਫਿਰ ਕਿਉਂਕਿ ਮਹਾਰਾਜ ਤੱਕ ਰਹੇ ਹੁੰਦੇ ਆ ਵੀ ਇਹ ਕੀ ਸਮੇਂ ਦਾ ਸੰਗਤ ਹੈ ਮਹਾਰਾਜ ਵੇਖਦੇ ਸਾਡੇ ਇੱਕ ਸਾਧੂ ਜਾਨ ਨੇ ਮਹਾਰਾਜ ਦੇ ਪਿਆਰੇ ਅਸੀਂ ਜਵਦੀ ਟਕਸਾਲ ਗਏ ਉੱਥੇ ਪ੍ਰੋਗਰਾਮ ਸੀਗਾ ਤੇ ਆਪਣੇ ਤੇ ਇਥੇ ਚਰਨਕੁੰਡ ਆਪਾਂ ਬਣਾਇਆ ਨਹੀਂ ਨਾ ਤੇ ਸਾਡੇ ਲੁਧਿਆਣੇ ਤੁਹਾਨੂੰ ਪਤਾ ਵੀ ਬਿਹਾਰੀਏ ਜਿਆਦਾ ਰਹਿੰਦੇ ਨੇ ਤੇ ਉੱਥੇ ਜਵਦੀ ਟਕਸਾਲ ਸਮਾਗਮ ਹੁੰਦਾ ਆ ਉੱਥੇ ਅੱਧੀ ਸੰਗਤ ਪੰਜਾਬੀ ਹੁੰਦੇ ਨੇ ਤੇ ਅੱਦੇ ਉਹ ਆਏ ਨਰ ਕੋ ਕਿਤੇ ਲੱਗਰ ਬਹੁਤ ਸੋਨਾ ਬਣਾਉਂਦੇ ਨੇ ਬਾਬਾ ਜੀ ਉਹ ਜਦੋਂ ਮਹਾਂਪੁਰਖ ਆਏ ਨਾ ਤੇ ਉਹਨਾਂ ਨੇ ਚਰਨਕੁੰਡ ਦੇ ਵਿੱਚ ਮਤਲਬ ਮੈਂ ਸ਼ਬਦ ਠੇਠ ਪੰਜਾਬੀ ਇੰਨਾ ਗੰਦਾ ਪਾਣੀ ਨਾ ਉੱਥੇ ਮਤਲਬ ਮਿੱਟੀ ਮਿੱਟੀ ਸੀ ਹੋਰ ਕੁਝ ਵੀ ਨਹੀਂ ਉਹਨਾਂ ਮਹਾਂਪੁਰਖ ਹੈ ਨਾ ਈਦਾ ਚੂਲੀ ਭਰੀ ਨਾਲੇ ਤੇ ਅੱਧੀ ਪੀ ਗਏ ਤੇ ਅੱਧੀ ਸਿਰ ਦੇ ਵਿੱਚ ਪਾਲੀ ਤੇ ਉਹ ਪੱਗ ਬੰਨਦੇ ਨੇ ਚਿੱਟੀ ਹਮੇਸ਼ਾ ਸਾਫ਼ ਸੁਵਛ ਕੱਪੜੇ ਮੈਂ ਨਾਲ ਸਾਥ ਇੱਕ ਵਾਰੀ ਤੇ ਪੈਰਾ ਥੱਲੋਂ ਜ਼ਮੀਨ ਖਿਸਕੀ ਇੱਕ ਵਾਰੀ ਤਾਂ ਲੱਤਾਂ ਕੰਬ ਗਈਆਂ ਵੀ ਵਾਏ ਤੇ ਉਹ ਇੱਕ ਦਿਨ ਗਏ ਉਹਨਾਂ ਕੋਲ ਬਜਰ ਕਰਦੇ ਸਨ ਉਹ ਕਥਾ ਕਰ ਰਹੇ ਸਨ ਤੇ ਮੈਂ ਨਾ ਸੰਗਤ ਵਿੱਚ ਬੈਠਾ ਹੀ ਮਨ ਚ ਫੁਰਨਾ ਕੀਤਾ ਮੈਂ ਬਾਬਾ ਜੀ ਉਹਦਨ ਵਾਲੀ ਮੈਨੂੰ ਗੱਲ ਨਹੀਂ ਸਮਝ ਆਈ ਵੀ ਤੁਸੀਂ ਉੱਥੋਂ ਇਦਾਂ ਚੁਲਾ ਭਰ ਕੇ ਕਿਉਂ ਪੀਤਾ ਸੰਗਤ 'ਚ ਬੈਠਾ ਮੈਂ ਜਿੱਦਾਂ ਤੁਸੀਂ ਬੈਠੇ ਹੋ ਤੇ ਉਹਨਾਂ ਨੇ ਫਿਰ ਦੱਸਿਆ ਉਹ ਉਸੇ ਬਚਨਾਂ 'ਚ ਉਹ ਆਂਦੇ ਜਦੋਂ ਕੋਈ ਗੁਰਸਿੱਖ ਜਦੋਂ ਕੋਈ ਗੁਰਸਿੱਖ ਗੁਰੂ ਨਾਨਕ ਸਾਹਿਬ ਨੂੰ ਮਿਲ ਪੈਂਦਾ ਆ ਉਦੋਂ ਉਹਨੂੰ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੋਈ ਦੂਜਾ ਦੇਖ ਹੀ ਨਹੀਂ ਸਕਦਾ ਲੱਖ ਜੋਰ ਲਾ ਲਵੇ ਉਹ ਲੱਖ ਜੋਰ ਲਾ ਲਵੇ ਉਹਨੂੰ ਦਿਸ ਨਹੀਂ ਸਕਦਾ ਹੁੰਦੇ ਚਾਹ ਕੇ ਸਾਹਮਣੇ ਭਾਵੇਂ ਠੱਗ ਆਵੇ, ਚਰਾਬੀ ਆਵੇ, ਕਵਾਬੀ ਆਵੇ, ਮਾੜਾ ਆਵੇ, ਗਿਰਿਆ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨੂੰ ਸਿਰਫ ਇਸ ਗੱਲ ਦਾ ਮਤਲਬ ਹੁੰਦਾ ਹੈ ਇਹ ਆਪ ਪਰਮੇਸ਼ਰ ਇਹ ਆਪ ਪਰਮੇਸ਼ਰ ਹੁੰਦਾ ਸਿਰਫ ਕੋ ਕਾਰਨ ਨਹੀਂ ਹੁੰਦਾ ਆ ਕਿਉਂਕਿ ਉਹ ਅੰਦਰ ਨਾਲ ਅਟੈਚ ਆ ਅੰਦਰ ਨਾਲ ਜੁੜਿਆ ਹੋਇਆ ਆ ਮੈਂ ਇੱਥੇ ਤੁਹਾਡੇ ਪਿੰਡ ਆਇਆ ਆ ਹੁਣ ਮੰਨ ਕੇ ਚੱਲੋ ਵੀ ਮੇਰੀ ਇਸ ਪਿੰਡ ਕੋਈ ਤੁਹਾਡੇ ਨਾਲ ਰਿਸ਼ਤੇਦਾਰੀ ਹੋਵੇ ਮੰਨ ਕੇ ਚੱਲੋ ਵੀ ਕੋਈ ਸਾਡਾ ਰਿਸ਼ਤੇਦਾਰ ਇੱਥੇ ਰਹਿੰਦਾ ਹੋਵੇ ਪਿੰਡ ਦੇ ਵਿੱਚ ਮੈਂ ਦੱਸਦਾ ਜੀ ਮੈਂ ਫਲਾਣੇ ਪਿੰਡੋਂ ਆ ਇੱਥੇ ਰਹਿਣਾ ਆ ਤੇ ਹੁਣ ਕੋਈ ਬੰਦਾ ਕਥਾ ਸੁਣ ਰਿਹਾ ਤੁਹਾਡੇ ਚੋਂ ਹੀ ਸੁਣ ਰਿਹਾ ਆ ਉਹਨੂੰ ਲੱਗਣਾ ਤੇ ਮੇਰਾ ਆਪਣਾ ਆ ਇਹ ਤੇ ਮੇਰਾ ਆਪਣਾ ਆ ਇਹ ਤੇ ਸਾਡੀ ਭੂਆ ਦਾ ਪੋਤੇ ਸਾਡੀ ਮਾਸੀ ਦਾ ਪੋਤੇ ਆ ਸਾਡੀ ਦੂਰ ਦੀ ਰਿਸ਼ਤਦਾਰੀ ਆ ਤੁਸੀਂ ਮੈਨੂੰ ਸੋਚ ਕੇ ਦੱਸੋ ਕਥਾ ਸੁਣਨ ਦਾ ਫਰਕ ਪਊ ਕਿ ਨਹੀਂ ਪਊ ਜ਼ਮੀਨ ਅਸਮਾਨ ਦਾ ਫਰਕ ਪੈ ਜਾਏਗਾ ਮੇਰੀ ਗੱਲ ਸੁਣਨ ਦੇ ਵਿੱਚ ਕਿਉਂ ਅੰਦਰ ਪ੍ਰੇਮ ਆ ਗਿਆ ਮੇਰਾ ਆਪਣਾ ਆ ਤੇ ਰੱਬ ਦੇ ਪਿਆਰੇ ਦੇ ਅੰਦਰ ਆਹੀ ਖੇਡ ਵਰਤਦੀ ਹੁੰਦੀ ਆ। ਉਹਦੇ ਅੰਦਰ ਰੱਬ ਬੈਠਾ ਹੁੰਦਾ, ਉਹਦੇ ਅੰਦਰ ਆਕਾਲ ਪੁਰਖ ਖੁਦ ਵਰਤਿਆ ਹੁੰਦਾ ਆ। ਉਹਨੂੰ ਇੱਕੋ ਗੱਲ ਸਮਝ ਆਰ ਜਾਂਦੀ ਏ ਇਹ ਸਾਰੇ ਮੇਰੇ ਹੀ ਨੇ ਮੇਰੇ ਬਗਾਨੇ ਨਹੀਂ ਗੇ। ਉਹਨੂੰ ਇੱਕੋ ਗੱਲ ਸਮਝ ਆਉਂਦੀ ਆ। ਉਹ ਫਿਰ ਤਾਂ ਇੱਥੇ ਜਾ ਕੇ ਮਹਾਰਾਜ ਨੇ ਦੱਸਿਆ ਸਾਨੂੰ ਬਿਸਰ ਗਈ ਸਭ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਏ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਤਾਂ ਬਣੀ ਉਹਦਾ ਕਾਰਨ ਉਹਨੂੰ ਆਪਣੇ ਅੰਦਰ ਵਰਤਦਾ ਹੋਇਆ ਦਿਖਿਆ ਨਹੀਂ ਤੇ ਮੈਂ ਇੱਥਾਂ ਦੇ ਕਹਿ ਕੇ ਆਇਆ ਸਾ ਇਹ ਗੁਰਦੁਆਰੇ ਬਣਾਉਣ ਵਾਲੇ ਜਿੰਨਾ ਮਰਜ਼ੀ ਪੈਸਾ ਖਾ ਲੈਣ ਉਹ ਨੂੰ ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ ਹੁੰਦਾ ਕਿਉਂਕਿ ਪਤਾ ਹੀ ਨਹੀਂ ਕਿਸੇ ਨੂੰ ਕਿਹੜਾ ਕਿੰਨਾ ਪਦਾਰਥ ਕਿੱਥੋਂ ਆਉਂਦਾ ਕਿ ਹਰ ਬੰਦਾ ਐਵੇਂ ਦੇ ਕੰਮ ਚੱਗੇ ਨਹੀਂ ਲੱਗ ਸਕਦਾ ਹੁੰਦਾ ਪਰ ਇਹ ਸਿਰਫ ਆਪਣੇ ਮਨ ਦਾ ਇੱਕ ਭਰਮ ਹੈ ਵੀ ਇਹ ਲੋਕ ਖਾਂਦੇ ਨੇ ਨਹੀਂ 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 ਇੱਥੇ ਮਹਾਰਾਜ ਸਾ ਮਤਿਓ ਤੁਸੀਂ ਸਾਰੇ ਆਪਣੇ ਨਿਆਣੇ ਤੁਹਾਨੂੰ ਪਤਾ ਹੀ ਹੈ ਕੁੜੀ ਵਾਸਤੇ ਮੁੰਡਾ ਲੱਭਣਾ ਹੋਵੇ ਮੁੰਡੇ ਵਾਸਤੇ ਕੁੜੀ ਲੱਭਣੀ ਹੋਵੇ ਤਾਂ 10-10 ਰਿਸ਼ਤੇ ਵੇਖੀਂਦੇ ਨੇ 10-10 ਰਿਸ਼ਤੇ 100-100 ਬੰਦਿਆਂ ਦੀ ਮਿੰਤਾਂ ਕਰੀਦੇ ਵੀ ਸੋਹਣਾ ਰਿਸ਼ਤਾ ਕਰਾਈਂ ਸੋਹਣੀ ਪੜ੍ਹਾਈ ਬੱਚੇ ਨੂੰ ਕਰਾਉਣਿਆ ਇਹ ਕੱਪੜੇ ਪਾਉਣੇ ਹੁਣ ਵਿਆਹ ਤੇ ਤੇ ਬੀਬੀਆਂ 100-100 ਸੂਟ ਫਰੋਲ ਕੇ ਰੱਖ ਦਿੰਦੇ ਨੇ ਇਹ ਇਹ ਜਿਹੜੇ ਰੱਬ ਦੇ ਪਿਆਰੇ ਸਾਧੂ ਹੁੰਦੇ ਨੇ ਮਾਰੇ ਨੇ ਆਪਣੇ ਜਿਨ੍ਹਾਂ ਨੂੰ ਉੱਦਮ ਚਾਅ ਦਿੱਤਾ ਹੁੰਦਾ ਮੈਂ ਫਿਰ ਕਹਾਂ ਮੇਰੀ ਬਹੁਤੀ ਕਥਾ ਤੁਹਾਨੂੰ ਚੰਗੀ ਨਹੀਂ ਲੱਗਣੀ ਹੁੰਦਾ ਕਾਰਨ ਕਿ ਤੁਸੀਂ ਬਾਬਾ ਜੀ ਨੂੰ ਜਾਣਦੇ ਹੋ ਤੁਹਾਡੇ ਪਿੰਡ ਦੇ ਸੰਨ ਕਿਉਂਕਿ ਕਈ ਬੰਦੇ ਹੁੰਦੇ ਨੇ ਉਹ ਕਹਿੰਦੇ ਜੀ ਸੁਭਾਅ ਬੜਾ ਅੜਬ ਹੁੰਦਾ ਆ ਇੱਕੋ ਗੱਲ ਜ਼ਿੰਦਗੀ ਚ ਯਾਦ ਰੱਖਿਆ ਜੇ ਜੇ ਕਿਸੇ ਪਿਆਰੇ ਦਾ ਸੁਭਾਅ ਅੜਬ ਆ ਇਹਦਾ ਕਦੇ ਵੀ ਇਹ ਮਤਲਬ ਨਹੀਂ ਹੁੰਦਾ ਕਿ ਰੱਬ ਦਾ ਬੰਦਾ ਨਹੀਂਗਾ ਮੈਂ ਤੁਹਾਨੂੰ ਸੈਂਕੜੇ ਸਾਧੂ ਇਦਾਂ ਦੇ ਦਿਖਾ ਦਿੰਨਾ ਜਿਹੜੇ ਸੁਭਾਅ ਦੇ ਬੜੇ ਅੜਬ ਹੁੰਦੇ ਨੇ ਬਹੁਤ ਅੜਬ ਹੁੰਦੇ ਨੇ ਮੈਂ ਹਿਸਟੋਰੀਕਲ ਫੈਕਟ ਦੱਸਾਂ ਜਿਨਨੇ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਰਾਰਤੀ ਸਨ ਨਾ ਉਹਨਾਂ ਇਸ ਦੁਨੀਆ ਵਿੱਚ ਮੇਰੇ ਹਸਬ ਨਾਲ ਕੋਈ ਨਹੀਂ ਹੋਣਾ ਜਿਨਨੇ ਸ਼ਰਾਰਤੀ ਇਸ ਕਾਇਨਾਤ ਵਿੱਚ ਗੁਰੂ ਨਾਨਕ ਸਾਹਿਬ ਸਨ ਲਾ ਤੁਸੀਂ ਕਿਸੇ ਪੰਡਤ ਨਾਲ ਸ਼ਰਾਰਤ ਕਰਕੇ ਵਿਖਾਓ ਉਹ ਪਾਣੀ ਇੱਧਰ ਨੂੰ ਦਿੰਦੇ ਮਹਾਰਾਜ ਇੱਧਰ ਨੂੰ ਦਿੰਦੇ ਆ ਇਹ ਕੀ ਹੈ ਸ਼ਰਾਰਤੀ ਹੈ ਪੋਰੇ ਗਿਆਨ ਥੋੜਾ ਹੈ ਮਹਾਰਾ ਨੇ ਸ਼ਰਾਰਤ ਕੀਤੀ ਉਹਨਾਂ ਨਾਲ ਪਰ ਮਹਾਰਾ ਨੂੰ ਪਤਾ ਸੀ ਵੀ ਅਸੀਂ ਕਿਉਂ ਕਰ ਰਹੇ ਹਾਂ ਉਹਦਾ ਕਦੇ ਮਤਲਬ ਨਹੀਂ ਹੁੰਦਾ ਕਿ ਕਿਸੇ ਬੰਦੇ ਦਾ ਸੁਭਾਅ ਬੜਾ ਮਿੱਠਾ ਹੋਏ ਤੇ ਸਾਧੂ ਹੋਏਗਾ ਇਹ ਵੀ ਕੋਈ ਚੂ ਇਹ ਵੀ ਫਰੇਬ ਹੈ ਕਿਉਂਕਿ ਚੁੱਪ ਰਹਿਣਾ ਤਾਂ ਜਿੰਨਾ ਮਰਜੀ ਕਰੀ ਚੱਲੋ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਦੇ ਅੰਦਰ ਉਹ ਵਾਹਿਗੁਰੂ ਦੀ ਜੋਤ ਵਰਤ ਜਾਏ ਪਿਆਰੇ ਦੀ ਜੋਤ ਵਰਤ ਜਾਏ ਫਿਰ ਉਹ ਸਾਰਿਆਂ ਵਿੱਚ ਉਸ ਪਿਆਰੇ ਨੂੰ ਵਰਤਦਾ ਵੇਖਦਾ ਆ ਤੇ ਫਿਰ ਉਹ ਭੱਜ ਭੱਜ ਕੇ ਦੂਜਿਆਂ ਲਈ ਸੇਵਾ ਕਰਦਾ ਮਤਲਬ ਹਰ ਬੰਦੇ ਦੇ ਪੈਰੀ ਪੈਣ ਤੱਕ ਜਾਂਦਾ ਵੀ ਜਿਵੇਂ ਕਿਵੇਂ ਕਰਕੇ ਮੈਂ ਇਹਨਾਂ ਦਾ ਪੜਾ ਕਰ ਸਕਾਂ ਮੈਨੂੰ ਰੱਬ ਕੋਈ ਉੱਦਮ ਦੇਵੇ ਮੈਨੂੰ ਕੋ ਰੱਬ ਇਦਾਂ ਦੀ ਸੇਵਾ ਦੇਵੇ ਕਿ ਮੈਂ ਇਹਨਾਂ ਪਿਆਰਿਆਂ ਲਈ ਖੜ ਜਾਵਾਂ ਉਹਨਾਂ ਦੇ ਅੰਦਰ ਸਿਰਫ ਇਹ ਹੀ ਖਿਆਲ ਹੁੰਦਾ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਕੋਈ ਵਡਿਆਈਆਂ ਲੈਣ ਨਹੀਂ ਆਏ ਹੁੰਦੇ ਇਸ ਸੰਸਾਰ ਤੇ ਉਹਨਾਂ ਨੂੰ ਇਦਾਂ ਨਹੀਂ ਹੁੰਦਾ ਸੰਤਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਪਿਆਰੇ ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪਿਆਰੇ ਨੇ ਕਹਾਂਦੇ ਬਾਬਾ ਜੀ ਏਡੇ ਏਡੇ ਅਡੰਬਰ ਕਿਉਂ ਕਰ ਰਹੇ ਹੋ ਬਾਬਾ ਜੀ ਕਹਿੰਦੇ ਜੀ ਤੁਸੀਂ ਕਰ ਲਵੋ ਬਸ ਇਨੇ ਬਾਬੇ ਕਹਿੰਦੇ ਤੁਸੀਂ ਕਰ ਲਵੋ ਹਾਂ ਜੀ ਉਹ ਕਹਿੰਦੇ ਪਹਿਰੇ ਤੁਸੀਂ ਕਰੋ ਉਹਦਾ ਕਾਰਨ ਕੀ ਹੁੰਦਾ ਆ ਉਹ ਕੋਈ ਵਿਰੋਧੀ ਭਾਵ ਨਹੀਂ ਸੀ ਵੀ ਅਸੀਂ ਗੁੱਸਾ ਕੀਤਾ ਨਹੀਂ ਉਹ ਕਹਿੰਦੇ ਹੁੰਦੇ ਸਨ ਰੱਬ ਜਦੋਂ ਕਿਸੇ ਪਿਆਰੇ ਨੂੰ ਸੇਵਾ ਲਾਵੇ ਤੇ ਸੇਵਾ ਲੱਗਦੀ ਇਦਾਂ ਨਹੀਂ ਲੱਗਦੀ ਮੈਂ ਕੱਲ ਵੀ ਕਥਾ ਚ ਕਿਹਾ ਸੀ ਲਾਸਟ ਤੇ ਇਸ ਦੁਨੀਆ ਦੇ ਵਿੱਚ ਕਿਸੇ ਬੰਦੇ ਕੋਲ ਤਾਕਤ ਨਹੀਂ ਹੈ ਕੋਈ ਗੁਰੂ ਨਾਨਕ ਸਾਹਿਬ ਨੂੰ ਆਪਣਾ ਕਹਿ ਸਕੇ ਇਹ ਤਾਂ ਮਹਾਰਾਜ ਦੀ ਮਰਜ਼ੀ ਹੈ ਮੈਨੂੰ ਤੁਹਾਨੂੰ ਆਪਣਾ ਕਿਹਾ ਮਹਾਰਾਜ ਤੇ ਜਿੱਦਣ ਕਿਤੇ ਉਹਨੇ ਆਪਣਾ ਸੱਚੀ ਰੂਪ ਵਿਖਾਤਾ ਨਾ ਮੈਨੂੰ ਤੁਹਾਨੂੰ ਮਹਾਰਾਜ ਇਸ ਪਿੰਡ ਦਾ ਹਰ ਬੰਦਾ ਬਾਬਾ ਜੀ ਵਰਗਾ ਉਦਮੀ ਬਣ ਜਾਏਗਾ ਬਸ ਇਹ ਸਾਰਿਆਂ ਦੇ ਓਡੇ ਭਾਗ ਨਹੀਂ ਹੁੰਦੇ ਸਾਰਿਆਂ ਦੇ ਓਡੇ ਕਰਮ ਸੋਹਣੇ ਨਹੀਂ ਹੁੰਦੇ ਕਿ ਰੱਬ ਉਹਨਾਂ ਨੂੰ ਪਿਆਰ ਕਰਨ ਲੱਗ ਪਵੇ। ਉਹ ਮੌਕਾ ਦਿੰਦਾ ਆ। ਇਸ ਸੰਸਾਰ ਵਿੱਚ ਤੁਹਾਡੇ ਤੇ ਸਭ ਤੋਂ ਵੱਧ ਕੌਣ ਯਕੀਨ ਕਰਦਾ ਆ? ਪਰਮੇਸ਼ਰ। ਹੁੰਦੇ ਤੋਂ ਵੱਧ ਤੁਹਾਡੇ ਤੇ ਕੌਣ ਯਕੀਨ ਕਰਦਾ ਤੁਹਾਡਾ ਗੁਰੂ। ਇੱਥੇ ਤੁਹਾਡੇ ਵਿੱਚੋਂ ਮੈਂ ਸੈਂਕੜੇ ਕੱਢ ਕੇ ਦਿਖਾ ਦਿੰਨਾ ਜਿਹੜੇ ਕਹਿੰਣਗੇ ਨਹੀਂ ਬਾਬਾ ਅਮਰਤ ਸ਼ਕਨ ਨੂੰ ਜੀ ਨਹੀਂ ਕਰਦਾ। ਜੀ ਠੀਕ ਹੈ ਨਾ? ਤੁਹਾਡੇ ਚੋਂ ਕਈ ਐਸੇ ਬੈਠੇ ਨੇ ਜਿਹੜੇ ਆਪਣੇ ਮੂੰਹੋਂ ਕਹਿੰਦੇ ਨੇ ਜੀ ਸਾਡਾ ਜੀ ਨਹੀਂ ਕਰਦਾ ਕਿ ਤੁਹਾਨੂੰ ਸਤਿਗੁਰੂ ਨੇ ਬਾਹਰ ਧੱਕੇ ਮਾਰੇ ਨਹੀਂ ਤਾਂ ਮਾਰੇ ਚਾਵੇ ਜਿੰਨੂੰ ਮਰਜ਼ੀ ਵਾਰ ਭੇਜ ਦਵੇ ਇੱਥੇ ਗੱਲ ਕਰ ਰਿਆ ਸੀ ਕੋਈ ਪਿਆਰਾ ਉਹ ਕਹਿੰਦਾ ਮੈਂ ਤਾਂ ਨਹੀਂ ਗੁਰਦੁਆਰੇ ਜਾਂਦਾ ਪ੍ਰਬੰਧਕ ਬੜੇ ਖਰਾਬ ਨੇ ਕੋਈ ਪ੍ਰਬੰਧਕ ਪ੍ਰਬੰਧਕ ਖਰਾਬ ਨਹੀਂ ਹੁੰਦੇ ਤੇਰੇ ਨਾਲ ਰੱਬ ਰੁੱਸਿਆ ਪੜਤਾਲ ਕਰ ਤੇਰੇ ਨਾਲ ਰੱਬ ਰੁੱਸਿਆ ਆ ਮੈਂ ਨਹੀਂ ਸੇਵਾ ਕਰਦਾ ਗੁਰਦੁਆਰੇ ਉੱਤੇ ਤਾਂ ਕਮੇਟੀ ਵਾਲੇ ਆਪਦੀ ਚਲਾਉਂਦੇ ਆ ਕੋਈ ਕਮੇਟੀ ਵਾਲੇ ਨਹੀਂ ਚਲਾਉਂਦੇ ਤੇਰੇ ਨਾਲ ਰੱਬ ਰੁੱਸਿਆ ਆ ਅੱਜ ਸੁਣ ਲੈ ਕੱਲ ਸੁਣ ਲੈ ਤੇਰੇ ਨਾਲ ਤੇਰਾ ਸਤਿਗੁਰੂ ਰੁੱਸ ਗਿਆ ਜਿਹੜਾ ਤੈਨੂੰ ਆਪਣੇ ਘਰੇ ਨਹੀਂ ਆਉਣ ਦਿੰਦਾ ਪਿਆ ਉਹ ਤੈਨੂੰ ਤੇ ਇੱਥੇ ਤੇ ਮਿੱਟੀ ਚੋਕ ਕੇ ਮੱਥੇ ਨਾਲ ਲਾਉਣੀ ਚਾਹੀਦੀ ਐ ਤੈਨੂੰ ਤੇ 100 100 ਵਾਰ ਮਿੰਨਤਾ ਕਰਨੀ ਚਾਹੀਦੀ ਆ ਦੱਸਿਆ ਇੱਥੇ ਭਾਵੇਂ ਮੇਰੇ ਵੱਲੋਂ ਸਾਧ ਦੀ ਥਾਂ ਤੇ ਚੋਰ ਬਿਠਾ ਦੇ ਮੈਨੂੰ ਆਪਣੇ ਤੋਂ ਦੂਰ ਨਾ ਕਰੇ ਮੇਰੇ ਵੱਲੋਂ ਭਵੇਂ ਜਿੰਨੂੰ ਮਰਜ਼ੀ ਬਿਠਾ ਦੇ ਪੇ ਮੈਨੂੰ ਆਪਣੇ ਤੋਂ ਦੂਰ ਨਾ ਕਰੀ ਭਾਈ ਲక్ష్మణ ਸਿੰਘ ਦੀ ਸ਼ਹੀਦੀ ਹੁੰਦੀ ਹੈ ਉਹ ਗਏ ਨੇ ਗੁਰਦੁਆਰੇ ਵਾਸਤੇ ਸੇਵਾ ਵਾਸਤੇ ਨਨਕਾਣਾ ਸਾਹਿਬ ਉਹਨਾਂ ਨੂੰ ਪਤਾ ਆ ਕਿ ਉਹ ਕਿਦਾਂ ਦਾ ਵੀ ਕਿਦਾਂ ਦਾ ਡਾਕੂ ਬੰਦਾ ਆ ਡਕੈਤੀ ਬੰਦਾ ਆ ਮਾੜਾ ਬੰਦਾ ਆ ਵੀ ਬੰਦੇ ਮਾਰਨੇ ਗਿੱਜਿਆ ਉਹ ਉਹਨਾਂ ਨੂੰ ਪਤਾ ਸਭ ਪਤਾ ਆ ਪਰ ਉਹ ਇਸ ਗੱਲ ਕਰਕੇ ਗਏ ਨਹੀਂ ਵੀ ਸਾਨੂੰ ਇੱਥੋਂ ਹਟਾਉਣਾ ਆ ਤੁਸੀਂ ਨਨਕਾਣਾ ਸਾਹਿਬ ਨੂੰ ਬਰੀਕੀ ਨਾਲ ਪੜ੍ਹਨਾ ਉੱਥੇ ਇੱਕ ਥਾਂ ਤੇ ਵੀ ਇਹ ਜ਼ਿਕਰ ਨਹੀਂ ਸਿਆਣੇ ਵਿਦਵਾਨਾਂ ਨੇ ਕੀਤਾ ਵੀ ਉਹ ਉਹਨੂੰ ਗੁਰਦੁਆਰੇੋਂ ਕੱਢਣ ਗਏ ਸਨ ਉਹਨਾਂ ਦਾ ਸਬੰਧ ਇਹ ਸਿਮੰਤ ਜੀ ਜਿੱਦਾਂ ਗੁਰਮਤ ਹੈ ਓਦਾਂ ਰਬੋ ਸਾਨੂੰ ਤਰਾਜ ਕੋਈ ਨਹੀਂ ਤੁਹਾਡੇ ਤੇ ਰਹਿਣ ਤੇ ਉਹ ਕੋ ਉਹਨੂੰ ਮਹਾਰਤ ਥੋੜਾ ਗਏ ਸਨ ਨਹੀਂ ਤੇ ਸਰਦਾਰ ਕਿਹੜਾ ਗੁਰੂ ਕਾ ਸੇਕ ਕਿਹੜਾ ਕਿਰਪਾਨਾ ਨਹੀਂ ਪਾਉਂਦੇ ਕੋ ਲਖਮਣ ਸਿੰਘ ਦੀ ਕਿਰਪਾਨ ਨਾ ਲੈ ਕੇ ਲੈ ਕੇ ਸਭ ਕੁਝ ਲੈ ਕੇ ਗਏ ਅਗਲੇ ਪਰ ਉਹਨਾਂ ਨੇ ਕਿਹਾ ਨਹੀਂ ਸਾਡਾ ਸਬੰਧ ਅੱਜ ਗੁਰੂ ਨਾਨਕ ਸਾਹਿਬ ਨਾਲ ਆ ਅਸੀਂ ਆਪਣੇ ਸਤਿਗੁਰੂ ਨੂੰ ਮਿਲਣ ਆਏ ਆ ਅਸੀਂ ਨਰੇਨੂ ਮਹੰਤ ਨੂੰ ਮਿਲਣ ਨਹੀਂ ਆਏ ਸਾਡਾ ਸਬੰਧ ਸਾਡੇ ਸਤਿਗੁਰੂ ਨਾਲ ਆ ਤੇ ਅਸੀਂ ਸਿਰਫ ਆਪਣੇ ਪਿਆਰੇ ਨੂੰ ਮਿਲਣ ਆਇਆ ਜੇ ਮੇਰੇ ਤੁਹਾਡੇ ਚੋਂ ਕਿਸੇ ਦੇ ਮਨ ਚ ਪਰਮਾ ਨਾ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਮੈਂ ਤਾਂ ਨਹੀਂ ਗੁਰਦਵਾਰੇ ਆਉਂਦਾਗਾ ਇੱਥੇ ਕਥਾ ਵਾਚਕ ਨਹੀਂ ਸੁਣਾ ਰਾਗੀ ਨਹੀਂ ਸੁਣੇ ਜਾਂ ਢਾਂਚਾ ਨਹੀਂ ਸੁਣਾ ਨਾ ਸੁਣਿਆ ਨਾ ਇਸ ਪਰਮ ਵਿੱਚ ਕਦੇ ਵੀ ਨਹੀਂ ਪੈਣਾ ਮੈਂ ਕਹਿੰਦਾ ਜੀ ਸਾਰੀ ਦੁਨੀਆ ਮਾੜੀ ਹੋ ਜਾਵੇ ਇਸ ਦੁਨੀਆ ਪਿੱਛੇ ਗੁਰੂ ਨਾਨਕ ਸਾਹਿਬ ਨੂੰ ਛੱਡਿਆ ਤੇ ਕੀ ਛੱਡਿਆ ਮੈਂ ਮੈਂ ਖੁਦ ਕਹਿੰਦਾ ਮੈਂ ਮਾੜਾ ਜੀ ਦੱਸੋ ਮੈਂ ਮਾੜਾ ਆ ਮੇਰੇ ਪਿੱਛੇ ਲੱਗ ਕੇ ਗੁਰੂ ਨਾਨਕ ਸਾਹਿਬ ਨੂੰ ਛੱਡਿਆ ਤੇ ਕਿੱਡੇ ਕ ਸਿਆਣੇ ਲੋਕ ਹੋ ਗਏ ਤੁਸੀਂ ਕਿਸੇ ਬੰਦੇ ਪਿੱਛੇ ਲੱਗ ਕੇ ਨਾ ਕਿਸੇ ਚੰਗੇ ਬੰਦੇ ਪਿੱਛੇ ਲੱਗ ਕੇ ਛੱਡਿਆ ਹੁੰਦਾ ਤਾਂ ਮਨ ਵੀ ਲੈਂਦੇ ਤੁਹਾਨੂੰ ਪਤਾ ਵੀ ਇਹ ਬੰਦਾ ਮਾੜਾ ਆ ਉਹਦੇ ਪਿੱਛੇ ਲੱਗ ਕੇ ਤੁਸੀਂ ਗੁਰੂ ਘਰ ਛੱਡ ਦੋ ਗੁਰੂ ਘਰ ਦੀ ਸੇਵਾ ਛੱਡ ਦੋ ਤੇ ਕੋਈ ਸਿਆਣਪ ਇਹ ਤਾਂ ਘਾਟੇ ਵਾਲਾ ਸਵਦਾ ਕੋਈ ਫਾਇਦੇ ਵਾਲਾ ਤੇ ਨਹੀਂ ਹੋਇਆ ਇਹ ਤੇ ਦੁਨੀਆ ਤੇ ਸ਼ ਨੂੰ ਤੋਂ ਇੱਕ ਦਸਤੂਰ ਬਣਿਆ ਆ ਜਿਨੇ ਮੇਰਾ ਆਪਣਾ ਪ੍ਰੈਕਟੀਕਲ ਆ ਜਿਨੇ ਮਹਾਪੁਰਸ਼ਾਂ ਕੋਲ ਜਾਇਦਾ ਸਾਧੂ ਜਣਾ ਕੋਲ ਜਾਇਦਾ ਰੱਬ ਦੇ ਪਿਆਰੇ ਕੋਲ ਜਾਇਦਾ ਉੱਥੇ ਇੱਕ ਚੀਜ਼ ਵੇਖਣ ਨੂੰ ਮਿਲਦੀ ਹੈ ਵੀ ਜਿੱਥੇ ਆਪ ਸਾਧੂ ਰੱਬ ਰੂਪ ਵਰਤ ਰਿਆ ਹੁੰਦਾ ਆ ਨਾਲ ਵਾਲੇ ਮੇਰੇ ਵਰਗੇ ਜਿਹੜੇ ਚਪੇਚੇ ਲਜਪਾਟੇ ਹੁੰਦੇ ਨੇ ਉਹ ਕਈ ਪ੍ਰਧਾਨਗੀਆਂ ਦੇ ਭੁੱਖੇ ਹੁੰਦੇ ਆ ਉਹ ਕਈ ਮਤਲਬ ਮੈਂ ਜਥੇਦਾਰ ਆ ਜਥੇਦਾਰ ਇਨ੍ਹਾਂ ਗੱਲਾਂ 'ਚ ਫਸੇ ਪਏ ਹੁੰਦੇ ਆ ਹੁਣ ਉਹਨਾਂ ਬੰਦਿਆਂ ਕਰਕੇ ਸਾਧੂ ਤਾਂ ਨਹੀਂ ਨਾ ਛੱਡ ਸਕਦੇ ਕਿਉਂਕਿ ਪੜਾ ਸਾਧੂ ਨਹੀਂ ਕਰਨਾ ਆ ਇਹਨਾਂ ਨੇ ਥੋੜਾ ਕਰਨਾ ਜਿਹੜੇ ਬੰਦੇ ਉਹਦਾ ਲੈਣ ਆਏ ਜਾਂ ਕੁਝ ਬੰਨਣਾ ਹੈ ਇਹਨਾਂ ਨੇ ਥੋੜਾ ਪੜਾ ਕਰਨਾ ਪੜਾ ਤੇ ਸਾਧੂ ਨਹੀਂ ਕਰਨਾ ਇੱਕ ਵਾਰੀ ਕਿਸੇ ਸਾਧੂ ਕੋਲ ਕੋਈ ਗਿਆ ਮੇਰੇ ਵਰਗਾ ਤੇ ਉਹਨਾਂ ਨੇ ਨਾ ਪਿੱਛੇ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਈ ਹੋਈ ਤੇ ਉਹ بڑے ਸੀ ਮਿਸ਼ਨਰੀ ਕਾਲ ਉਹ ਕਹਿੰਦੇ ਜੀ ਆਪਣੇ ਪੰਥ ਵਿੱਚ ਤੇ ਫੋਟੋਆਂ ਪ੍ਰਵਾਨ ਨਹੀਂ ਗੀਆਂ ਉਹ ਕਹਿੰਦੇ ਜੀ ਇਹਨਾਂ ਨੂੰ ਹੀ ਮਿਲ ਲਓ ਫੋਟੋ ਨੂੰ ਹੀ ਮਿਲ ਲਓ ਫਿਰ ਤੁਸੀਂ ਮੇਰੇ ਨਾਲ ਤੁਹਾਡਾ ਸਬੰਧ ਹੀ ਕੋਈ ਨਹੀਂਗਾ ਤੁਸੀਂ ਪਹਿਲਾਂ ਫੋਟੋ ਨੂੰ ਮਿਲਵੋ ਇਹਦੇ ਨਾਲ ਗੱਲ ਕਰੋ ਵੀ ਤੂੰ ਗਲਤ ਹੈਂ ਉਹ ਅੱਗੋਂ ਜਿਹੜਾ ਬੈਠਾ ਸੀ ਉਹ ਪਹੁੰਚ ਆਇਆ ਸੀ ਉਹ ਕਹਿੰਦੇ ਜੀ ਪਹਿਲਾਂ ਫੋਟੋ ਨਾਲ ਗੱਲ ਕਰੋ ਇਹਨੂੰ ਕਹਿੰ ਤੂੰ ਗਲਤ ਹੈਂ ਸਹੀ ਹੋ ਜਾ ਉਹ ਕਹਿੰਦੇ ਜੀ ਇਦਾਂ ਨਹੀਂ ਕਰ ਸਕਦੇ ਕਹਿੰਦੇ ਫਿਰ ਇਦਾਂ ਬੋਲ ਵੀ ਨਹੀਂ ਸਕਦੇ ਜੇ ਇਦਾਂ ਕਰ ਨਹੀਂ ਸਕਦੇ ਫਿਰ ਤਾਂ ਬੋਲ ਵੀ ਨਹੀਂ ਸਕਦੇ ਉਹ ਆnde ਸਬੰਧ ਰੱਖੀਦਾ ਗਹਿਣੇ ਨਾਲ ਸੋਨੇ ਨਾਲ ਉਹਦੀ ਪਿਉਰਿਟੀ ਦੇ ਨਾਲ ਉਹਦੀ ਸ਼ੁੱਧਤਾ ਦੇ ਨਾਲ ਇਸ ਚੀਜ਼ ਨਾਲ ਸਬੰਧ ਨਹੀਂ ਰੱਖੀਦਾ ਬਣ ਨੂੰ ਭਾਵੇਂ ਕੈਂਠਾ ਬਣਿਆ ਹੋਵੇ ਤੇ ਜੋਵੇ ਮਿੱਟੀ ਦਾ ਕੀ ਕਰਨਾ ਹੈ ਤੇ ਭਾਵੇਂ ਇੱਕ ਨਿੱਕਾ ਜਿਹਾ ਟੁਕੜਾ ਹੀ ਹੋਵੇ ਰੋੜੀ ਹੋਵੇ ਸੋਨਾ ਹੋਵੇ ਸੋਨਾ ਤੇ ਫਿਰ ਸੋਨਾ ਹੀ ਮਤਲਬ ਰੱਖੀਦਾ ਸਤ ਗੁਰੂ ਨਾਲ ਪਰ ਇਹ ਹਰ ਬੰਦੇ ਦੇ ਵਸ ਦੀ ਗੇਮ ਨਹੀਂ ਗਈ ਕਿਉਂਕਿ ਇਹ ਫਿਰ ਜਿੱਥੋਂ ਸ਼ੁਰੂਆਤ ਕੀਤੀ ਸੀ ਇਹ ਬਾਡੀ ਇੱਕ ਭੁਲੇਖਾ ਆ ਕਿਉਂਕਿ ਆਪਾਂ ਕਿਸੇ ਵੀ ਬੰਦੇ ਨੂੰ ਸਰੀਰ ਕਰਕੇ ਜਾਣਦੇ ਆ ਵੀ ਇਹ ਸਾਡੇ ਪਿੰਡ ਦਾ ਹੈ ਫਲਾਣਾ ਸਿੰਘ ਆ ਇਹ ਸਰਪੰਚ ਹੈ ਮੈਂਬਰ ਆ ਇਹ ਗੁਰਦੁਆਰਾ ਦਾ ਪ੍ਰਧਾਨ ਆ ਸੈਕਟਰੀ ਆ ਇਹ ਗਿਆਨੀ ਜੀ ਨੇ ਹੈ ਲੁਧਿਆਣੇੋਂ ਆਇਆ ਹੈ ਇਹ ਫੱਗੂ ਤੋਂ ਆਇਆ ਹੈ ਫਲਾਣੇ ਥਾਂ ਅਸੀਂ ਇਦਾਂ ਕਿਸੇ ਨੂੰ ਜਾਣਦੇ ਹੁੰਦੇ ਹੁਣ ਮਹਾਰਾਜ ਗੱਡੀ ਦੀ ਨੰਬਰ ਪਲੇਟ ਸਾਰਾ ਕੁਝ ਨਹੀਂ ਹੁੰਦੀ ਗੱਡੀ ਦੀ ਨੰਬਰ ਪਲੇਟ ਸਾਰਾ ਕੁਝ ਨਹੀਂ ਹੁੰਦੀ ਹੁੰਦੀ ਘਰ ਦੇ ਸਾਹਮਣੇ ਲਿਖਿਆ ਪੀ ਇਹ ਫਲਾਣਿਆਂ ਦਾ ਘਰ ਆ ਸਾਰਾ ਕੁਝ ਨਹੀਂ ਹੁੰਦਾ ਕਿਸੇ ਬੰਦੇ ਦੇ ਕੱਪੜੇ ਸਾਰਾ ਕੁਝ ਨਹੀਂ ਹੁੰਦਾ ਪੈਸਾ ਸਾਰਾ ਕੁਝ ਨਹੀਂ ਹੁੰਦਾ ਇਦਾਂ ਹੀ ਇਹ ਸਰੀਰ ਹੈ ਇਹ ਸਾਰਾ ਕੁਝ ਨਹੀਂ ਹੁੰਦਾ ਅਸਲ ਵਿੱਚ ਇਹਦੇ ਪਿੱਛੇ ਵਰਤਨ ਵਾਲੀ ਕੋਈ ਜੋਤ ਹੋਰ ਹੁੰਦੀ ਹੈ ਉਹ ਰੱਬ ਆਪ ਵਰਤਦਾ ਹੈ ਤੇ ਜਿੱਦਨ ਕੋਈ ਇਸ ਕਰੋ ਠੱਗਿਆ ਗਿਆ ਉਹਦਨ ਨੂੰ ਪਤਾ ਲੱਗ ਗਿਆ ਹਨਾ ਕਿ ਵਾਕਈ ਉਹ ਗਿਆਨੀ ਠੀਕ ਕਹਿੰਦਾ ਸੀ ਵੀ ਰੱਬ ਸਾਰਿਆਂ ਵਿੱਚ ਵਰਤਦਾ ਹੈ ਉਹ ਫਿਰ ਕਿਸੇ ਨੂੰ ਮਾੜਾ ਨਹੀਂ ਕਹਿ ਸਕਦਾ ਉਹ ਬਾਬੇ ਫਰੀਦ ਵਾਂਗੂ ਕਹਿੰਦਾ ਮੰਦਾ ਕਿਸ ਨੂੰ ਆਕਿਆ ਜਾਂ ਤਿਸ ਬਿਨ ਕੋਈ ਨਾ ਕਿੰਨੂੰ ਮਾੜਾ ਉਹ ਦੁਆਵਾਂ ਕਰਦੇ ਨੇ ਇਹਨਾਂ ਲੋਕਾਂ ਲਈ ਕਿ ਮਹਾਰਾਜ ਇਹਨਾਂ ਨੂੰ ਆਪਣੇ ਲਾੜ ਲਾਲ ਹੈ ਉਹ ਤਰਲੇ ਕਰਦੇ ਰੱਬ ਅੱਗੇ ਉਹਨਾਂ ਦੀਆਂ ਜੋਦੜੀਆਂ ਹੁੰਦੀਆਂ ਇੱਥੇ ਤੁਹਾਡੇ ਨੇੜੇ ਸਾਧੂ ਰਹਿੰਦੇ ਨੇ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਮੈਨੂੰ ਪਤਾ ਜੇ ਮੈਂ ਨਾਮ ਲੈਤਾ ਤਾਂ ਦਿਨ ਤਾਂ ਮੇਰੇ ਉਂਝ ਹੀ ਖਿਲਾਫ ਹੋ ਜਾਣਾ ਲੈ ਉਹ ਤਾਂ ਪਖੰਡੀ ਹੈਗਾ ਇਹ ਇਹ ਭਰਮ ਹੁੰਦਾ ਆਪਣੇ ਮਨ ਦਾ ਉਹਨਾਂ ਨਾਲ ਕੋਲ ਕੋਈ ਆਇਆ ਪਿਆਰਾ ਉਹ ਕਹਿੰਦੇ ਬਾਬਾ ਜੀ ਸਾਡੇ ਕੋਲ ਪਚੰਗੀ ਨਹੀਂ ਹੈ। ਉਹ ਮਹਾਂਪੁਰਸ਼ ਪੁੱਰੇ ਨੇ ਉਹ ਕਹਿੰਦੇ ਵੀ ਨਹੀਂ ਹੋ ਸਕਦਾ ਵੀ ਤੇਰੇ ਭਾਗਾ ਚ ਬੱਚਾ ਨਹੀਂ ਹੈ। ਉਹ ਫਿਰ ਅਗਲੀ ਵਾਰੀ ਗਏ ਕਹਿੰਦੇ ਬਾਬਾ ਜੀ ਬੇਨਤੀ ਹੈ ਵੀ ਹੁਣ ਤੇ ਇਸ ਵਾਰੀ ਅਸੀਂ ਪਾਠ ਵੀ ਕਰੇ ਕੀਤਾ ਆ ਅਖੰਡ ਪਾਠ ਵੀ ਕਰਾਇਆ ਆ ਤੇ ਤੁਸੀਂ ਅਰਦਾਸ ਕਰੋ ਵੀ ਸਾਡੇ ਘਰ ਔਲਾਦ ਹੋ ਜਾਏ। ਉਹ ਮਹਾਂਪੁਰਸ਼ ਕਹਿੰਦੇ ਵੀ ਨਹੀਂ ਤੁਹਾਡੇ ਭਾਗਾ ਚ ਨਹੀਂ ਹੈਗਾ। ਕਿਉਂਕਿ ਤੁਸੀਂ ਆਖੋ ਬਾਬਾ ਜੀ ਪਾਠ ਕਰਾਇਆ ਤੇ ਫਿਰ ਵੀ ਨਹੀਂ ਹੋਇਆ। ਵੇਖੋ ਪਾਠ ਕਰਾਉਣ ਵਾਲਾ ਨੂੰ ਕਿਹੜਾ ਪਤਾ ਕਿ ਗੁਰੂ ਏ ਮੇਰੀ ਇਹ ਗੱਲ ਬੜੀ ਕੌੜੀ ਲੱਗਣੀ ਤੁਹਾਨੂੰ ਸਤ ਗੁਰੂ ਗੁਰੂ ਗ੍ਰੰਥ ਸਾਹਿਬਹਾਰਾਜ ਸਤ ਗੁਰੂ ਨੇ ਕਿੰਨਿਆਂ ਕੋ ਨੂੰ ਪਤਾ ਕਿ ਸਤ ਗੁਰੂ ਨੇ ਕਿੰਨਿਆਂ ਕੋ ਨੂੰ ਪਤਾ ਸੱਚੀ ਕਿੰਨਾ ਨੂੰ ਪਤਾ ਵੀ ਇਹ ਸਤ ਗੁਰੂ ਨੇ ਕਹਿਣ ਨੂੰ ਤਾਂ ਮੈਂ ਵੀ ਕਹਿ ਦਿੰਦਾ ਸਾਡੇ ਸਤ ਗੁਰੂ ਨੇ ਤੁਸੀਂ ਵੀ ਸਾਰਿਆਂ ਨੇ ਮੱਥਾ ਟੇਕਿਆ ਪਰ ਅੰਦਰੋਂ ਕਿੰਨਿਆਂ ਕੋ ਨੂੰ ਪਤਾ ਹੈ ਕਿ ਸਤ ਗੁਰੂ ਨੇ ਤੇ ਜਿੱਦਣ ਕਿਸੇ ਨੂੰ ਅੰਦਰੋਂ ਪਤਾ ਲੱਗਾ ਤੁਸੀਂ ਇਹਨਾਂ ਨੂੰ ਛੱਡ ਕੇ ਵਿਖਾਇਆ ਫਿਰ ਤੁਸੀਂ ਕੋਈ ਕਿਸੇ ਨੂੰ ਕਿਸੇ ਤੁਹਾਨੂੰ ਕੋਈ ਕਹੂਗਾ ਨਾ ਵੀ ਉੱਥੇ ਨਾ ਚੋਰ ਕਥਾ ਕਰੀ ਜਾਂਦਾ ਤੁਸੀਂ ਤਾਂ ਵੀ ਸੁਣਨਾ ਹੋਗੇ ਵੀ ਤੁਹਾਨੂੰ ਪਤਾ ਹੋਊਗਾ ਵੀ ਆ ਬੰਦਾ ਰੱਜ ਕੇ ਸਮੈਕ ਪੀਂਦਾ ਹੈ ਰੱਜ ਕੇ ਨਸ਼ਾ ਕਰਦਾ ਤੇ ਗੁਰਦੁਆਰੇ ਝਾੜੂ ਲਾਉਂਦਾ ਤੁਸੀਂ ਉਹਦੇ ਵੀ ਪੈਰੀ ਪਾਓਗੇ ਜਿੱਦਨ ਕਿਤੇ ਇਸ ਗੱਲ ਬਾਰੇ ਪਤਾ ਲੱਗਾ ਉਹ ਫਿਰ ਉਹ ਪੰਚ ਪਰਸ਼ਖ ਕਹਿੰਦੇ ਕਹਿੰਦੇ ਨਹੀਂ ਤੁਹਾਡੇ ਭਾਗਾ ਚ ਨਹੀਂ ਹੈਗਾ ਉਹ ਫਿਰ ਪੰਜ ਛੇ ਵਾਰੀ 10 ਵਾਰੀ ਜਦੋਂ ਗਏ ਉਹ ਜਾਂਦੇ ਉਹਨਾਂ ਕੋਲ ਹੀ ਸਨ ਕੁਦਰਤ ਉਹ ਇੱਕ ਦਿਨ ਉਹ ਕਹਿੰਦੇ ਆਂਦੇ ਬਾਬਾ ਜੀ ਤੂੰ ਤਰਸ ਕਰੋ ਕਿੰਨਾ ਚਿਰ ਹੋ ਗਿਆ ਤੁਹਾਡੇ ਅੱਗੇ ਬੇਨਤੀ ਕਰਦਿਆਂ ਨੂੰ ਸਾਡੇ ਕੋਲ ਔਲਾਦ ਨਹੀਂ ਹੈ। ਮਹਾਂਪੁਰਸ਼ ਕਹਿੰਦੇ ਜਾਓ ਤੁਹਾਡੇ ਕੋਲ ਹੋਏਗੀ ਹੁਣ ਜਾਓ ਤੁਹਾਡੇ ਘਰੇ ਬੱਚਾ ਹੋਏਗਾ। ਜੋ ਵੀ ਹੋਵੇ ਪ੍ਰਵਾਨ ਕਰ ਲਿਆ ਜੀ। ਮਹਾਰਾਜ ਜੀ ਜਿਹੜੇ ਸਿੰਘ ਨੇ ਮੈਨੂੰ ਇਹ ਗੱਲ ਸੁਣਾਈ ਉਹ ਬਾਬਾ ਜੀ ਦਾ ਗੜਵਈ ਸੀ ਉਸ ਸਮੇਂ। ਉਹ ਪੇਰਾ ਦੱਸਦਾ ਕਹਿੰਦਾ ਵੀ ਸ਼ਾਮ ਨੂੰ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਕੋਲ ਲਾਦ ਹੋਣੀ ਹੈ ਕਹਿੰਦਾ ਸਾਰੀ ਰਾਤ ਉਹ ਸਾਧੂ ਉੱਥੇ ਨਾਲ ਖੂਹ ਹੈ ਬਾਈ ਗੁਰੂ ਸੂਆ ਆ ਤੇ ਸੂਏ ਦੇ ਉੱਪਰ ਨਾ ਕਹਿੰਦੇ ਪਖੜਾ ਉੱਗਿਆ ਹੋਇਆ ਸੀਗਾ ਉਹ ਕਹਿੰਦਾ ਸਾਰੀ ਰਾਤ ਨਾਲੇ ਤੇ ਬਾਬਾ ਜੀ ਉੱਥੇ ਪਾਠ ਕਰਦੇ ਨੇ ਤੇ ਨਾਲੇ ਲਿਟੀ ਗਏ ਸਾਰੀ ਰਾਤ ਨਾਲੇ ਪਾਠ ਕੀਤਾ ਤੇ ਨਾਲੇ ਉੱਥੇ ਮਨ ਲ ਆਪਣੇ ਆਪ ਨੂੰ ਪੀੜਦੇ ਰਹੇ ਕੋਈ ਨਹੀਂ ਰੱਬਾ ਦੇ ਦੇ ਕੋਈ ਨਹੀਂ ਰੱਬਾ ਦੇ ਦੇ ਸਾਲ ਬਾਅਦ ਉਹਨਾਂ ਦੇ ਘਰ ਔਲਾਦ ਹੋਈ। ਇਹ ਹੁੰਦਾ ਸਾਧੂ। ਸਾਧੂ ਰੱਬ ਦਾ ਪਿਆਰਾ ਕੋਈ ਵੀ ਹੋਵੇ ਨਹੀਂ ਤਾਂ ਕਿੰਦਾ ਜੀ ਕਰਦਾ ਕੰਮ ਛੱਡਣ ਨੂੰ। ਕਿੰਦਾ ਜੀ ਕਰਦਾ। ਆ ਸਾਡੇ ਸ਼ਹਿਰੀਏ ਲੋਕ ਪਿੰਡਾਂ ਵਾਲਿਆਂ ਦੇ ਮੁਕਾਬਲੇ ਜ਼ਿਆਦਾ ਬਿਜੀ ਨੇ। ਇਹ ਜ਼ਿਆਦਾ ਕੰਮਾਂ 'ਚ ਫਸੇ ਹੋਏ ਨੇ। ਪਰ ਪਿੰਡਾਂ ਵਾਲੇ ਲੋਕ ਕਿੰਨੇ ਕੁ ਗੁਰਦੁਆਰਿਆਂ ਸ਼ਹਿਰਾਂ ਵਾਲੇ ਤਾਂ ਫੇਰ ਆ ਜਾਂਦੇ ਪਿੰਡਾਂ ਵਾਲੇ ਤਾਂ ਜਮ੍ਹਾਂ ਵੀ ਨਹੀਂ ਹੁੰਦੇ ਹੁੰਦੇ ਮੈਨੂੰ ਪਤਾ ਆ। ਇਹ ਤਾਂ ਮੇਲਾ ਆਪਾਂ ਤਾਂ ਇਕੱਠੇ ਹੋਏ ਆ। ਉਮੇਰ ਜਾਨਾ ਸਵੇਰ ਵੇਲੇ ਗੁਰਦੁਆਰੇ ਚ ਬਹੁਤ ਘੱਟ ਸੰਗਤ ਹੁੰਦੀ ਐ ਇਥੋਂ ਹੁੰਦਾ ਤਾਂ ਨਹੀਂ ਮੈਨੂੰ ਪਤਾ ਪਰ ਜ਼ਿਆਦਾਤਰ ਗੁਰਦੁਆਰਿਆਂ ਚ ਇਹ ਸਿਸਟਮ ਹੈ ਪਰ ਮਹਾਰਾਜ ਮੇਰਾ ਤੁਹਾਡਾ ਭਲਾ ਕਰਨ ਜਿੰਨਾ ਮੇਰੇ ਤੁਹਾਡੇ ਭਲੇ ਲਈ ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਰੱਬ ਦੇ ਪਿਆਰੇ ਉਹ ਤਾਬਲੇ ਨੇ ਇਹਨਾਂ ਐ ਸਿਕਾਇਨਤ ਵਿੱਚ ਕੋਈ ਨਹੀਂ ਇਹਨਾਂ ਰੱਬ ਦੇ ਬੰਦਿਆਂ ਦੀ ਕਦਰ ਕਰਿਆ ਕਰੋ ਐਵੇਂ ਨਹੀਂ ਉਹਨਾਂ ਦਾ ਕਿਸੇ ਨੇ ਕਿਹਾ ਜੀ ਉਹ ਮਾੜਾ ਤੇ ਐਵੇਂ ਕਹਿੰਦੇ ਮਗਰ ਨਹੀਂ ਗੱਲਾਂ ਚ ਨਹੀਂ ਆਈਦਾ ਹੁੰਦਾ ਕਿਉਂਕਿ ਸ਼ਕਲਾਂ ਮੋਤਾਜ ਨਹੀਂ ਹੁੰਦੀਆਂ ਚੰਗਿਆਈਆਂ ਦੀਆਂ ਇਹ ਕੱਪੜੇ ਮੋਤਾਜ ਨਹੀਂ ਕਿ ਕਿਸੇ ਦੇ ਚੰਗੇ ਹੋਣਦੇ ਇਹ ਮੋਤਾਜ ਨਹੀਂ ਕਿ ਕਿਸੇ ਸਤਿਗੁਰੂ ਕਿਰਪਾ ਕਰਨ ਸਾਰਿਆਂ ਦਾ ਧੰਨਵਾਦ ਸਾਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ ਮਹਾਰਾਜ ਜੀ ਨੇ ਤਰਸ ਕੀਤਾ ਉਸੇ ਸਾਰਿਆਂ ਨੇ ਪਿਆਰ ਕੀਤਾ ਆਪ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਪਹਿਲੀ ਵਾਰ ਤੁਹਾਡੇ ਕੋਲ ਆਏ ਸਭਾਬਕ ਜੀ ਗੱਲ ਹੈ ਕਿ ਬਹੁਤੀਆਂ ਗੱਲਾਂ ਸਮਝ ਨਹੀਂ ਆਉਣੀਆਂ ਮੈਨੂੰ ਮਾਫ ਕਰਦੇ ਆ ਜੀ ਕਿ ਮੈਂ ਨਹੀਂ ਸਮਝਾ ਸਕਦਾ ਕੁਝ ਗੱਲਾਂ ਪਰ ਜਿੰਨੀਆਂ ਮੈਂ ਨਹੀਂ ਸਮਝਾ ਸਕਿਆ ਉਹ ਸਮਝ ਆਪਣੇ ਆਪ ਆਉਣੀਆਂ ਨੇ ਏਦਾਂ ਮੇਰੇ ਸਮਝਾਇਆ ਫਿਰ ਵੀ ਨਹੀਂ ਉਹ ਰੱਬ ਸਮਝਾਉ ਤੇ ਸਮਝਾਉ ਏਦਾਂ ਕਿਸੇ ਕਥਾਵਾਚਕ ਕੋਲੇ ਤਾਕਤ ਨਹੀਂ ਹੈ ਉਹ ਤੁਹਾਨੂੰ ਗੁਰੂ ਵਾਲੀ ਗੱਲ ਸਮਝਾ ਸਕਦਾ ਦੱਸਣਾ ਦੱਸਣਾ ਫਰਜ਼ ਹੈ ਸਾਡਾ ਸਮਝਾ ਨਹੀਂ ਸਕਦੇ ਸੀ ਭਾਰਤ ਜੀ ਪਾ ਕਰਣ ਬਹੁਤ ਬਹੁਤ ਧੰਨਵਾਦ ਪਰਵਾਰ ਦਾ ਅਤੇ ਇੱਕੋ ਤੁਹਾਡੇ ਪਿੰਡ ਚ ਪਿਆਰੇ ਨੂੰ ਜਾਣਦਾ ਜਗਸੀਰ ਸਿੰਘ ਪਿਆਰੇ ਆफी ਸਮੇਂ ਤੋਂ ਕਦੇ ਸਰਗੈ ਨਹੀਂ ਸਾਡੇ ਪਿੰਡ ਆਇਆ ਜੀ ਮਹਾਰਾਜ ਲੈ ਆਏ ਸੋ ਸਾਰਿਆਂ ਦਾ ਧੰਨਵਾਦ ਫਿਰ ਮਹਾਰਾਜ ਨੇ ਸਮਾਂ ਦਿੱਤਾ ਤੁਹਾਡੇ ਜਰੂਰ ਦਰਸ਼ਨ ਕਰਾਂਗੇ ਸਤਿਗੁਰੂ ਕਿਰਪਾ ਕਰਨ ਮਹਾਂਪੁਰਸ਼ ਆਏ ਅਸੀਸਾਂ ਦੇਣਗੇ ਸਤਿਗੁਰੂ ਦਰਸ਼ਨ ਕਰਨਗੇ ਸਾਰਿਆਂ ਦਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਵਿੱਚੋਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਰਜੀਤ ਸਿੰਘ ਜੀ ਮੁਖਤਸਰ ਸਾਹਿਬ ਵਾਲੇ ਜਿਨ੍ਹਾਂ ਨੇ ਸੰਗਤਾਂ ਦੇ ਨਾਮ ਬੜ ਗਿਆ ਹੀ ਆਮ ਜੋ ਸੰਤਾ ਮਹਾਪੁਰਸ਼ਾਂ ਦੀ ਕਿਰਪਾ ਹੁੰਦੀ ਹੈ ਉਹ ਵਿਚਾਰਾਂ ਸਾਂਝੀਆਂ ਕਰੀਆਂ ਸੋ ਸੰਗਤ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਆਏ ਸੰਗਤਾਂ ਨਾਲ ਵਿਚਾਰਾਂ ਸਾਂਝਾ ਕਰੀਆਂ ਹੁਣ ਇਸ ਜਗ੍ਹਾ ਵੱਲੋਂ ਸਰੋਪਰੀ ਬਖਸ਼ਸ ਬਾਬਾ ਗੁਰਮੀਤ ਸਿੰਘ ਜੀ ਤਲੋਕੇ ਵਾਲਾ ਉਹਨਾਂ ਵੱਲੋਂ ਸਰੋਪਰੀ ਦੀ ਬਖਸ਼ਸ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਹੁਣ ਮੈਂ ਬੇਨਤੀ ਕਰਾਂ ਬਾਬਾ ਗੁਰਮੀਤ ਸਿੰਘ ਜੀ ਕਿਉਂਕਿ ਭਾਈ ਸਾਹ ਭਾਈ ਕੁਲਦੀਪ ਸਿੰਘ ਜੀ ਪਿੰਡ ਪੱਗੂ ਤੋਂ ਜੋ ਬੜੇ ਬੜਾਈ ਮਿੱਠੀ ਬਾਜ ਦੇ ਵਿੱਚ ਕਥਾ ਸੁਣਾਉਂਦੇ ਨੇ ਉਹਨਾਂ ਦਾ ਟਾਈਮ ਉਹਨੋਂ ਤੋਂ ਪਹਿਲਾਂ ਕੁਝ ਟਾਈਮ ਬਾਬਾ ਜੀ ਨੇ ਜਾਣਾ ਹੈ ਬਾਬਾ ਗੁਰਮੀਤ ਸਿੰਘ ਜੀ ਬਾਬਾ ਪ੍ਰੀਤ ਸਿੰਘ ਜੀ ਮਲੜੀ ਵਾਲੇ ਉਹ 5-5 ਮਿੰਟ ਜ਼ਰੂਰ ਕਿਉਂਕਿ ਆਪਣੇ ਇਲਾਕੇ ਦੇ ਮਹਾਪੁਰਸ਼ ਹੈ ਸੰਗਤਾਂ ਦੇ ਨਾਲ ਵਿਚਾਰਾਂ ਸਾਂਝਾ ਕਰਨਗੇ ਬਾਬਾ ਗੁਰਮੀਤ ਸਿੰਘ ਜੀ ਤਲੋਕੇ ਵਾਲੇ ਵਾਹਿਗੁਰੂ ਜੀ ਕਾ ਖਾਲਸਾ जुगो जुगो टल साहेब श्री गुरु ग्रंथ साहब महाराज जी पावन पवित्र हजूरी दे स्थान गुरुद्वारा श्री हजूर साहब विखे सालाना होले महल का जोड़ मेला ਅਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਿਰਪਾਲ ਸਿੰਘ ਜੀ ਦੀ ਪਵਿੱਤਰ ਜਾਦ ਵਰਛੀ ਮਨਾਉਂਦੇ ਹੋਏ ਗੁਰੂ ਰੂਪਸਾਰ ਸੰਗਤ ਜੀ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਕਥਾਵਾਚਕ ਗੰਨੀ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਉਦੋਂ ਪਹਿਲਾਂ ਵੀ ਣੜੀ ਕੇ ਕੜਦੇੰ ਤੋਂ ਲੈ ਕੇ ਮਹਾਨ ਗੁਰਮਤ ਸਮਾਗਮ ਚੱਲ ਰਹੇ ਆਪ ਸੰਗਤਾਂ ਪ੍ਰਾਪਤ ਕਰ ਰਹੇ ਲਾਹੇ ਪ੍ਰਾਪਤ ਕਰ ਰਹੇ ਹੋ ਸੋ ਬਹੁਤ ਵੱਡੇ ਭਾਗਾਂ ਵਾਲੇ ਸਤ ਗੁਰੂ ਦੀ ਅਪਾਰ ਬਖਸ਼ਿਸ਼ ਜੋ ਇਹ ਪਵਿੱਤਰ ਹੋਲੇ ਮਹਲੇ ਦਾ ਦਿਹਾੜਾ ਹਰ ਸਾਲ ਬਹੁਤ ਲੰਮੇ ਸਮੇਂ ਤੋਂ ਲੈ ਕੇ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਰਾਲੇ ਮਿਲ ਕੇ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਜਾਪ ਕਰਵਾ ਕੇ ਮਹਾਨ ਗੁਰਮਤ ਸਮਾਗਮ ਕਰਵਾ ਕੇ ਸੇਵਾ ਸਿਮਰਨ ਕਰ ਕਰਕੇ ਸੰਗਤਾਂ ਮਨਾਉਂਦੀਆਂ ਹਨ ਉੱਥੇ ਨਾਲੇ ਸਾਡੇ ਸਤਿਕਾਰਯੋਗ ਸਤਖੰਡ ਵਾਸੀ ਬਾਬਾ ਕਿਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਪਤਾ ਹੈ ਵੀ ਉਹਨਾਂ ਦੀ ਬਹੁਤ ਵੱਡੀ ਦੇਣ ਜੋ ਉਹਨਾਂ ਨੇ ਜੋੜ ਮੇਲੇ ਸ਼ੁਰੂ ਕੀਤੇ ਅੱਜ ਵੀ ਉਸੇ ਤਰ੍ਹਾਂ ਇਸ ਪਾਵਨ ਪਵਿੱਤਰ ਸਥਾਨ ਤੇ ਮਸਿਆਰਾ ਦਿਹਾੜਾ ਸਾਲਾਨਾ ਜੋੜ ਮੇਲਾ ਇੱਕ ਗੁਰਮਤ ਸਮਾਗਮ ਹੁੰਦੇ ਰਹਿੰਦੇ ਨੇ ਸੋ ਆਪਾਂ ਜਿਸ ਤਰ੍ਹਾਂ ਇੱਥੇ ਅੱਜ ਅਵੇਤਰ ਸਥਾਨ ਤੇ ਨਤਮਸਤਕ ਹੋਣ ਵਾਸਤੇ ਆਏ ਆ ਕਿਉਂਕਿ ਹੋਲਾ ਮਹੱਲਾ ਜੋ ਦਿਹਾੜਾ ਹੈ ਛੇਰੇ ਆਨੰਦਪੁਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਕਿਉਂ ਕੇ ਜੋ ਹੋਲੀ ਐ ਏ ਖਾਲਸਾ ਫਿਰ ਹੋਲਾ ਮਹੱਲਾ ਹੋਲੀ ਕਿ ਨਹੀਂ ਸੰਤ ਸੇਵ ਰੰਗ ਲਾਗਾ ਅਤਲਾਲ ਦੇਵ ਸੋ ਇਹ ਜੋੜ ਮੇਲੇ ਮਨਾਉਣ ਦਾ ਮਕਸਦ 냐 ਮਹਾਪੁਰਖਾਨੀਆਂ ਜਾਦਾਂ ਮਨਾਉਣ ਦਾ ਮਕਸਦ ਕੀ ਐ ਇਹ ਕੋਈ ਮੇਲਾ ਨਹੀਂ ਇੱਕ ਮਹਾਨ ਗੁਰਮਤ ਸਮਾਗਮ ਇੱਥੋਂ ਅਸੀਂ ਕੁਝ ਲਾਏ ਪ੍ਰਾਪਤ ਕਰਕੇ ਜਾਣਾ ਤੇ ਆਪਣਾ ਇੱਥੇ ਆਉਣੇ ਕਰਕੇ ਸਰ ਸੰਗਤ ਕਰਕੇ ਹੋਣੇ ਕਰਨੇ ਕਰਨੇ ਕਰਕੇ ਸਾਡਾ ਮਨੁੱਖਾ ਜੀਵਨ ਸਫਲ ਹੁੰਦਾ ਜਿਸ ਤਰ੍ਹਾਂ ਬਹੁਤ ਹੀ ਵਿਦਵਾਨ ਗਿਆਨੀ ਜੀ ਬਹੁਤ ਹੀ ਸੋਹਣੇ ਵਿਚਾਰ ਗੁਰੂवाणी ਦੇ ਪ੍ਰਮਾਣ ਇਤਿਹਾਸ ਦੇ ਪ੍ਰਮਾਣ ਦੇ ਕੇ ਆਪਾਂ ਨੂੰ ਦੱਸ ਰਹੇ ਸਨ ਵੀ ਅਜੇ ਕਾਫੀ ਸੰਗਤਾਂ ਨੂੰ ਇਹ ਗੁਰੂ ਬਾਰੇ ਨਹੀਂ ਪਤਾ ਗੁਰੂ ਬਾਰੇ ਤਾਂ ਪਤਾ ਹੈ ਪਰ ਗੁਰੂ ਦਾ ਬਚਨ ਮੰਨਣ ਬਾਰੇ ਨਹੀਂ ਪਤਾ ਗੁਰੂ ਬਾਰੇ ਤਾਂ ਸਾਰੇ ਮੱਥਾ ਟੇਕਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕਰ ਦਿੰਨੇ ਆਂ ਵੀ ਆਹ ਦੁੱਖ ਹੈ ਜੀ ਆਹ ਸੁੱਖ ਹੈ ਜੀ ਇਹ ਆ ਸਾਨੂੰ ਐ ਚੀਜ਼ ਦੀ ਜ਼ਰੂਰਤ ਹੈ ਜੀ ਇਹ ਪਰ ਅਸੀਂ ਗੁਰੂ ਦਾ ਵਚਨ ਨਹੀਂ ਮੰਨਦੇ ਇਹ ਮਹਾਰਾਜ ਨੇ ਫਿਰ ਐਸੇ ਕਰਕੇ ਗੁਰਬਾਣੀ ਦੇ ਵਿੱਚ ਦੱਸਿਆ ਨਾ ਵੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਇ ਪਲ ਮਾਨੋ ਹਰ ਹਰ ਕਥਾ ਨਰਾਲੀ ਅਸੀਂ ਜਿੱਥੇ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਨੇ ਆਂ ਉੱਥੇ ਅਸੀਂ ਜਿੱਥੇ ਅਸੀਂ ਅਰਦਾਸ ਬੇਨਟੀਆਂ ਵੀ ਕਰਦੇ ਆ ਇਹ ਬਚਨ ਮੰਨਣਾ অতি ਜ਼ਰੂਰੀ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ ਜਦੋਂ ਆਪਾਂ ਗੁਰੂ ਦਾ ਬਚਨ ਮੰਨ ਲਵਾਂਗੇ ਮਰਜਾਰਾ ਦੇ ਵਿੱਚ ਆ ਜਾਵਾਂਗੇ ਤੇ ਫਿਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਾਂ ਇਹੇ ਬੇਨਤੀ ਕਰਨੀ ਹੈ ਉਹ ਸਮਰਾਥ ਬਟਾ ਮੇਰੀ ਮਤ ਥੋਰੀ RAM ਗੁਰੂ ਮਹਾਰਾਜ ਅਕਾਲ ਪੁਰਖ ਵੈਰੋ ਕਰਨ ਕਾਰਨ ਸਮਰਾਥ ਆਪਾਂ ਉਹਦੇ ਅਣਜਾਣ ਬੱਚੇ ਹਾਂ ਹਮ ਪੂਲ ਵਿਗਾੜੇ ਦਿਨ ਰਾਤ ਹਰ लाज ਰਖਾਏ ਹਮ ਬਾਰਕ ਤੋਂ ਗੁਰ ਪਿਤਾ ਹੈ ਦੇ ਮਤ ਸਮਝਾਏ ਸਤਗੁਰੂ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਅਸੀਂ ਅਣਜਾਣ ਬੱਚੇ ਆ ਇਹ ਤੁਸੀਂ ਸਾਨੂੰ ਸਮੱਤ ਬਖਸ਼ੋ ਬੁੱਧੀ ਬਖਸ਼ਿ ਕਰੋ ਅਸੀਂ ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਇਹ ਜੋ ਸਾਡੀਆਂ ਮੰਨਦੀਆਂ ਇਛਾਵਾਂ ਐ ਜਿਵੇਂ ਆਪਾਂ ਦੇਖਿਆ ਨਾ ਵੀ ਕਿਤੇ ਵੀ ਜਾਗੇ ਤੇ ਉੱਥੇ ਆਪਾਂ ਮੱਥਾ ਟੇਕ ਹੀ ਦੰਨੇ ਆ ਨਹੀਂ ਨਹੀਂ ਗੁਰਸਿੱਖ ਦਾ ਜੋ ਸੀਸ ਐ ਉਹ ਅਨੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਝੁਕਦਾ ਹੈ ਇਤੋਂ ਜAVE ਕੁੱਝ ਪ੍ਰਾਪਤ ਹੁੰਦਾ ਹੈ ਜਿਤੜੇ ਫਲ ਮਨ ਬਾਛੀ ਹੈ ਜਿਤੜੇ ਸਤ ਗੁਰ ਪਾਸ ਫਿਰ ਮਹਾਰਾਜ ਕਹਿੰਦੇ ਜੋ ਮੰਗਾ ਏ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਇਤੋਂ ਵੱਡੀ ਗੱਲ ਕੋਈ ਹੈ ਵੀ ਜੋ ਮੰਗਾ ਜੋ ਮੰਗਾ ਇਹ ਵੱਡਾ ਦਾਤਾ ਹੈ ਇਹ ਭਾਈ ਇਹ ਜੋ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਕਿੰਨੀ ਵੱਡੀ ਮਹਾਨ ਕਿਰਪਾ ਹੈ ਇਤੋਂ ਦੇ ਬਾਬਾ ਕਿਰਪਾਲ ਸਿੰਘ ਜੀ ਦੀ ਮਹਾਨ ਸੇਵਾ ਜੋ ਉਹਨਾਂ ਦੀ ਚਲਾਈ ਹੋਈ ਮਰਜ਼ਾਦਾ ਅਮਰਤ ਵੇਲੇ 3 ਵਜੇ ਨਿਤਨੇਮ ਹੋਣਾ ਸ਼ੁਰੂ ਨਿਤਨੇਮ ਤੋਂ ਬਾਅਦ ਆਸਾ ਜੀ ਦੀ ਵਾਰਤਾ ਕੀਰਤਨ ਸੰਪੂਰਨ ਹੋਣਾ ਉਹ ਤੋਂ ਉਪਰੰਤ ਕਥਾ ਹੋਣੀ ਜਿਸ ਤਰ੍ਹਾਂ ਗਿਆਨੀ ਗੁਰਪਾਲ ਸਿੰਘ ਜੀ ਉਹ ਅਮਰਤ ਵੇਲੇ ਕਥਾ ਕਰਦੇ ਨਾ ਇਹ ਕਿੰਨਾ ਲੰਮਾ ਸਮਾਂ ਅਮਰਤ ਵੇਲੇ ਦੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਐ ਲਾਹੇ ਪ੍ਰਾਪਤ ਕਰਦੀਆਂ ਇਹ ਕੱਲਾ ਨਗਰ ਨਹੀਂ ਸਾਰਾ ਇਲਾਕਾ ਹੀ ਵੱਡੇ ਭਾਗਾਂ ਵਾਲਾ ਓਕੇ ਸਮਾਂ ਮਿਲਦਾ ਹੈ ਮੋਕੇ ਮੋਕੇ ਤੇ ਸਮਾਗਮਾਂ ਤੇ ਮੱਸੀਆ ਦੇ ਦਿਹਾੜੇ ਤੇ ਆ ਕੇ ਦੂਰੋਂ ਦੂਰੋਂ ਸੰਗਤਾਂ ਆ ਕੇ ਪਵਿੱਤਰ ਸਥਾਨ ਤੇ ਕੋਈ ਸ੍ਰੀ ਅਖੰਡ ਪਾਠ ਕਰਵਾਉਂਦਾ ਹੈ ਕੋਈ ਸ੍ਰੀ ਸਹਿਜ ਪਾਠ ਕਰਾਉਂਦਾ ਹੈ ਔਏ ਗੁਰੂ ਕੇ ਲੰਗਰਾਂ ਦੀ ਸੇਵਾ ਕਰਦਾ ਹੈ ਇਹ ਇੱਕ ਬਹੁਤ ਵੱਡੀ ਮਹਾਨਤਾ ਹੈ ਕਿਉਂਕਿ ਇੱਥੇ ਸਥਾਨ ਤੇ ਜੋ ਵੀ ਆ ਕੇ ਬੇਨਤੀ ਕਰਦਾ ਹੈ ਸਤਿਗੁਰਾਂ ਦੇ ਚਰਨਾਂ ਦੇ ਉਹ ਸਤਿਗੁਰੂ ਮਹਾਰਾਜ ਉਹਨਾਂ ਦੀਆਂ ਆਸਾਂ ਮਨਸਾ ਪੂਰਨ ਕਰ ਦਿੰਦੇ ਨਾ ਸੋ ਜਾਰੇ ਸਮਾ ਨਾਲਾ ਇਹ ਕੋਈ ਗੱਲ ਕਹੇ ਕਿ ਮੈਂ ਮਾਫੀ ਚਾਹਾਂਗਾ ਤੇ ਭਾਈ ਬੁਰਾ ਵੀ ਨਾ ਮਨਾਇਓ ਉਹ ਮੈਂ ਇਹੀ ਕਰੂੰਗਾ ਮਹਾਪੁਰਖ ਬੈਠੇ ਨੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਇਹ ਗੁਰਮੁਖ ਪਿਆਰੇ ਗਿਆਨੀ ਕੁਲਦੀਪ ਸਿੰਘ ਜੀ ਵੀ ਬੈਠੇ ਨੇ ਹੋਰ ਗੁਰਦਵਾਰਾ ਪ੍ਰਬੰਧਕ ਕਮੇਟੀ ਗਿਆਨੀ ਗੁਰਪਾਲ ਸਿੰਘ ਜੀ ਹੋਰ ਤੁਸੀਂ ਸਾਰੀਆਂ ਸੰਗਤਾਂ ਵਿਦਵਾਨ ਬੈਠਿਓ ਵੀ ਸਾਡੀ ਕੌਮ ਦੇ ਨਾਲ ਕੀ ਹੋ ਰਿਹਾ ਹੈ ਤੁਹਾਨੂੰ ਪਤਾ ਹੈ ਕਤਾਰਬਾਂ ਛਾਪ ਚੁੱਕੀਆਂ ਨੇ ਇਹਦੇ ਵਿੱਚ ਗੁਰੂਆਂ ਬਾਰੇ ਇੰਨੇ ਅਬ ਸ਼ਬਦ ਲਿਖੇ ਗਏ ਨਾ ਆਪਣੀ ਜ਼ਬਾਨ ਬਿਆਨ ਨਹੀਂ ਕਰ ਸਕਦੀ ਸੁੱਤੇ ਪਿਆ ਜੜ ਕਮਾਲ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਮਾਰੇ ਬਾਰੇ ਕੀ ਲਿਖਿਆ ਤੁਹਾਨੂੰ ਪਤਾ ਹੀ ਮਾੜਾ ਜ ਆ ਦੱਸਿਓ ਕਿਸੇ ਨੂੰ ਪਤਾ ਹੈ ਜਿਹੜੇ ਸਲੇਫਸ ਸਕੂਲਾਂ ਦੇ ਵਿੱਚ ਲੱਗ ਚੁੱਕੇ ਨਾ ਗੁਰੂ ਨਾਨਕ ਦੇਵ ਜੀ ਨੂੰ ਹਿੰਦੂਆਂ ਦਾ ਪ੍ਰਚਾਰਕ ਦੱਸਿਆ ਹੈ ਵੀ ਐਵੇਂ ਤੁਰੇ ਫਿਰਦੇ ਸਨ ਹਿੰਦੂਆਂ ਦੇ ਪ੍ਰਚਾਰਕ ਸੀ। ਕਨ ਗੁਰੂ ਤੇਗ ਬਹਾਦਰ ਮਹਾਰਾਜ ਦੀਵਾਰੇ ਉਹਨਾਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਵੀ ਗੁਰੂ ਤੇਗ ਬਹਾਦਰ ਇੱਕ ڈاکੂ ਸੀ, ਚੋਰ ਸੀ, ਲੁਟੇਰੇ ਸੀ, ਧਾੜ ਵੀ ਸੀ ਤੇ ਉਹ ਸਰਕਾਰ ਨੇ ਮਸਾਂ ਕਾਬੂ ਕੀਤੇ। ਆਬੂ ਕਰਕੇ ਗਵਾਲੀਅਰ ਦੇ ਕਿਲੇ ਚ ਲਗੇ। ਉਹਨਾਂ ਨੂੰ ਦੇਖੋ ਕਿੱਥੇ ਸੀਦੀ ਉਹਨਾਂ ਦੀ। ਗਵਾਲੀਅਰ ਦੇ ਕਿਲੇ ਦੇ ਵਿੱਚ ਟੋਟੇ ਕਰਕੇ ਏ ਗਵਾਲੀ ਅਰਦੇ ਕਿਲੇ ਦੇ ਦਰਵਾਜਿਆਂ ਤੇ ਉਹਨਾਂ ਨੂੰ ਲਟਕਾਇਆ ਗਿਆ ਮੈਂ ਹੈਰਾਨ ਆ ਕੋਈ ਸਟੇਜ ਤੇ ਗੱਲ ਕਰਨ ਨੂੰ ਤਿਆਰ ਨਹੀਂ ਯਾਰ ਆ ਸਾਡੇ ਜਥੇਦਾਰ ਬੁਰਾ ਨਾ ਮਨਾਇਆ ਮੈਂ ਉੱਥੇ ਆਵਦੀ ਸਟੇਜ ਤੇ ਵੀ ਬੋਲਦਾ ਉਹਨਾਂ ਕਈ ਵਾਰੀ ਅਗਲਾ ਕਹਿੰਦਾ ਵੀ ਅੰਨੀ ਬਾਬਾ ਜੀ ਹੋਰਾਂ ਦੀਆਂ ਸਟੇਜਾਂ ਤੇ ਵੀ ਬੋਲਦੇ ਨਾ ਆ ਤਲਵੰਡੀ ਵਾਲਾ ਜਥੇਦਾਰ ਮੈਂ ਇਹ ਜਥੇਦਾਰ ਦੇ ਵੀ ਕਹਿਣ ਦੇ ਲੈਕਿਨ ਇਹ ਅਸੀਂ ਜਥੇਦਾਰ ਜੀ ਸਾਡੇ ਦਰਸ਼ਨ ਦਿਓ ਜਿਨ੍ਹਾਂ ਨੇ ਕੌਮ ਦਾ ਬੇੜਾ ਕਰਪ ਕਰਕੇ ਰੱਖਤਾ ਆ ਬਾਦਲ ਜੁੰਡਲੀ ਹਾਰ ਗਈ ਜਿਨ੍ਹਾਂ ਨੇ ਵਿਆਦਵੀਆਂ ਕਰਵਾਗਿਆਂ ਜਿਹਨਾਂ ਨੇ ਸਿੱਖੀ ਕਾਉਂ ਦਾ ਕਾਣ ਕਰਤਾ ਇਹ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਚਮਤਕਾਰ ਦਿਖਾਉਣੇ ਸੀ ਉਹਦੇ ਦਾ ਮੰਝੇ ਚ ਪਿਆ ਹੈ ਕਹਿੰਦਾ ਜੀ ਪੰਥ ਹੀ ਖਤਮ ਹੋ ਗਿਆ ਉਹ ਭਲਿਆ ਮਾਨਸਾ ਇਹ ਤੈਨੂੰ ਜਥੇਦਾਰ ਬਣਾਤਾ ਤੂੰ ਉਹਨਾਂ ਦੇ ਤਲੇ ਚੱਟਣ ਲੱਗ ਗਿਆ ਘੱਮ ਸੇ ਕਾਮ ਅਕਾਲ ਤਖਤ ਵਰਨੀ ਤਾਂ ਦੇਖ ਵੀ ਜਿਹੜੇ ਅਕਾਲ ਤਖਤ ਦਾ ਤੂੰ ਜਥੇਦਾਰ ਹੈਂ ਹਿੰਦਾ ਜੀ ਬਹੁਤ ਨਕਸ਼ਾਨ ਹੋਣਾ ਐ ਹੋਣਾ ਜੀ ਇਦਾਂ ਜੀ ਖਤਮੀ ਹੋ ਗਿਆ ਅਕਾਲੀ ਦਲ ਆ ਹੋ ਗਿਆ ਵੀਰ ਕੱਲਾ ਬਾਦ ਨਹੀਂ ਅਕਾਲੀ ਦਲ ਸੀ ਇਹ ਸਾਰ ਸੰਗਤ ਦੀ ਸਾਡੀ ਜੀ ਸ਼ਰਮੌਰ ਅਕਾਲ ਤਖਤ ਨਾ ਇਹਨੂੰ ਕੋਈ ਖਤਮ ਕਰ ਚੁੱਕਿਆ ਇਹ ਨਾ ਹੀ ਕਰ ਸਕੇਗਾ ਸੋ ਮੈਨੂੰ ਸਖਤ ਲਫ਼ਜ਼ਾਂ ਦੇ ਵਿੱਚ ਕਹਿਣਾ ਪੈਂਦਾ ਇਹਨਾਂ ਗਦਾਰਾਂ ਨੂੰ ਨਾ ਬੁਲਾਇਆ ਕਰੋ ਇਸ ਸਟੇਜਾਂ ਤੇ ਐਵੇਂ ਹੀ ਉਹਨਾਂ ਦੇ ਸਰੂਪ ਪਾਏ ਪਾਈ ਜਾਂਦੇ ਆ ਮੈਂ ਤੁਸੀਂ ਸਖੋਗੇ ਬਾਬਾ ਜੀ ਤੁਸੀਂ ਆ ਧਮਧਮਾ ਸਾਹਿਬ ਮਸਤੂਆਣੇ ਦੀ ਗੱਲ ਐ ਕਿਰਪਾਲ ਸਿੰਘ ਦੀ ਕਮੇਟੀ ਲਾਉਂਦਾ ਮੈਂ ਮਸਤੂਆਣੇ ਸੰਤ ਬਾਬਾ ਅਤਰ ਸਿੰਘ ਜੀ ਦੀ ਵਰਸੀ ਸੀ ਇਹ ਹਰਪ੍ਰੀਤ ਵੀ ਉੱਥੇ ਬੈਠਾ ਸੀ ਇਹ ਖੜਾ ਹੋ ਕੇ ਪਾਸਣ ਦੇਣ ਲੱਗਿਆ ਅਰਲੀਆਂ ਪਰਲੀਆਂ ਗੁਣ ਉਹਨਾਂ ਦੇ ਉਹ ਸੰਤਾਂ ਦੀ ਵਰਸੀ ਐ ਤੂੰ ਗੁਣ ਬਾਸਲ ਦੇ ਗਾਈ ਜਾਣਾ ਉਹਦੋ ਵਾਰ ਬਾਬਾ ਕਾਕਾ ਸਿੰਘ ਨੇ ਅਰੋਸਮੈਂਟ ਕਰਤੀ ਕਹਿੰਦੇ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਿੰਘ ਸਾਹਿਬ ਜੀ ਨੂੰ ਬਾਬਾ ਗੁਰਮੀਤ ਸਿੰਘ ਜੀ ਸਨਮਾਨਿਤ ਕਰਨਗੇ ਮੈਂ ਕਿਹਾ ਵੀ ਮੈਂ ਨਹੀਂ ਕਰਦਾ ਉੱਥੇ ਬੈਠੀ ਸਦੇ ਤੇ ਮੈਂ ਕਿਹਾ ਵੀ ਨਾ ਉਹ ਖੜਾ ਹੋ ਗਿਆ ਮੈਂ ਖੜਾ ਹੀ ਨਹੀਂ ਹੋਇਆ ਮੈਂ ਕਿਹਾ ਮੈਂ ਨਹੀਂ ਦੰਦਾ ਅੱਜ ਮੈਂ ਇਹਨੂੰ ਸਰੋਪਉਦੋਂ ਮੈਂ ਇੱਕ ਪਾਸੇ ਮੈਂ ਜਥੇਦਾਰੀ ਨਹੀਂ ਮੰਨਦਾ ਇਹਨੂੰ ਦੂਜੀ ਗੱਲ ਫੇਰ ਉਹਨੇ ਦੁਹਰਾਤੀ ਕਿ ਜੀ ਹੁਣ ਸਿੰਘ ਸਾਹਿਬ ਬਾਬਾ ਗੁਰਮੀਤ ਸਿੰਘ ਨੂੰ ਸਨਮਾਨਿਤ ਕਰਨਗੇ ਮਗਾ ਯਾਰ ਕਾਕਾ ਸਿਆ ਨਾਮ ਹੈ ਤਾਂ ਸਿਰਫ ਉਹ ਲਵਾ ਨਾ ਇਹਨੂੰ ਦੇਵਾ ਭਾਈ ਥੋੜੇ ਜਿਨਾ ਸਰੀਰ ਦੇ ਵਿੱਚ ਜਜਵਾ ਪੈਰਾ ਕਰੋ ਵੀ ਸਾਡੇ ਗੁਰੂ ਇੱਕ ਵਾਰ ਸੇ ਦਸੀ ਗੁਰ ਕੀ ਨਿੰਦਾ ਸੁਣੈ ਨਾ ਕਾਨ ਛੱਟੇ ਜਾਂਦੇ ਸੀ ਗੱਲ ਕਰਨ ਨੂੰ ਤਿਆਰ ਨਹੀਂ ਆ ਇਹ ਭਾਈ ਸਾਨੂੰ ਤਕੜੇ ਹੋ ਕੇ ਲੜਾਈ ਲੜਨੀ ਪਊਗੀ ਤੇ ਹੁਣ ਸਮਾਂ ਆ ਗਿਆ ਤੁਸੀਂ ਦੇਖੋ ਵੀ ਕਿੰਨਾ ਕਹਾਣ ਕੀਤਾ ਹੈ ਅਜ ਅਕਾਲ ਅਕਾਲ ਦੱਸਦੀ ਮਾਨ ਮਰਜ਼ਾ ਦਾ ਇਹਨਾਂ ਇੱਕ ਮਤਲਬ ਜਥੇਦਾਰ ਦੇ ਰੂਪ ਚ ਆਰਐਸਐਸ ਦੇ ਕੁਝ ਕੁਸ ਬੈਠ ਕੇ ਬਣ ਕੇ ਇਹ ਸਾਰਾ ਕੁਝ ਇਹਨਾਂ ਨੇ ਸਿੱਖੀ ਦਾ ਸਤਿਆਨਾਸ਼ ਕਰਤਾ ਇੱਕ ਪਾਸੇ ਮਾਰਾ ਇਹਨੇ ਕਲਾ ਵਰਤਾਤੀ ਕਿ ਹੁਣ ਅਕਾਲ ਤਖਤ ਆਜ਼ਾਦ ਕਰਾਉਣਾ ਹੈ ਉਹ ਐਵੇਂ ਨਹੀਂ ਹੋਣਾ ਸੋ ਆਪਾਂ ਨੂੰ ਤਗੜੇ ਹੋਣਾ ਪੈਣਾ ਹੈ ਜੋ ਆ ਇਤਿਹਾਸ ਅਪਰੇ ਨਾ ਇਹਨਾਂ ਬਾਤ ਇਹ ਅੱਜ ਦਾ ਨਹੀਂ ਛਪਿਆ ਇਹ ਬਹੁਤ ਚਿਰ ਦੀਆਂ ਜਦੋਂ ਦੇ ਇਹਨਾਂ ਦੀ ਮਿਨਿਸਟਰੀਆਂ ਆਗਿਆਂ ਉਹਨਾਂ ਦੀਆਂ ਕਿਤਾਬਾਂ ਇਹਨਾਂ ਨਾਲ ਮਿਲ ਕੇ ਛਪਾਂ ਗਿਆ ਗਿਆ ਇਹ ਵਾਰ ਕੋਈ ਬੋਲਿਆ ਨਹੀਂ ਇਸ ਕਰਕੇ ਸਾਡੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਇਹ ਬੱਚੇ ਕੱਲ ਨੂੰ ਪ੍ਰਚਾਰ ਕਰਨਗੇ ਵੀ ਕੋਈ ਗੁਰੂ ਨਹੀਂ ਸੀ ਇਹ ਤਾਂ ਲਟਾ ਲੁਟੇਰੇ ڈاکੂ ਸੀ ਜੀ ਇਹ ਤਾਂ ਐ ਸੀ ਹੋਰ ਵੀ ਮੈਂ ਜਿਆਦਾ ਸਮਾਨਾ ਲੰਮਾ ਵਿਸਤਾਰ ਚ ਜਾਮਾ ਇਹਨਾਂ ਨੇ ਬੰਦਾ ਬਹਾਦਰ ਵਾਸਤੇ ਹੋਰ ਕਿੰਨੇ ਗੁਰਾਂ ਵਾਸਤੇ ਸਾਡੀਆਂ ਸਤਿਕਾਰਯੋਗ ਮਾਤਾਵਾਂ ਵਾਸਤੇ ਵੀ ਐਡੀ ਅਪਸ਼ਬਦ ਸ਼ਬਦਾਵਲੀ ਲਿਖੀ ਐ ਕੋਈ ਅਸੀਂ ਬੋਲਣ ਨੂੰ ਤਿਆਰ ਨਹੀਂ ਜੇ ਮੈਂ ਕਿਤੇ ਗੱਲ ਕਰਦਾ ਉਹ ਬਾਬਾ ਜੀ ਤੁਸੀਂ ਇਕੱਲੇ ਕੀ ਕਰੋਗੇ ਕੀ ਲੈਣਾ ਵੀ ਯਾਰ ਚੱਲੀ ਜਾਣ ਦਿਓ ਉਹ ਮੇਰੀ ਬੇਨਤੀ ਹੈ ਵੀ ਇੱਕ ਤਾਂ ਜਥੇਦਾਰਾਂ ਨੂੰ ਨਕਾਰ ਦਿਓ ਕਿਤੇ ਨਾ ਸੱਦੋ ਇਹਨਾਂ ਨੂੰ ਨળે ਜਨ ਇਹ ਤਾਂ ਜਿੱਥੇ ਮਰਜ਼ੀ ਸੱਦ ਲੋ ਇਹ ਵਿਆਹਾਂ ਤੇ ਇਹ ਜਾਂਦੇ ਨਾ ਮਰਗਾਂ ਤੇ ਇਹ ਜਾਂਦੇ ਨਾ ਜਿੱਥੇ ਮਰਜ਼ੀ ਸੱਦ ਲੋ ਇਹ ਜਥੇਦਾਰ ਦੀ ਮਰਜ਼ਾਦਾ ਹੀ ਨਹੀਂ ਸੀ ਪਹਿਲੀ ਗੱਲ ਤਾਂ ਇਹ ਪਰ ਭਾਈ ਲਫਾਫੇ ਉਧਰੋਂ ਇਹਨਾਂ ਨੂੰ ਗੱਡੀਆਂ ਉਹਨਾਂ ਨੂੰ ਸਕਿਉਰਟੀਆਂ ਇਹਨਾਂ ਦੇ ਗੁਰੂ ਮਹਾਰਾਜ ਕੀ ਯਾਦ ਹੈ ਇਹਨਾਂ ਨੂੰ ਤਾਂ ਬਾਦਲੀ-ਬਾਦਲ ਦੀਂਦਾ ਸੋ ਸਤਿਗੁਰੂ ਦਾ ਮੈਂ ਸ਼ੁਕਰਾਨਾ ਕਰਦਾ ਕਿਉਂਕਿ ਮੜਿਆ ਮੇਟ ਕਰਕੇ ਰੱਖਤਾ ਨਾ ਇਹ ਸਤਿਗੁਰੂ ਦੀ ਮਹਾਨ ਕਿਰਪਾ ਹੈ ਜਹਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀਓ ਰੇ ਦੇਤਾ ਨਾ ਡੰਡ ਇਸ ਕਰਕੇ ਮੇਰੀ ਬੇਨਤੀ ਹੈ ਵੀ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਕਰਿਆ ਕਰੋ ਕੋਈ ਗੱਲ ਨਹੀਂ ਜੇ ਕੋਈ ਰੁੱਸ ਜੂਗਾ ਤਾਂ ਰੁੱਸ ਜਾਣ ਦੇ ਯਾਰ ਸਾਡੀ ਪਹਿਲਾ ਗੁਰੂ ਦੀ ਗੱਲ ਐ ਗੁਰੂ ਦੇ ਵਾਸਤੇ ਅਸੀਂ ਪ੍ਰਚਾਰ ਕਰਦੇ ਆਂ ਅਸੀਂ ਰੁਪਏ ਇਕੱਠੇ ਕਰਨ ਵਾਸਤੇ ਤਾਂ ਨਹੀਂ ਕਰਦੇ ਵੀ ਜੇ ਇੱਥੇ ਦੋ ਬੰਦੇ ਆਉਣੋਂ ਹਟ ਜਾਣਗੇ ਜੇ ਸਾਡੇ ਗੁਰਮਤ ਤੋਂ ਪਾਸੇ ਕੋਈ ਜਾਂ ਅਸੀਂ ਗੁਰੂ ਦੀ ਗੱਲ ਬੰਦ ਕਰਾਂਗੇ ਜਾਂ ਸਾਡੇ ਗੁਰਮਤ ਦੇ ਕੋਈ ਉਲਟ ਕੰਮ ਹੁੰਦਾ ਹੈ ਅਸੀਂ ਨਾ ਬੋਲਾਂਗੇ ਵੀ ਯਾਰ ਫਲਾਨਾ ਗੁੱਸੇ ਨਾ ਹੋ ਜੇ ਆ ਨਾ ਹੋ ਜੇ ਐ ਹੋ ਤਾਂ ਹੋਈ ਜਾਣਦੇ ਭਾਈ ਅਸੀਂ ਗੁਰਮਤ ਤੇ ਗੁਰਵਾਨੀ ਤੇ ਗੁਰੇ ਤੇ ਆਸਤੇ ਪਹਿਰਾ ਦੇਣਾ ਐ ਛਾਡਾ ਫਰਜ ਹੈ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਗਰ ਪੰਚਾਇਤ ਪੱਕਾ ਸ਼ੀਦਾਂ ਦੀ ਸਾਰੀ ਸੰਗਤ ਦਾ ਇਲਾਕਾ ਨਿਵਾਸੀ ਸੰਗਤਾਂ ਦਾ ਮੁੜ ਦੁਆਰਾ ਪ੍ਰਬੰਧਕ ਕਮੇਟੀ ਦਾ ਸੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਜੋ ਮਹਾਨ ਸ਼ਖਸੀਅਤ ਆਪਣੇ ਇਲਾਕੇ ਦੀ ਮਹਾਪੁਰਖ ਬਿਰਾਜਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਉਹ ਵੀ ਸੰਗਤਾਂ ਨੂੰ ਦਰਸ਼ਨ ਦੇ ਰਹਿਣਾ ਇਹ ਹੋਰ ਸਾਰੇ ਨਗਰਾਂ ਦੇ ਗ੍ਰੰਥੀ ਸਿੰਘ ਸਹਿਵਾਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹ ਸਮੁੱਚੇ ਸੇਵਾਦਾਰਾਂ ਦਾ ਮਾਤਾ ਮਾ ਬੀਬੀਆਂ ਪੈਣਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਮਾਤਾ ਮਾ ਬੀਬੀਆਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਤਗੜੇ ਹੋ ਇੱਕ ਦਾ ਕੈਵਨ ਚਕਾਓ ਗੁਰਦੁਆਰਿਆਂ ਚ ਆ ਜਿਹੜੇ ਦੇਗ ਬਣ ਵਰਤਣ ਵਾਸਤੇ ਬਣਾਏ ਹੈ ਨਾ ਇਹ ਕਿਥੋਂ ਅਮਰ ਜਹਾ ਲੈਦੀ ਵੀ ਜਰ ਅੱਜ ਤੱਕ ਇਹ ਗੁਰੂ ਮਹਾਰਾਜ ਜੀ ਦਾ ਛੇਤ ਪ੍ਰਸ਼ਾਦ ਹੈ ਭਾਈ ਇਹ ਬੈਠ ਕੇ ਲੈਣਾ ਹੈ ਅਸੀਂ ਆਦੇ ਨਹੀਂ ਹੁੰਦੇ ਸੀ ਜੇ ਕੋਈ ਖੜਾ ਹੋ ਕੇ ਲੈਂਦਾ ਸੀ ਵੀ ਜਰ ਤੈਨੂੰ ਦੇਖ ਲੈਣ ਦਾ ਨਹੀਂ ਪਤਾ ਜੇ ਅੱਜ ਗ੍ਰੰਥੀ ਸਿੰਘ ਨੂੰ ਬੋਲਣਾ ਪੈਂਦਾ ਵੀ ਸਾਰ ਸੰਗਤ ਜੀ ਉੱਠ ਕੇ ਬਾਹਰ ਜਾ ਕੇ ਖੜ ਖੜ ਕੇ ਦੇਖ ਲਿਓ ਉਹ ਜਦੋਂ ਦੇਖ ਲੈਂਦੇ ਨਾ ਲੈਣ ਮੈਂ ਦੇਖਿਆ ਵੀ ਮਗਰਲਾ ਉਹ ਜੋ ਕਿਨਕਾ ਡਿੱਗਦਾ ਹੈ ਮਗਰਲੇ ਦੇ ਪੈਰ ਦੇ ਥੱਲੇ ਆਉਂਦਾ ਆਉਂਦਾ ਨਾ ਏ ਮਾਤਾ ਬੀਬੀਓ ਤੁਸੀਂ ਵੀ ਬੋਲਿਆ ਕਰੋ ਕੋਈ ਪ੍ਰਵਾਹ ਨਾ ਕਰਿਆ ਕਰੋ ਗੁਰੂ ਘਰ ਵਾਲਿਆਂ ਦੀ ਸਾਡਾ ਕੀ ਹੈ ਸਾਨੂੰ ਤਾਂ ਚਾਹੀਦਾ ਹੈ ਸਾਨੂੰ ਤਾਂ ਮੱਥਾ ਟਿਕਣਾ ਚਾਹੀਦਾ ਹੈ ਵੀ ਮੇਰੇ ਬਾਬਾ ਜੀ ਮਰਜਾਰਾ ਤੋਂ ਪਾਸੇ ਨਾ ਹੋ ਅਸੀਂ ਬੈਠ ਕੇ ਹੀ ਦੇਖ ਲੈਣੀ ਹੈ ਇਹ ਗੁਰੂ ਮਹਾਰਾਜ ਦਾ ਸ਼ੀਤ ਪ੍ਰਸ਼ਾਦ ਹੈ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਨਾ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਣਾ ਜਿੱਦੇ ਸੰਗਤ ਬੈਠੀ ਹੈ ਇਹ ਬੈਠ ਕੇ ਭਾਈ ਦੇਖ ਪਰਤੌਣੀ ਚਾਹੀਦੀ ਹੈ ਅੱਜ ਅਸੀਂ ਰਿਸੋ ਰਿਸ ਕੇ ਬਣ ਲਾਤੀ ਤੇ ਉਹ ਮਰਜ਼ਾਦਾ ਦੂਰ ਹੋ ਜਾਂਦੀ ਐ ਤੇ ਫਿਰ ਸਾਡੇ ਤੇ ਗੁਰੂ ਸਾਹਿਬ ਕਿਵੇਂ ਖੁਸ਼ ਹੋਣਗੇ ਹੋ ਜਾਣਗੇ ਤੇ ਆਪਾਂ ਮਰਜ਼ਾਦਾ ਕਾਇਮ ਰੱਖਣੀ ਐ ਬੋਲਿਆ ਕਰੋ ਉਹ ਲਾਂ ਝੁਕਾਂ ਦੀ ਖਿਮਾ ਕਿਉਂਕਿ ਮੈਂ ਸੱਚੀ ਬੋਲਿਆ ਕੋਈ ਝੂਠ ਗੱਲ ਬੋਲੀ ਨਹੀਂ ਇਹ ਸੰਗਤਾਂ ਦੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਐ ਸੱਚੀ ਗੱਲ ਤੋਂ ਤੇ ਪਹੁੰਚਦੀ ਰਵੇ ਤੇ ਜਿਨ੍ਹਾਂ ਨੇ ਇਸ ਮੇਰੇ ਜੋ ਮੈਂ ਬੇਨਤੀ ਕੀਤੀ ਐ ਉਹ ਮੰਨਣਗੇ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਉਹਨਾਂ ਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ਿਸ਼ ਕਰਨਗੇ ਭੁੱਲਾਂ ਝੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਜੋ ਵਿਚਾਰਾ ਕੀਤੇ ਬਿਲਕੁਲ ਸੱਚੀਆਂ ਆਪਣੇ ਇਲਾਕੇ ਦੇ ਕੋਈ ਇੱਕ ਬਾਬਾ ਜੀ ਹੈ ਜਿਹੜੇ ਸਟੇਜਾਂ ਤੇ ਕਹਿ ਦਿੰਦੇ ਨੇ ਬਾਬਾ ਜੀ ਗੁਰੂ ਨੇ ਕਿਰਪਾ ਕਰਨੀ ਕਰਤੀ ਅੱਧੀ ਤਾਂ ਦੜ ਠੋਕ ਕੇ ਆ ਜਿਹੜੀ ਦੇਗ ਵਾਲੀ ਗੱਲ ਹੈ ਮੇਰੇ ਕੋਲ ਆ ਗਈ ਸੀ ਮੈਂ ਆਪੇ ਸਹਿਮਤਾ ਦੇ ਨਾਲ ਮੈਂ ਤਾਂ ਬਾਬਾ ਜੀ ਕਈ ਵਾਰੀ ਕਥਾ ਚ ਵੀ ਕਿਹਾ ਹੈ ਇੱਕ ਜਿਹੜਿਆ ਗੁਰੂ ਘਰਾਂ ਚ ਭੋਗਾ ਤੇ ਟੈਂਟ ਲੈ ਕੇ ਖੜ ਕੇ ਚਾਹ ਪੀਣ ਮੈਂ ਕਈ ਬਾਰੀ ਕਿਹਾ ਇਹ ਚੀਜ਼ਾਂ ਗੁਰੂ ਘਰਾਂ ਚੋ ਗੁਰੂ ਘਰ ਐ ਡੇ ਡੇ ਲੰਗਰ ਹੈ ਸੁਦੇ ਜੋੜੇ ਚਾਹ ਰੋਟੀਆਂ ਖੜ ਕੇ ਇਹ ਕਿੱਥੇ ਮਰਜ਼ਾਦਾ ਮੈਂ ਕਈ ਬਾਰੀ ਕਿਹਾ ਕਥਾ ਸਾਡੇ ਨਗਰਾਂ ਵਿੱਚ ਦਾ ਪਤਾ ਹੈ ਪਰ ਮੇਰੀ ਸਾਡੇ ਮੈਂ ਕਹਿ ਦਿੰਨਾ ਮੈਂ ਵੀ ਸੱਚੀ ਗੱਲ ਤੇ ਮੇਰੇ ਨਾਲ ਕੋਈ ਸਹਿਮਤ ਨਹੀਂ ਹੋਇਆ ਇਸ ਚੀਜ਼ ਚ ਮੇਰੇ ਗੁਰੂ ਘਰ ਆਜ ਖੜ ਕੇ ਜੋੜਿਆ ਜੋੜਿਆ ਚਾਹ ਪੀਣੀ ਆ ਕਿੱਥੇ ਲਿਖਿਆ ਜਿਹੜੇ ਲੰਗਰ ਹੈ ਲਾ ਕੇ ਖੜਮੀ ਚਾਹ ਪਿਆ ਦਿਓ ਜੀ ਖੜਮੀ ਰੋਟੀ ਇਹ ਚੀਜ਼ ਆਪਨੇ ਗੁਰੂ ਘਰਾਂ ਚ ਬਾੜਤਿਆਂ ਤੇ ਇਹਨੂੰ ਸਾਰੇ ਆਪਾਂ ਇਕੱਠੇ ਰਲ ਕੇ ਹੰਬੜਾ ਮਾਰਾਂਗੇ ਫੇਰ ਇਹ ਗੁਰੂ ਕਿਰਪਾ ਕਰੇ ਸਾਰੇ ਇੱਕ ਹੋ ਕੇ ਜੜੀਆਂ ਗੁਰੂ ਘਰਾਂ ਚ ਕ੍ਰੀਤੀਆਂ ਆ ਕੇ ਬੜਗੀਆਂ ਨਾ ਇਹਨਾਂ ਨੂੰ ਸਾਰੇ ਆਪਾਂ ਸਾਰਾ ਇਲਾਕਾ ਹੰਬੜਾ ਮਾਰੀਏ ਤੇ ਗੁਰੂ ਕਿਰਪਾ ਕਰਨ ਬਾਬਾ ਜੀ ਵਾਕਿਆ ਗੱਲ ਨਹੀਂ ਸਹੀ ਐ ਸਹਿਮ ਤਾਂ ਹੁਣ ਟਾਈਮ ਨਹੀਂ ਐ ਇੰਨਾ ਕਿਉਂਕਿ ਪ੍ਰਚਾਰਕਾਂ ਨੇ ਬੋਲਣਾ ਸੋ ਬਾਬਾ ਜੀ ਦਾ ਸਤਕਾਰ ਹਾਂ ਸਾਰੇ ਬਾਬਾ ਜੀ ਸ੍ਰੋਪੇ ਦੀ ਬਖਸ਼ਿਸ਼ ਪ੍ਰਾਪਤ ਕਰਨ ਬਾਬਾ ਗੁਰਮੀਤ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਵੀ ਤੇ ਬਾਬਾ ਗੁਰਚੰਦ ਸਿੰਘ ਜੀ ਰੋੜੀ ਤੋਂ ਆਏ ਨੇ ਬਖਸ਼ਿਸ਼ ਸ੍ਰੋਪੇ ਦੇ ਉਸ ਤੋਂ ਬਾਅਦ ਫਿਰ ਕਿਉਂਕਿ ਸਾਡੇ ਬਹੁਤ ਹੀ ਇਲਾਕੇ ਦੇ ਬੜੀ ਖੁਸ਼ੀ ਹੈ ਕਿ ਮੈਨੂੰ ਨੌਜਵਾਨ ਕੱਲ ਹੀ ਮੈਂ ਤਾਂ ਪਹਿਲੀ ਵਾਰ ਕਥਾ ਸੁਣੀ ਬੜੀ ਸੋਹਣੀ ਕਥਾ ਜਿੰਨਾਂ ਦੀ ਉਹਨਾਂ ਦਾ ਟਾਈਮ ਹੈ ਚਲੋ ਕੋਈ ਗੱਲ ਨਹੀਂ ਉਹ ਤਾਂ ਥੋੜੇ ਟਾਈਮ ਵਿੱਚ ਸੰਗਤਾਂ ਨੂੰ ਬਹੁਤ ਕੁਝ ਝੋਲੀ ਚ ਪਾ ਦੇਣਗੇ ਕਿਉਂ ਉਹਦੀ ਆਵਾਜ਼ਰਾਸੀ ਵੜਾ ਸੋ ਸਰੋਪਾ ਦੀ ਬਖਸ਼ ਬਾਬਾ ਗੁਰਮੀਤ ਸਿੰਘ ਜੀ ਨੂੰ ਮੋਲੇ ਸੋਨਿਹਾਲ ਬਾਬਾ ਦਰਸ਼ਨ ਸਿੰਘ ਜੀ ਬਾਬਾ ਗੁਰਚਰਨ ਸਿੰਘ ਜੀ ਸੋ ਬੇਨਤੀ ਹੈ ਸੋਨਿਹਾਲ ਸਤਿ ਸ੍ਰੀ ਅਕਾਲ ਬਾਬਾ ਗੁਰਚਾਰਨ ਸਿੰਘ ਜੀ ਆ ਬੈਠੇ ਇੱਧਰ ਆ ਇੱਧਰ ਬੈਠੇ ਕੋਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਮਿੰਟ ਕੋਈ ਮੈਨੂੰ ਇੱਧਰ ਤਾਂ ਕਰ ਲੈਣ ਯਾਰ ਕੰਮ ਆ ਇਹਨਾਂ ਨੂੰ ਬਾਬਾ ਜੀ ਨੇ ਬੁਲਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਗੁਰਵੱਚਨ ਸਿੰਘ ਗੁਰਚਰਨ ਸਿੰਘ ਜੀ ਰੋੜੀ ਤੋਂ ਇਹ ਵੀ ਬਹੁਤ ਚਿਰ ਦੇ ਪਹੁੰਚ ਹੋਏ ਹਨ ਭਾਈ ਧੰਨਵਾਦ ਸਾਰੇ ਮਹਾਪਰਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਰੇ ਮਹਾਪੁਰਸ਼ਾਂ ਦਾ ਤੇ ਦਾਸਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਇੱਥੇ ਸਾਰਾ ਕੰਮ ਚੱਲਦਾ ਹੈ ਵੱਡੇ ਨੇ ਮਹਾਂਪੁਰਸ਼ ਨੇ ਸੋ ਆਓ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਫੱਗੂ ਵਾਲੇ ਹੈਂ ਹਾਂ ਜੀ 5 ਮਿੰਟ 5 ਕਿ ਮਿੰਟ ਬਾਬਾ ਪ੍ਰੀਤ ਸਿੰਘ ਜੀ ਮੱਲੜੀ ਵਾਲੇ ਉਹਨਾਂ ਤੋਂ ਬਾਅਦ ਭਾਈ ਕੁਲਦੀਪ ਸਿੰਘ ਜੀ ਉਹ ਵੀ ਤਕਰੀਬਨ 40 ਮਿੰਟ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਅੱਗੇ ਦੀਵਾਨ ਚੱਲੀ ਜਾਣੇ ਆਓ ਬਾਬਾ ਪ੍ਰੀਤ ਸਿੰਘ ਜੀ ਨਾਲ ਵਿਚਾਰ ਜੋ ਸਾਡੇ ਨਾਲ ਸਾਂਝੇ ਕਰਨਗੇ ਸੁਣੋ ਸਤਨ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਨ ਪਵਿੱਤਰ ਚਰਨਾਂ ਵਿੱਚ ਸੋਵਤ ਮਾਈ ਭਾਈ ਬੀਰ ਬਜੁਰਗ ਸੰਤ ਮਹਾਤਮਾ ਗੁਣੀ ਗਿਆਨੀ ਰਾਗੀ ਢਾਡੀ ਸਰਵਤਰ ਸੰਗਤਾਂ ਸਤਿਗੁਰੂ ਦੇ ਬਰਮ ਪਵਿੱਤਰ ਚਰਨਾਂ ਵਿੱਚ ਸੀਸ ਨਵਾਉਂਦੇ ਹੋਏ ਆਪਣੀ ਰਸਨਾ ਨੂੰ ਕਰੋ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ ਆਪਾਂ ਨੂੰ ਸਾਰਿਆਂ ਨੂੰ ਇੱਥੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠਣ ਦਾ ਸੁਭ ਸਮਾਪਤ ਹੋਇਆ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਮ ਪਿਆਰੇ ਨਾਲ ਦੇ ਸਿੰਘ ਸ਼ਹੀਦ ਹੋਏ ਜਿਵੇਂ ਬਾਬਾ ਜੀ ਨੇ ਗੁਰਦਾਰਾ ਸਾਹਿਬ ਦਾ ਨਾਂ ਹਜੂਰ ਸਾਹਿਬ ਬੋਲਿਆ ਤੇ ਗੁਰੂ ਕੇ ਪਿਆਰਿਓ ਹੈ ਹਜੂਰ ਸਾਹਿਬ ਦਾ ਕਿਤਾਬ ਮਿਲਿਆ ਹੋਇਆ ਜਿਸ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੋਵਿੰਦ ਸਿੰਘ ਮਹਾਰਾਜੇ ਇਥੋਂ ਚਾਰ ਸਪੇਰੇ ਸੰਗਤਾਂ ਦੇ ਵਿੱਚ ਵਿਚਰਦੇ ਸਨ ਦਮਦਮਾ ਸਾਹਿਬ ਰਿਹਾਲ ਸੀ ਉਹ ਟਾਈਮ ਦੇ ਉੱਤੇ ਕਹਿੰਦੇ ਗਉਆਂ ਨੂੰ ਫੜ ਕੇ ਬੁਚੜ ਲਾ ਜਾ ਰਹੇ ਸਨ ਤੇ ਗੁਰੂ ਸਾਹਿਬ ਦਾ ਉਸ ਵੇਲੇ ਟਾਈਮ ਹਜ਼ੂਰ ਸਾਹਿਬ ਨੂੰ ਜਾਣ ਦਾ ਸੀ ਸਤਿਗੁਰੂ ਸਚੇ ਪਾਤਸ਼ਾਹ ਜੀ ਦੇ ਚਰਨਾ ਵਿੱਚ ਬੇਨਤੀ ਕੀਤੀ ਮਹਾਰਾਜ ਇਹ ਗਵਾਂ ਨੂੰ ਬਚੜ ਲਿ ਜਾ ਰਹੇ ਨੇ ਕੀ ਕੀਤਾ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫੇਰ ਕਹਿੰਦੇ ਅਸੀਂ ਤੁਹਾਡੇ ਨਾਲ ਹਜੂਰ ਸਾਹਿਬ ਜਾਣਾ ਜ਼ਰੂਰ ਹੈ ਹਜੂਰ ਸਾਹਿਬ ਦੇ ਦਰਸ਼ਨ ਕਰਨੇ ਜ਼ਰੂਰ ਹੈ ਸਤਿਗੁਰੂ ਕਹਿੰਦੇ ਤੁਸੀਂ ਆਹ ਕੰਮ ਕਰੋ ਆ ਗਵਾਂ ਛਡਾਓ ਇਹਨਾਂ ਤੋਂ ਇਹ ਹਜੂਰ ਸਾਹਿਬ ਤੁਹਾਡਾ ਇੱਥੇ ਹੀ ਹੈ ਜੋ ਤੁਸੀਂ ਚਾਹੋਗੇ ਤੁਹਾਡੇ ਮਨ ਦੀ ਇੱਛਾ ਉਹ ਇੱਥੇ ਹੀ ਪੂਰੀ ਹੋਊ ਤੁਹਾਡੀ ਨਹੀਂ ਹੋਊਗੀ ਆਉਣ ਵਾਲੀਆਂ ਸੰਗਤਾਂ ਜੋ ਸ਼ਰਧਾ ਨਾਲ ਇੱਥੇ ਮੱਥਾ ਟੇਕਣਗੀਆਂ ਇਹਨੂੰ ਮੰਨਣਗੀਆਂ ਉਹਨਾਂ ਦੀ ਵੀ ਪੂਰੀ ਹੋਊਗੀ ਜਿਹੜੇ ਆਪਾਂ ਨਾ ਆਪਾਂ ਜੇ ਉਹ ਭਾਵਨਾ ਰੱਖ ਕੇ ਮੰਨ ਲਈਏ ਤੇ ਸ਼ਰਧਾ ਆਪਣੀ ਵੀ ਇੱਥੇ ਪੂਰੀ ਹੁੰਦੀ ਹੈ ਇੱਕ ਨਹੀਂ ਦੋ ਨਹੀਂ ਗਿਣ ਕੇ ਵੇਖ ਲਓ ਗਿਣ ਕੇ ਵੇਖ ਲਓ ਆਨੇ ਖੰਡ ਬਾਟ ਕਰਾ ਰਹੇ ਨੇ ਮਾਇਆ ਆ ਰਹੀ ਹੈ ਇਹ ਉਹਨਾਂ ਦੀ ਆ ਰਹੀ ਹੈ ਜਿਨ੍ਹਾਂ ਦੀਆਂ ਸ਼ਰਤਾਂ ਪੂਰੀਆਂ ਹੋ ਜਾਂਨ ਉਹ ਸੁੱਕੇ ਜਾਂਦੇ ਨੇ ਵੀ ਸੱਚੇ ਪਾਰਸਾ ਅਸੀਂ ਇਸ ਹਜੂਰ ਸਾਹਿਬ ਦੇ ਅੰਦਰ ਆਹ દાન ਦੇਵਾਂਗੇ ਅਖੰਡ ਬਾਟ ਕਰਾਂਗੇ ਸਾਡੀ ਇਹ ਜਿਹੜੀ ਬੱਚਾ ਹੈ ਸਾਡੇ ਘਰ ਵਿੱਚ ਐਨੇ ਸਾਨੂੰ ਬੱਚਾ ਮਿਲ ਜੇ ਦੁੱਧ ਮੰਗਿਆ ਦੁੱਧ ਮਿਲ ਗਿਆ ਪੁੱਤ ਮੰਗਿਆ ਪੁੱਤ ਮਿਲ ਗਿਆ ਜਾਇਦਾਦ ਮੰਗੀ ਜਾਇਦਾਦ ਮਿਲ ਗਈ ਮਸ਼ੀਨਰੀ ਮੰਗੀ ਮਸ਼ੀਨਰੀ ਜਿਹੜਾ ਕੋਈ ਮੰਗਿਆ ਜੋ ਮੰਗਿਆ ਠਾਕਰਾ ਬੰਦੇ ਨੇ ਜੋ ਮੰਗ ਲਿਆ ਸੋਈ ਸੋਈ ਦੇਵਾ ਉਹ ਦਿੰਦਾ ਹੈ ਦਾਦਗੁਰੂ ਸੱਚੇ ਪਾਤਸ਼ਾਹ ਪਰ ਮੰਗਣ ਵਾਲਾ ਹੋਵੇ ਜੇ ਮੰਗਣ ਵਾਲਾ ਨਾ ਹੋਵੇ ਉਹ ਤੁਰਿਆ ਜਾਂਦਾ ਹੀ ਕਹਿੰਦਾ ਕੋਈ ਲੱਸੀ ਲੈਣਾ ਚਾਹੁੰਦਾ ਨਾ ਤੁਰਿਆ ਜਾਂਦਾ ਲੱਸੀ ਹੈਗੀ ਹੈ ਕਿ ਨਹੀਂ ਅਗਲਾ ਕਹ ਲਾਏ ਨਹੀਂ ਜੇ ਤਾਂ ਹੈ ਤਾਂ ਤੋਂ ਪਹਿਲੇ ਕਹਦਾ ਹੈਗੀ ਹੈ ਕਿ ਨਹੀਂ ਨਹੀਂ ਤਾਂ ਪਹਿਲੇ ਕਹਦਾ ਜੇ ਆਖੇ ਵੀ ਲੱਸੀ ਚਾਹੀਦੀ ਹੈ ਜ਼ਰੂਰ ਕਿਰਪਾ ਕਰੋ ਜੇ ਘਰ ਦੇ ਜਵਾਕਾਂ ਬਾਤ ਦੇ ਰੱਖਿਆ ਅਗਲਾ ਉਹਦੇ ਵਿੱਚੋਂ ਵੀ ਪਾ ਲ ਲੈ ਪਰ ਜੇ ਕਹਦਾ ਨਹੀਂ ਤਾਂ ਨਹੀਂ ਸੀ ਹੁਣ ਸਾਡੇ ਕੋਲੇ ਪਹਿਲਾ ਨਹੀਂ ਹੈ ਅਸੀਂ ਮੱਥਾ ਟੇਕਣ ਆਉਨੇ ਆ ਅਰਦਾਸ ਮੈਂ ਕਰਦਾ ਪੂਰੀ ਹੋ ਪਤਾ ਨਹੀਂ ਲਾ ਜਦੋਂ ਲਾ ਦਾ ਪਹਿਲਾ ਹੀ ਹੈ ਫਿਰ ਪੂਰੀ ਕਿੱਥੋਂ ਹੋਗੀ ਸਤਿਗੁਰੂ ਦੇ ਪਿਆਰਿਓ ਜੋ ਵੀ ਸ਼ਰਧਾ ਨਾਲ ਆਪਾਂ ਕਰਾਂਗੇ ਨਾ ਉਹ ਕਾਰਜ ਹੁੰਦਾ ਹੈ ਗਿਆਨੀ ਕਿਰਪਾਲ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਂਤ ਬਾਬਾ ਕਰਪਾਲ ਸਿੰਘ ਜੀ ਉਹੀ ਕਹਿ ਲਓ ਉਹੀ ਪੂਰਾ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਉਹਨਾਂ ਨੇ ਮੈਂ ਛੋਟਾ ਜਾਂਦਾ ਬੱਚਾ ਛੋਟਾ ਜਾਂ ਸੰਤ ਬਾਬਾ ਬਹੁਣ ਸਿੰਘ ਜੀ ਮਤਵਾਲਾ ਜਿਨ੍ਹਾਂ ਦੇ ਸੇਵਕ ਗੱਦੀ ਦੇ ਮਾਲਕ ਸੰਤ ਬਾਬਾ ਗੁਰਮੀਤ ਸਿੰਘ ਜੀ ਹੁਣੇ ਬੋਲ ਕੇ ਗਏ ਨੇ ਉਹਨਾਂ ਦੇ ਨਾਲ ਇੱਥੇ ਦਰਸ਼ਨ ਕਰਨ ਵਾਸਤੇ ਆਉਣਾ ਹੁੰਦਾ ਗੜਬਾ ਫੜ ਕੇ ਸੰਤਾਂ ਦਾ ਹੁੰਦਾ ਕੀ ਸੀ ਉਹ ਮੇਥੋਂ ਰਹਿਣ ਜਾਂਦਾ ਇਹ ਸਾਰੀ ਮੈਂ ਕਹਿ ਦਿੰਦਾ ਵੀ ਆਓ ਗੇਟ ਤੋਂ ਲੈ ਕੇ ਅਦਰ ਪਿਛਲੇ ਪਾਸੇ ਤੱਕ ਗੁਰਦਾਰੇ ਦੇ ਤੇ ਲੱ ਸੱਟੋਂ ਤੋਂ ਥਾਂ ਨਹੀਂ ਹੁੰਦਾ ਸੀ ਇੰਨੀਆਂ ਸੰਗਤਾਂ ਹੁੰਦੀਆਂ ਸੀ ਤਾਂ ਐਡਾ ਬੜਾ ਭਾਰਾ ਘਾਟੋਂ ਦਾ ਕਿਤੇ ਥਾਂ ਨਹੀਂ ਹੁੰਦਾ ਸੀ ਬਾਬਾ ਜੀ ਨੂੰ ਮਸਾਂ ਲੈ ਕੇ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਬਾ ਜੀ ਹਜ਼ੂਰੀ ਵਿੱਚ ਬਹਿੰਦੇ 4-4 5-5 6-6 ਘੰਟੇ ਜਦੋਂ ਅਜਾ ਰੈਣਾ ਲੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ ਉਹਨਾਂ ਨੇ ਤੇ ਗੁਰੂ ਕੇ ਪਿਆਰਿਓ ਉਹਨਾਂ ਦੇ ਨਾਲ ਮੈਂ ਆਉਣਾ ਹੁੰਦਾ ਉਹ ਤਾਂ ਗੱਲਾਂ ਹੀ ਹੋਰ ਸੀਆਂ ਜਿੰਨੀ ਸ਼ਰਧਾ ਸੀ ਤੇ ਲੋਕ ਬੈੰਦੇ ਸੀ ਕਥਾ ਕੀਦਰ ਸੁਣਦੇ ਸੀ ਹੁਣ ਤਾਂ ਜਿੰਨੇ ਆਪਾਂ ਬੈਠੇ ਆ ਉਦੋਂ 3 ਗੁਣੇ 4 ਗੁਣੇ ਬਾਹਰ ਫਿਰਦੇ ਆ ਆਪਾਂ ਬੈਠੇ ਆ ਜਿਨ੍ਹਾਂ ਨੂੰ ਸ਼ਰਧਾ ਤੁਹਾਨੂੰ ਉਹ ਬੈਠੇ ਆ ਬਾਕੀ ਤਾਂ ਮੇਲਾ ਦੇਖਣ ਆਇਆ ਹੈ ਮਤਾਂ ਦਾ ਦੇਖ ਲਾ ਟੇਕ ਟੇਕ ਲੜੇ ਗਲੇ ਦਾ ਨਾਸੇ ਤੇ ਬੰਗਾ ਜੂੜੀਆਂ ਖਰੀਦ ਲਈ ਆ ਇਹੇ ਜੇ ਕੰਮ ਕਰਨ ਬਾਅਦ ਦੇ ਅਸੀਂ ਆ ਗਏ ਗੁਰੂ ਕੇ ਵਿਆਰੋ ਗੁਰੂ ਸਾਹਿਬ ਦੇ ਚਰਣਾ ਵਿੱਚ ਬੈਠਣ ਬਾਅਦ ਤੇ ਸਮਾ ਕੱਢਣਾ ਜ਼ਰੂਰੀ ਹੈ ਸਾਡੇ ਲਈ ਜ਼ਰੂਰੀ ਬੈਠਣਾ ਚਾਹੀਦਾ ਇਹ ਨਹੀਂ ਹੈ ਵੀ ਗੁਰਦਾਰਾ ਪ੍ਰਬੰਧਕ ਕਮੇਟੀ ਬੈਠੇ ਕਲੀ ਤੇ ਦੂਜੇ ਨਾਲ ਬੈਠਣ ਬਹੁਤ ਕਿਰਪਾ ਮਹਾਰਾਜ ਦੀ ਬਾਬਾ ਕਰਪਾਲ ਸਿੰਘ ਜੀ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਇਕ ਦੋ ਦਿੰਦੀ ساری ਜ਼ਿੰਦਗੀ ਲਾਦੀ ਲੈ ਕੇ ਘਰ ਦਾ ਕੰਮ ਨਹੀਂ ਸਮਝਿਆ ਨਾ ਘਰ ਦੇ ਵਿੱਚ ਦਖਲ ਦਿੰਦਾ ਕੋਈ ਕਰੇ ਨਾ ਕਰੇ ਪਰ ਗੁਰਦੁਆਰੇ ਦਾ ਕੰਮ ਕਦੇ ਪਿੱਛੇ ਨਹੀਂ ਹਟਣ ਦਦਾ ساری ਜ਼ਿੰਦਗੀ ਸੇਵਾ ਕੀਤੀ ਹੈ ਉਹਨਾਂ ਨੇ ਇਹ ਉਹਨਾਂ ਦੀ ਦੇਣ ਹੈ ਅੱਜ ਜਿੰਨਾ ਵੀ ਜਥਾ ਇੱਥੇ ਇਹ ਬਾਬਾ ਕ੍ਰਿਪਾਲ ਸਿੰਘ ਜੀ ਦੀ ਦੇਣ ਹੈ ਕਥਾ ਕੀਰਤਨ ਜੋ ਚੱਲ ਰਿਹਾ ਹੈ ਇਹ ਉਹਨਾਂ ਦੀ ਕਿਰਪਾ ਨਾਲ ਚੱਲ ਰਿਹਾ ਉਹਨਾਂ ਨੇ ਆਪ ਚਾਲੂ ਕੀਤਾ ਭਵੇਂ ਕਰਿਆ ਭਵੇਂ ਕਰਵਾਇਆ ਕਹਿ ਕੇ ਆਸਾ ਦੀ ਵਾਰ ਦਾ ਕੀਰਤਨ ਆਪ ਕਰਦੇ ਹੁੰਦੇ ਮੈਂ ਛੋਟਾ ਜਿਹਾ ਹੁੰਦਾ ਹੁੰਦਾ ਫਿਰ ਉਦੋਂ ਦਾ ਆਸਾ ਦੀ ਵਾਰ ਦਾ ਕੀਰਤਨ ਚੱਲਿਆ ਅਜੇ ਚੱਲਿਆ ਹੁੰਦਾ ਕਿਤੇ ਕਿਤੇ ਆਸਾ ਦੀ ਵਾਰ ਦਾ ਕੀਰਤਨ ਨਹੀਂ ਤਾਂ ਸਮਾਪਤ ਹੋ ਗਿਆ ਗੁਰੂ ਕੇ ਪਿਆਰਿਓ ਉਹ ਬਾਬਾ ਜੀ ਨੇ ਸੇਵਾ ਕੀਤੀ ਅੱਜ ਇਸੇ ਜਗ੍ਹਾ ਨੂੰ ਰੰਗ ਭਾਗ ਲੱਗੇ ਨੇ ਦੇਖੋ ਕਿੱਡਾ ਦਰਬਾਰ ਬਣਿਆ ਹੋਣ ਕਹਿਣ ਲੱਗੇ ਵੀ ਨਵਾ ਬਣਾਉਣਾ ਮੈਨੂੰ ਕਹਿੰਦੇ ਬਾਬਾ ਜੀ ਜੇ ਭਲਾ ਏਸੇ ਨੂੰ ਤਿਆਰ ਕਰ ਦੀਏ ਮਹਾ ਬੁੱਢੇ ਨੂੰ ਜਿੰਨਾ ਮਰਜੀ ਕਿ ਉਹ ਖਵਾਈ ਚੱਲੋ ਤੇ ਬੁੱਢਾ ਨੌਜਵਾਨ ਥੋੜਾ ਹੀ ਬੰਨਣ ਲੱਗਿਆ ਫਿਰ ਇੱਕ ਦੂਜੇ ਗਨੀ ਝਾਕਣ ਲੱਗੇ ਕਿ ਬਾਬਾ ਜੀ ਤੇਰਾ ਹੈ ਵੀ ਨਵਾ ਪਾਉ ਮਖਾ ਹਾ ਜਮਾ ਜਦ ਕਿ ਹੈ ਇਸ ਗੱਲ ਵਿੱਚ ਕੀ ਹੈ ਨਵਾ ਹੀ ਪਾਉਣਾ ਪਊਗਾ ਇਹਨੂੰ ਕਿੱਨਾ ਕਿਦਰ ਸੰਭੀਆਂ ਦੇ ਕੇ ਖੜਾਵਾਗੇ ਆਖਰ ਤਾਂ ਇਹ ਡਿਕਣਾ ਤੇ ਇਹ ਲਾਵਾ ਪਾਉਣਾ ਪਊ ਕਦੋਂ ਪਾ ਲਓ ਜਦੋਂ ਤੁਹਾਡੀ ਮਰਜ਼ੀ ਹੈ ਇੱਛਾ ਉਦੋਂ ਪਾ ਲਓ ਪਾਉਣਾ ਨਾ ਪਊ ਆਪਾਂ ਨੂੰ ਜਦਨ ਕਰਨਾ ਪਊਗਾ ਤੇ ਗੁਰੂ ਕੇ ਪਿਆਰਿਓ ਬਹੁਤ ਕਿਰਪਾ ਹੈ ਮਹਾਰਾਜ ਜੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜੇ ਸੇਵਾ ਕਰਦੇ ਆ ਦਿਨ ਰਾਤ ਕਰਕੇ ਕਰਦੇ ਆ ਆਪਣਾ ਘਰ ਦਾ ਕੰਮ ਕਰੋ ਵੀ ਹਰ ਕੋਈ ਬੰਦਾ ਇੱਕ ਦਿਨ ਨਹੀਂ ਛੱਡ ਸਕਦਾ ਇਹ ਰੋਜ਼ ਹੀ ਛੱਡੀ ਰੱਖਦੇ ਆ ਉਹ ਰੋਜ਼ ਹੀ ਇੱਕ ਜਾਨਾ ਦਾ ਗੁਰਦੁਆਰੇ ਆ ਜਿਹੜਾ ਗੁਰਦੁਆਰੇ ਆਉਂਦਾ ਉਹਨੂੰ ਆਪਾਂ ਕੀ ਕਹਿੰਦੇ ਹੁੰਦੇ ਆ ਭਲਾ ਪੰਜਾਬੀ ਦਾ ਲਬਜ ਹੈ ਕੀ ਕਹਿੰਦੇ ਹੁੰਦੇ ਆ ਜੇ ਕਿਸੇ ਮਾਈ ਨੂੰ ਪੁੱਛੋ ਨਾ ਆਹ ਮਾਦਾਜੀ ਕਿੰਨੇ ਬੱਚੇ ਆਪਣੇ ਸਾਡੇ ਬੱਚੇ ਦਾ ਪੰਜ ਹੈ ਉਹ ਤਾਂ ਚਾਰ ਹੀ ਸਮਝੋ ਕਿਉਂ ਚਾਰ ਕਿਉਂ ਨਾਲੇ ਪੰਜ ਕਿਹ ਜਾਂਦੀਆਂ ਉਹ ਪੰਜ ਦਾ ਹੈ ਵੀ ਨਾ ਦਾ ਪੰਜ ਦਾ ਇੱਕ ਤਾਂ ਗੁਰਦਵਾਰੇ ਰਹਿ ਲੈ ਗੁਰਦਵਾਰੇ ਨੂੰ ਗਿਣਦੇ ਹੀ ਨਹੀਂ ਜਿਹੜਾ ਗੁਰਦਵਾਰੇ ਜਾਂਦਾ ਨਾ ਉਹਨੂੰ ਗਿਣਦੇ ਹੀ ਨਹੀਂ ਬਾ ਪੰਜ ਨੇ ਉਹ ਚਾਰ ਹੀ ਸਮਝੋ ਹੁਣ ਇਹਨਾਂ ਦੇ ਘਰਦਿਆਂ ਨੇ ਚਾਰ ਹੀ ਸਮਝੇ ਹੋਏ ਨੇ ਸਾਰੇ ਇਹ ਤਾਂ ਗੁਰਦਾਰੀ ਰਹਿੰਦੇ ਨੇ ਗੁਰਦਾਰੇ ਸੇਵਾ ਕਰਦੇ ਆ ਤੇ ਗੁਰੂ ਕੇ ਪਿਆਰਿਓ ਵੱਧ ਤੋਂ ਵੱਧ ਸੇਵਾ ਸੰਭਲਣ ਕਰਿਆ ਕਰੋ ਲਾਹੇ ਪ੍ਰਾਪਤ ਕਰਿਆ ਕਰੋ ਗੁਰੂ ਨੇ ਕਿਰਪਾ ਕੀਤੀ ਐ ਇਹ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਕਰਕੇ ਸੇਵਾ ਕਰ ਰਹੇ ਨੇ ਅਦਰ ਤੋਂ ਹਾਤੋਂ ਕਰਾ ਰਹੇ ਨੇ ਸੰਤ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਗੁਰੂ ਸਾਹਿਬ ਦੇ ਬਾਰੇ ਦੱਸਿਆ ਵੀ ਕਿਤਾਬਾਂ ਕਿਤੁਮਾ ਛਪਕੀਆਂ ਨੇ ਇਹਨਾਂ ਨੂੰ ਪੜੋ ਆਪਾਂ ਪੜੀਏ ਸਾਰੇ ਇਹਦੇ ਉੱਤੇ ਵੀ ਗੌਰ ਕਰੀਏ ਜ਼ਰੂਰੀ ਹੈ ਤੇ ਸਾਡੇ ਉੱਤੇ ਹਮਲੇ ਬਹੁਤ ਹੋ ਰਹੇ ਨੇ ਗੱਲੇ ਬਾਹਰ ਲਾਂਚ ਦਾ ਹੋਣਾ ਹੀ ਹੋਣਾ ਤਾਂ ਸਿੱਖੀ ਹੈ ਹੀ ਨਹੀਂ ਜੇ ਹੈਗੀ ਹੈ ਤਾਂ ਫਿਰ ਉਹ ਬੋਲਾ ਵਾਲੀ ਨਹੀਂ ਹੈਗੀ ਪੰਜਾਬ ਦੇ ਵਿੱਚ ਕਿੰਨਾ ਵੱਡਾ ਰਾਜ ਆ ਤੁਹਾਡਾ ਇਹ ਤੁਹਾਡਾ ਹੀ ਰਾਜ ਆ ਪਰ ਮੈਂ ਸਰਕਾਰ ਕੋਈ ਆ ਜੇ ਮੈਂ ਨਹੀਂ ਕਹਾਂ ਕੋਈ ਆ ਜੇ ਪਰ ਰਾਜ ਤੁਹਾਡਾ ਪੰਜਾਬੀਆਂ ਦਾ ਕੋਲੋਕੇ ਵਾਲੇ ਮੀਟਿੰਗ ਹੋਈ ਸੀ ਮਾਤਾ ਬੋਲਿਆ ਸੀ ਡੀਸੀ ਸਾਹਿਬ ਦੇ ਸਾਹਮਣੇ ਮੈਂ ਆਖਿਆ ਹਰਿਆਣੇ ਦਾ ਜੀ ਕੀ ਕਰੀਏ ਪੰਜਾਬ ਦੀ ਗੱਲ ਜਦੋਂ ਬੱਚਿਆਂ ਦੇ ਪਰਜੇ ਉਹਨਾਂ ਦਾ ਧਿਆਨ ਹੁੰਦੇ ਆ ਆ ਕੜੇ ਲਹਾਨ ਦੇ ਕੜੇ ਕੁਰਬਾਨਾ ਉਹਨਾਂ ਪੰਜਾਬ ਦਾ ਹਾਲ ਤੇ ਦੂਜੇ ਸੂਬਿਆਂ ਜਿਹੜਾ ਹੁਣੇ ਹੁਣੇ ਫਿਰ ਉਹ ਦੱਸੋ ਸਾਡੀ ਸਿੱਖੀ ਕਿੱਥੇ ਰਹਿ ਗਈ ਕਿਵੇਂ ਰੰਗ ਕਿਵੇਂ ਰੱਖਾਂਗੇ ਸਾਡੇ ਬੱਚਿਆਂ ਦੇ ਕੜੇ ਲਵਾ ਕੇ ਫੇਰ ਅੰਦਰ ਜਾਣ ਦਿੰਦੇ ਐ ਕਿੱਡਾ ਵੱਡਾ ਹਮਲਾ ਸਾਡੇ ਉੱਤੇ ਇਹ ਵੇਖਦੇ ਆ ਵੀ ਪੱਕੇ ਆ ਕੇ ਕੱਚੇ ਆ ਸਾਨੂੰ ਕੱਚਿਆਂ ਜਿਸਮ ਛੱਡਿਆ ਤੇ ਗੁਰੂ ਕੇ ਪਿਆਰੋ ਤਕੜੇ ਹੋ ਕੇ ਚੱਲੋ ਫੇਰ ਹੀ ਗੱਲ ਬਣੂਗੀ ਤੇ ਗੁਰੂ ਗ੍ਰੰਥ ਸਾਹਿਬ ਆਪਣੀ ਮਦਦ ਤੇ ਐ ਕਦੇ ਵੀ ਇਹ ਮਰਦ ਤੋਂ ਬਰੇ ਨਹੀਂ ਆਪਣੇ ਨਾਲ ਅੰਮ੍ਰitsar ਅਸੀਂ ਗਏ ਜਥਾ ਲੈ ਕੇ ਜਦ ਇਹਨੇ ਉੱਥੇ ਜਾ ਕੇ ਗਿਰਫਤਾਰੀ ਦੇ ਦਿੱਤੀ ਥਾਣੇ ਸਾਨੂੰ ਬੰਦ ਕਰ ਦਿੱਤਾ ਤੇ ਸਾਨੂੰ ਕਹਿੰਦੇ ਲੈ ਇੱਕ ਗੱਲ ਕਰੋ ਵੀ ਚੁੱਪ ਕਰਕੇ ਚਲੇ ਜਾਓ ਜਿੱਥੇ ਆਖੋਂਗੋ ਉੱਥੇ ਛੱਡਿਆਓ ਮਗਾ ਅਸੀਂ ਤਾਂ ਵਿਗੜੇ ਆ ਅਸੀਂ ਤਾਂ ਬੁਗਾੜਨ ਆਏ ਆ ਇਹ ਤਾਂ ਵਿਗੜੇ ਹੈਗੇ ਹੀ ਆ ਬੁਗਾੜਨ ਆਇਆ ਤੇ ਤੁਸੀਂ ਕਹਿੰਦੇ ਚੁੱਪ ਕਰਕੇ ਜਾਓ ਚੁੱਪ ਕਰਕੇ ਨਹੀਂ ਜਾਂਦੇ ਆਖਰਕਾਰ ਸਾਨੂੰ 3-4 ਦਿਨ ਲਾਦੇ ਜਦ ਆਉਂਦਾ ਰਾਤ ਗੜਦਾ ਤੜਕੇ ਨੂੰ ਫਾਰੰਗ ਪਰ ਸਾਨੂੰ 3-4 ਦਿਨ ਲਾਗੇ ਉਹ ਅਸੀਂ ਆਦੇ ਰਹੇ ਫਿਰ ਉਹਨਾਂ ਨੇ ਕਈ ਐਸਾ ਬਦਲੇ ਇੱਕ ਐਸਾ ਆਇਆ ਕਹਿੰਦਾ ਬਾਬਾ ਜੀ ਮੇਰਾ ਵੀ ਅਮਰ ਛਕਿਆ ਮਗਾ ਧੰਨਵਾਦ ਕਹਿੰਦਾ ਫਿਰ ਤੁਹਾਡਾ ਵੀ ਅਮਰ ਛਕਿਆ ਮੇਰਾ ਵੀ ਅਮਰ ਛਕਿਆ ਜੇ ਨਾ ਬੋਲੂਗਾ ਤਾਂ ਕੀ ਹੁੰਦਾ ਆਉ ਮੈਂ ਛੱਡ ਗਿਆ ਮੈਂ ਤੁਹਾਨੂੰ ਮਗਾ ਤੇਰਾ ਅਮਰ ਛਕਿਆ ਕਹਿੰਦਾ ਹਾਂ ਜੀ ਸਾਡਾ ਵੀ ਅਮਰ ਛਕਿਆ ਕਹਿੰਦਾ ਹਾਂ ਜੀ ਮਗਾ ਇੱਕ ਪਿਓ ਦੇ ਪੰਜ ਪੁੱਤ ਹੁੰਦੇ ਆ ਕਹਿੰਦਾ ਹਾਂ ਜੀ ਪੰਜਾਂ ਦਾ ਹੱਕ ਹੈ ਬਾਪੂ ਕਹਿਣ ਦਾ ਕਿ ਚਾਰ ਦਾ ਤੇਨ ਦਾ ਕਹਿੰਦਾ ਪੰਜਾਂ ਦਾ ਕਿਉਂਕਿ ਮੈਂ ਛੜਦਾ ਜਗਾਰਾ ਤੇ ਤੂੰ ਵੀ ਨਾਲ ਹੀ ਬਲਾਈ ਤੇ ਬਹੁਤ ਹੀ ਡਗਿਆ ਖੜਾ ਹੀ ਨਹੀਂ ਅਹੀਂ ਨਹੀਂ ਬਦਲ ਗਿਆ ਕਿਹਨੇ ਪਾਸੇ ਭੱਜ ਗਿਆ ਮੈਂ ਕਿਹਾ ਫਿਰ ਬਾਪੂ ਤੇਰਾ ਵੀ ਬਾਪੂ ਸਾਡਾ ਮੈਂ ਛੜਦਾ ਜਗਾਰਾ ਤੇ ਤੂੰ ਵੀ ਬੋਲੀ ਸੌਣੇ ਨਾਲ ਉਹਦੀ ਭੱਜ ਗਿਆ ਖੜਾ ਹੀ ਨਹੀਂ ਤੇ ਗੁਰੂ ਕੇ ਪਿਆਰਿਓ ਆਪਣੇ ਬਾਤ ਦੇ ਬੜੇ ਜਾਲ ਛੱਡੇ ਹੋਏ ਨੇ ਵੀ ਕਿਵੇਂ ਨਾ ਕਿਵੇਂ ਇਹ ਜਾਲ ਤੋਂ ਫੱਟ ਜਾਣ ਪਰ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬਾਬਾ ਗਰਮੀਤ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਭਾਈ ਕੁਲਦੇਵ ਸਿੰਘ ਜੀ ਆ ਨਾਲ ਹੀ ਫੱਗੂ ਆ ਆਪਣੇ ਕਮਾਂਡ ਚ ਕਦਾ ਪ੍ਰਚਾਰਕ ਹੈ ਬੜੀ ਦੂਰ ਦੂਰ ਤੱਕ ਜਾਂਦੇ ਆ ਉਹਨਾਂ ਦਾ ਤੇ ਬਾਬਾ ਜੀ ਖੜਿਆਲ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਕੱਲ ਵੀ ਦੀਵਾਨ ਸਜਾਇਆ ਸੀ ਅੱਜ ਵੀ ਸਜਾਉਣਾ ਤੇ ਉਹ ਵੀ ਪਹੁੰਚ ਗਏ ਨੇ ਸਾਰੇ ਸੰਤ ਮਹਾਤਮਾ ਜਿਨੇ ਵੀ ਇੱਥੇ ਆਇਆ ਪਿੰਡ ਮਾਨ ਵਾਲੇ ਤੋਂ ਬਾਬਾ ਜੀ ਆਏ ਨੇ ਆ ਤੁਹਾਡੇ ਗੁਮਾਨ ਚ ਬਲਕਿ ਕਮਾਲ ਲੈ ਕੇ ਗਏ ਨੇ ਬਲਵਿੰਦਰ ਸਿੰਘ ਜੀ ਤੇ ਸਾਰੀਆਂ ਸੰਗਤਾਂ ਜਿੰਨੀਆਂ ਪਹੁੰਚੀਆਂ ਮੇਰੀਆਂ ਭੈਣਾਂ ਬੱਚੀਆਂ ਬੀਬੀਆਂ ਬਜ਼ੁਰਗ ਸਾਰਿਆਂ ਦਾ ਰੋਂ ਰੋਂਬ ਕਰਕੇ ਧੰਨਵਾਦ ਬੋਲਦਿਆਂ ਕੋਲ ਹੋਈਆਂ ਕਈ ਗਲਤੀਆਂ ਉਹਨਾਂ ਦੀ ਦਿਓ ਮਾਫੀ ਗੱਜ-ਵੱਜ ਕੇ ਬਲਾਉ ਫਤਿਹ ਨਮਾਉ ਸਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਖੋ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੋ ਹੁਣ ਆਪ ਜੀ ਨੂੰ ਆਪਣੇ ਇਲਾਕੇ ਦੇ ਸਿੱਖ ਨੌਜਵਾਨ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਪਗੂ ਵਾਲੇ ਸਾਵਾ 2 ਵਜੇ ਤੱਕ ਲਾ ਦੇਣਗੇ 40 ਮਿੰਟ ਕਿਹਾ ਤੇ 20 ਮਿੰਟ ਵਾਣ ਦੇ 2 ਵਜੇ ਕੇ 20 ਮਿੰਟਾਂ ਤੱਕ ਗੁਰੂ ਸਾਹਿਬ ਚੋਂ ਵਿਚਾਰਾਂ ਸਾਂਝੀਆਂ ਕਰਨਗੇ ਟਾਈਮ ਤਾਂ ਸੀ ਨਾ ਇਹਨਾਂ ਨੂੰ ਖੁੱਲਾ ਦੇਣ ਵਾਲਾ ਆਪਣੀ ਮਜਬੂਰੀ ਹੈ ਸੋ ਇਸ ਕਰਕੇ 35-40 ਕਿ ਮਿੰਟੇ ਗੁਰੂ ਇਤਿਹਾਸ ਕਰਮ ਤੇ ਵਿਚਾਰਾਂ ਸਾਂਝੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਆ ਸਵੇਟਕਾਰ ਹੈ ਪੀਵੀ 15 880 ਬਚਾਲੇ ਹੈ ਕਿਤੇ ਕੋਈ ਗੱਡੀਆਂ ਗੁੱਡੀਆਂ ਕੱਢਣੀਆਂ ਬੇਨਤੀ ਆ ਵੀ ਉਹ ਸਵੇਟਕਾਰ ਹੈ ਪੀਵੀ 15 ਉਹ ਪਾਈ ਪਾਸੇ ਕਰੋ ਗੱਡੀ ਗੁੱਡੀ ਕੱਢਣੀ ਹੁੰਦੀ ਹੈ ਆਓ ਆਪਾਂ कथा श्रवण करिए वाहेगुरु जी का खालसा वाहेगुरु जी की बातें सतना धन वागुरु साहिब जी धन ਹੇ ਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿਗਾ ਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂ ਠਾਕੁਰ ਊਚ ਭਗਵਾਨਾ ਤੂ ਸੁਲਤਾਨ ਕਹਾ ਹਉਮੀਆ तेरी कवन बढ़ाई जो तू दे सो कहा स्वामी मैं मूर्ख कहन ना जाय जो तू दे सो कहा स्वामी ਮੈਂ ਮੂਰਖ ਕਹਿਨ ਨਾ ਜਾਇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆਰੇ ਗੁਰ ਨਾਨਕ ਜਿਨ ਸੁਨਿਆ ਪੇਖਿਆ ਸਿਰ ਗਰਵਾਸ ਨਾ ਪਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸਿਰ ਗਰਵਾਸ ਨਾ ਪਰਿਆਰੇ ਪਰਮ ਸਨਮਾਨ ਜੋ ਕਵਰ ਚਤਰ ਤਖਤ ਦੇ ਮਾਲਕ ਜੁਗਹ ਜੁਗ ਅਟਲ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭੈਮਾਨ ਹੋਏ ਬੈਠੇ ਗੁਰੂ ਸਾਰੇ ਗੁਰਸਤ ਸੰਗੀ ਜਨੋ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਦਇਆਲਤਾ ਸਦਕਾ ਅਮਰਤ ਵੇਲੇ ਤੋਂ ਲੈ ਕਰਕੇ ਆਪ ਜੀ ਗੁਰਬਾਣੀ ਕੀਰਤਨ ਗੁਰਬਾਣੀ ਵਿਚਾਰਾਂ ਗੁਰ ਸ਼ਬਦ ਵਿਚਾਰ ਸਰਵਨ ਕਰ ਰਹੇ ਹੋ ਆਓ ਜਿਨਾਂ ਕੋ ਸਮਾ ਸੁਭਾਗ ਪ੍ਰਾਪਤ ਹੋਏ ਆਪਾਂ ਰਲ ਮਿਲ ਕਰਕੇ ਗੁਰਮਤ ਵਿਚਾਰਾਂ ਦੀ ਸਾਂਝ ਪਾਈਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਦੋਂ ਵੀ ਕੋਈ ਇਨਸਾਨ ਮਨੁੱਖ ਚੱਲ ਕੇ ਆਉਂਦਾ ਹੈ ਹਰ ਬੰਦੇ ਦੀ ਭਾਵਨਾ ਹੁੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਾਡੇ ਤੇ ਵਰਤੇ। ਗੁਰਬਾਣੀ ਦੀ ਸਮਝ, ਗੁਰ ਇਤਿਹਾਸ ਦੀ ਸਮਝ ਸਾਨੂੰ ਪਵੇ। ਪਰ ਜਦੋਂ ਸੁਭਾਗ ਪ੍ਰਾਪਤ ਨਾ ਹੋਵੇ। ਉਦੋਂ ਗੁਰਬਾਣੀ ਦੀਆਂ ਗੱਲਾਂ ਛੱਡ ਕੇ ਤੇ ਛੋਸ਼ੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਇਹਦਾ ਅਰਥ ਇਹ ਹੈ ਕਿ ਸਾਡੇ ਮਕਦਰਾਂ ਦੇ ਵਿੱਚ ਆਉਣਾ ਤੇ ਜ਼ਰੂਰ ਲਿਖਿਆ ਸੀ ਪਰ ਆ ਕੇ ਕੇਵਲ ਸੁਣਨੀਆਂ ਦੁਨੀਆਂ ਦੀਆਂ ਗੱਲਾਂ ਹੀ ਸਨ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਵਕਸ਼ਿਸ਼ ਜਾਂ ਮਿਹਰ ਸ਼ਬਦ ਅਸੀਂ ਵਰਤ ਲਈਏ ਨਾ ਇਹ ਉਦੋਂ ਹੀ ਹੁੰਦੀ ਹੈ ਕਿ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਜਾਂ ਵਿਚਾਰਦੇ ਹਾਂ ਅਸੀਂ ਯਤਨ ਕਰਾਂਗੇ ਕਿ ਸਮਾ ਮੈਨੂੰ 30 ਮਿੰਟਾਂ ਦਾ ਮਿਲਿਆ ਮੈਂ 29 ਮਿੰਟ ਹੀ ਲਾਉਣੇ ਆ। ਯਤਨੇ ਕਰਾਂਗੇ ਕਿ ਅਸੀਂ ਨਿੱਕ ਸਮੇਂ ਦੇ ਵਿੱਚ ਹੀ ਜਿਵੇਂ ਕੱਲ ਆਪਾਂ ਸਿਮਰਨ ਦੇ ਬਾਰੇ ਸਮਝਿਆ ਵਿਚਾਰਿਆ ਸੀ ਤੇ ਅੱਜ ਅਸੀਂ ਜਿਵੇਂ ਸ਼ਬਦ ਸੁਣਨ ਨੂੰ ਮਿਲੇ ਕਿ ਸਾਨੂੰ ਇਹ ਨਹੀਂ ਪਤਾ ਕਿ ਗੁਰੂ ਕੀ ਹੁੰਦਾ ਹੈ। ਤੇ ਮੇਰੇ ਮਨ ਵਿੱਚ ਇੱਕ ਗੱਲ ਵਾਰ-ਵਾਰ ਉੱਠਦੀ ਸੀ ਕਿ ਇਹ ਉਲੰਭਾ ਸਾਨੂੰ ਜਾਣਾ ਚਾਹੀਦਾ ਹੈ ਪ੍ਰਚਾਰਕਾਂ। ਕਿਉਂਕਿ ਸਾਡੀ ਕਮਈ ਅਸੀਂ ਦੱਸ ਹੀ ਨਹੀਂ ਸਕਕੇ ਕਿ ਗੁਰੂ ਕੀ ਹੁੰਦਾ ਹੈ ਅਸੀਂ ਤੇ ਟੁਟਕਲੇ ਸੁਨਾਣ ਤੱਕ ਸੀਮਤ ਰਹਿ ਗਏ ਹਸਾ ਲਓ ਮਗਰ ਲਾ ਲਓ ਇੱਕ ਦੂਜੇ ਦੇ ਵਸ ਇਥੋਂ ਤੱਕ ਸੀਮਤ ਰਹਿ ਗਏ ਗੁਰੂ ਬਾਰੇ ਤੇ ਅਸੀਂ ਦੱਸ ਹੀ ਨਹੀਂ ਪਾਏ ਆਪਾਂ ਯਤਨ ਕਰਾਂਗੇ ਕਿ ਗੁਰੂ ਕੀ ਹੁੰਦਾ ਹੈ ਪਰ ਉਸ ਤੋਂ ਪਹਿਲਾਂ ਇਹ ਸਮਝਣਾ ਬਹੁਤ ਲਾਜ਼ਮੀ ਹੈ ਕਿ ਗੁਰੂ ਦਾ ਸਿੱਖ ਕੀ ਹੁੰਦਾ ਹੈ ਗੁਰੂ ਵਾਰੀ ਜਾਣਣਾ ਗੁਰੂ ਨੂੰ ਸਮਝਣਾ ਲਾਜ਼ਮੀ ਹੈ ਪਰ ਗੁਰਸਿੱਖ ਕੌਣ ਹੁੰਦਾ ਹੈ ਗੁਰਸਿੱਖ ਜੀ ਦੀ ਗੁਰਸਿੱਖ ਦੀ ਨਿਸ਼ਾਨੀ ਕੀ ਹੈ ਮੈਂ ਕਿ ਸ਼ਬਦ ਲੈਣਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਤੇ ਇੱਕ ਵਾਰ ਹੈ ਭਾਈ ਗੁਰਦਾਸ ਜੀ ਦੇ ਜਿਹਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸ਼ਬਦ ਵਿੱਚ ਸਮਝਾਇਆ ਕਿ ਗੁਰਸਿੱਖ ਦੀਆਂ ਨਿਸ਼ਾਨੀਆਂ ਕੀ ਨੇ ਤੇ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਗੁਰੂ ਦਾ ਸਿੱਖ ਹੁੰਦਾ ਕੀ ਹੈ ਆਓ ਆਪਾਂ ਇਹ ਵਿਚਾਰ ਕਰੀਏ ਸਰ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਪ ਜਿੰਨੇ ਵੀ ਜੁੜ ਮਿਲ ਕਰਕੇ ਬੈਠੇ ਹੋ ਸਭ ਤੋਂ ਪਹਿਲਾਂ ਗੁਰ ਫਤਿਹ ਦੀ ਸਾਂਝ ਪਾਓ ਮਨ ਇਕਾਗਰ ਕਰੋ ਤੇ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਆਪਾਂ ਸਰਵਨ ਕਰੀਏ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਅਸੀਂ ਧੰਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਸ਼ਬਦ ਪੜਦੇ ਹਾਂ ਜਿਹੜਾ ਗੁਰਸਿੱਖ ਦੇ ਪਰਥਾਏ ਹੈ ਗੁਰੂ ਰਾਮਦਾਸ ਜੀ ਕਹਿੰਦੇ ਆ ਸਭ ਤੋਂ ਪਹਿਲਾਂ ਕਰਮ ਗੁਰਸਿੱਖ ਦਾ ਇਹ ਹੋਵੇ ਕਿ ਉਹ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰੇ ਦੇਖੋ ਮੈਂ ਇੱਥੋਂ ਸ਼ੁਰੂਆਤ ਕਰ ਲਈ ਤੇ ਇਹਦੇ ਵਿੱਚ ਸਭ ਕੁਝ ਆ ਜਾਣਾ ਹੈ ਗੁਰੂ ਦੇ ਸਿੱਖ ਦਾ ਨਿਮੇ ਹੋਵੇ ਕਿ ਉਹ ਭਲਕੇ ਅੰਮ੍ਰਿਤ ਵੇਲੇ ਦੀ ਸੰਭਾਲ ਜ਼ਰੂਰ ਕਰੇ ਇੱਕ ਵਾਰ ਇੱਕ ਮਾਪੁਰਖਾਂ ਨੂੰ ਕਿਸੇ ਪੁੱਛਿਆ ਸੀ ਕਹਿਣ ਲੱਗੇ ਮਹਾਪੁਰਖੋ ਸਾਡੀ ਕੌਮ ਦੀ ਚੜ੍ਹਦੀ ਕਲਾ ਕਦੋਂ ਹੋਏਗੀ ਤੇ ਉਸ ਵੇਲੇ ਮਹਾਪੁਰਖਾਂ ਜਵਾਬ ਦਿੱਤਾ ਮੈਂ ਨਾਮ ਨਹੀਂ ਲੈਣਾ ਉਹਨਾਂ ਨੇ ਕਿਹਾ ਚੇਤੇ ਰੱਖਿਓ ਸਿੱਖ ਕੌਮ ਦੀ ਚੜ੍ਹਦੀ ਕਲਾ ਉਦੋਂ ਹੀ ਹੋਏਗੀ ਜਦੋਂ ਅੰਮ੍ਰਿਤ ਵੇਲੇ ਖੂਹਾਂ ਦੇ ਉੱਤੇ ਢੋਲ ਖੜਕਣਗੇ ਇਹਦਾ ਅਰਥ ਸੀ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਕੋਈ ਬੰਦਕੀ ਵੱਲ ਆਏਗਾ ਤੇ ਬੰਦਕੀ ਬਿਨਾ ਤਾਕਤ ਨਹੀਂ ਹੁੰਦੀ ਇਹ ਸੱਚੇ ਚੇਤੇ ਰੱਖਿਓ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜਦੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਚੱਲਦੇ ਆ ਚੇਤੇ ਰੱਖਿਓ ਕੇਵਲ ਫੋਕੀਆਂ ਗੱਲਾਂ ਨਹੀਂ ਸੀ ਉਹਨਾਂ ਦੇ ਪੱਲੇ ਬੰਦਕੀ ਦਾ ਚੋਲਾ ਸੀ ਚਾਰ ਸਰੂਪ ਬਾਬਾ ਦੀਪ ਸਿੰਘ ਜੀਆ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਸਹਿਯਤਾ ਕਰਕੇ ਲਿਖਵਾਏ ਨੇ ਉਹ ਵਿਦਵਾਨ ਸਨ ਉਹਨਾਂ ਕੋਲ ਬੰਦਕੀ ਸੀ ਤੇ ਬੰਦਕੀ ਦਾ ਇੱਕ ਨਿਚੋੜ ਨਿਕਲਿਆ ਤਰਨ ਤਾਰਨ ਕੋਲ ਜਾ ਕੇ ਬਾਬਾ ਦੀਪ ਸਿੰਘ ਲਖੀਰ ਖਿੱਚ ਦਿਆ ਧਰਮ ਵਾਲੇ ਪਾਸੇ ਆਉਣੇ ਤੇ ਤਲੀ ਤੇ ਉੱਤੇ ਸਿਰ ਧਰ ਕੇ ਆ। ਲਖੀਰੋ ਨੰਗੇਓ ਜੀ ਨੂੰ ਜਾਨ ਨਹੀਂ ਪਿਆਰੀ ਜੀ ਨੂੰ ਧਰਮ ਪਿਆਰਾ ਹੈ। ਬਾਬਾ ਦੀਪ ਸਿੰਘ ਨੇ ਲਖੀਰ ਕੀਤੀ ਸੀ ਨਾ ਅੱਜ ਉੱਥੇ ਗੁਰਦੁਆਰਾ ਲਖੀਰ ਸਾਹਿਬ ਹੈ। ਦਰਸ਼ਨ ਕਰਿਓ ਤੇ ਬੰਦ ਕੀ ਭਜਨ ਗੁਰਬਾਣੀ ਦੀ ਤਾਕਤ ਸੀ। ਗੁਰਬਾਣੀ ਬਿਨਾ ਕੋਈ ਮੋਰਚਾ ਵੀ ਫਤੇ ਨਹੀਂ ਹੋਣਾ। ਇਹ ਜ਼ਰੂਰ ਚੇਤੇ ਰੱਖਿਓ। ਠੀਕ ਹੈ ਸਾਡੇ ਤੇ ਬਾਰ-ਬਾਰ ਹਮਲੇ ਹੁੰਦੇ ਆ ਤੇ ਮੈਨੂੰ ਮਾਫ਼ ਕਰਨਾ ਜੀ ਅੱਜ ਦੇ ਨਹੀਂ। ਜਿਸ ਦਿਨ ਤੋਂ ਸਾਡਾ ਪੰਥ ਹੋਂਦ ਵਿੱਚ ਆਇਆ ਬਾਬਰ ਦੀ ਤੇ ਬਾਬੇ ਨਾਨਕ ਨਾਲ ਬਣੀ ਨਹੀਂ ਬਾਬੇ ਨਾਨਕ ਨੇ ਬਾਬਰ ਨੂੰ ਮੁੱਦਾ ਜਵਾਬ ਦਿੱਤਾ ਸੀ ਇਹ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਇਹ ਕੋਈ ਪੰਥ ਤੇ ਹਮਲੇ ਅੱਜ ਦੇ ਨਹੀਂ ਤੇ ਮੈਨੂੰ ਮਾਫ਼ ਕਰਨਾ ਸੀ ਗੂੰਗੇ ਬੋਲੇ ਹੋ ਜਾਂਦੇ ਆ ਚਾਰ ਲੋਕ ਸਾਡੇ ਪਿੱਛੇ ਤੁਰ ਪੈਣ ਗੁਰੂ ਜੀ ਦੀ ਗੱਲ ਕਰਨੋਂ ਗੁਰੂ ਦੇ ਸਿਧਾਂਤਾਂ ਤੋਂ ਤੇ ਪਹਿਰਾ ਹਟ ਜਾਂਦਾ ਜਦੋਂ ਲੋਕ ਪਿੱਛੇ ਹੋ ਜਾਣ ਫਿਰ ਗੁਰੂ ਦੀਆਂ ਗੱਲਾਂ ਜਿੱਤੇ ਆ ਜਾਂਦੀਆਂ ਪਰ ਮੈਂ ਬੇਨਤੀ ਜ਼ਰੂਰ ਕਰਾਂ ਗੁਰਮਖੋ ਬੰਦਕੀ ਦਾ ਪ੍ਰਤੀਕ ਹਾਂ ਸਾਡੇ ਤੇ ਬਾਰ ਬਾਰ ਸਰਕਾਰ ਹਮਲਾ ਕਰਦੀ ਏ ਉਹ ਐਸਜੀਪੀਸੀ ਦੇ ਥਰੂ ਕਰ ਰਹੀ ਏ ਉਹ ਬਾਦਲ ਲਾਣੇ ਦੇ ਥਰੂ ਕਰਦੀ ਏ ਉਹ ਸਰਕਾਰ ਮੈਂ ਕੇਵਲ ਬਾਦਲ ਨਹੀਂ ਇੱਕ ਕਾਂਗਰਸ ਸਿਸਟਮ ਸਾਰੇ ਵਿੱਚ ਲਿਬੇਟੇ ਆਂਦੇ ਆ ਤੇ ਮਾਫ਼ ਕਰਨਾ ਸਰਕਾਰਾਂ ਸਿੱਖਾਂ ਦੀ ਕਦੇ ਹਮਾਇਤ ਨਹੀਂ ਹੋਣਗੀਆਂ ਚੇਤੇ ਰੱਖਿਓ ਸ਼ਬਦ ਅੱਜ 2 4 ਠੀਕ ਹੈ ਮੈਨੂੰ ਇਹ ਗੱਲਾਂ ਕਰਨੀਆਂ ਨਹੀਂ ਮੈਂ ਗੁਰੂ ਦੀ ਗੱਲ ਕਰਨੀ ਪਰ ਜ਼ਰੂਰ ਬੇਨਤੀ ਕਰਾਂ ਇਹ ਸਰਕਾਰ ਕੋਈ ਸਿੱਖ ਪੰਥ ਵੱਲ ਝੁਕੇਗੀ ਕਦੇ ਵੀ ਨਹੀਂ ਖਾਸ ਕਰਕੇ ਜੋ Hindu ਸਮਾਜ ਵਿੱਚੋਂ ਉੱਠਿਆ ਉਹ ਕਦੇ ਸਿੱਖ ਪੰਥ ਦਾ ਪਲਾ ਨਹੀਂ ਲੋਚੇਗਾ ਇਹਨੂੰ ਜ਼ਰੂਰ ਚੇਤੇ ਰੱਖਿਓ ਖੈਰ ਬਦਲਾਵ ਜ਼ਰੂਰ ਆਏਗਾ ਵੰਦਕੀ ਵਾਲੇ ਸਿਮਰ ਨਾਲੇ ਸਾਡੇ ਚ ਅਜੇ ਜਿਉਂਦੇ ਆ ਉਹ ਮੋਏ ਨਹੀਂ ਇਹ ਜ਼ਰੂਰ ਹੋਏਗਾ ਖੈਰ ਭਾਈ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆ ਜਤਨੇ ਕਰੋ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕੁਰ ਸਤਗੁਰ ਕਾਜੂ ਸਿਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਇਹ ਸ਼ਬਦ ਵਰਤਿਆ ਮਹਾਰਾਜ ਦੇਖੋ ਇਸ਼ਨਾਨ ਦੀ ਗੱਲ ਬਾਤ ਵਿੱਚ ਆਈ ਅਸੀਂ ਪਹਿਲਾਂ ਜਤਨ ਕਰਨੇ ਆ ਉੱਠ ਕੇ ਇਸ਼ਨਾਨ ਕਰਨੇ ਪਰ ਗੁਰੂ ਰਾਮਦਾਸ ਜੀ ਕਹਿੰਦੇ ਨੇ ਪਹਿਲਾ ਕੰਮ ਇਹ ਕਰ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਗੁਰੂ ਗੁਰੂ ਤੇ ਪਰਮਾਤਮਾ ਦੇ ਨਾਮ ਨੂੰ ਧਿਆ। ਇਸ਼ਨਾਨ ਦੀ ਗੱਲ ਬਾਤ ਵਿੱਚ ਆਈ ਗੁਰ ਸਤਗੁਰ ਕਾਜੂ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਵਾਤੀ ਇੱਥੇ ਭਲਕੇ ਦੇ ਨਾਲ ਪਰਵਾਤ ਸ਼ਬਦ ਆਇਆ ਕਿਉਂਕਿ ਭਲਕੇ ਦਾ ਅਰਥ ਕਈ ਸੱਜਣ ਕੱਲ ਵੀ ਕਰਦੇ ਆ ਇੱਥੇ ਮਹਾਰਾ ਕਹਿੰਦੇ ਨਹੀਂ ਭਲਕੇ ਦਾ ਅਰਥ ਕੱਲ ਨਹੀਂ ਭਲਕੇ ਦਾ ਅਰਥੇ ਪਰਵਾਤ ਵੇਲਾ ਉਦਮ ਕਰੇ ਭਲਕੇ ਪਰਵਾਤੀ ਫਿਰ ਆਏਗਾ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਰ ਕੀ ਕਰੇ ਜੀ ਮਾਰਾ ਕਹਿੰਦੇ ਆ ਜੇ ਚੜਦੀ ਕਲਾ ਚਾਹੁੰਦੇ ਉਹ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਇਹ ਗੁਰੂ ਦਾ ਉਪਦੇਸ਼ ਹੈ ਕਿ ਹਰੀ ਹਰੀ ਪ੍ਰਮਾਤਮਾ ਦੇ ਨਾਮ ਨੂੰ ਧਿਆਹ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈੰਧਿਆਂ ਉੱਠਦਿਆਂ ਹਰ ਨਾਮ ਧਿਆਵੇ ਗੁਰੂ ਰਾਮਦਾਸ ਮਾਰਾ ਕਹਿੰਦੇ ਆ ਜਿਹੜਾ ਇਹ ਕਰਮ ਕਰਨ ਲੱਗ ਪੈਂਦਾ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਭਾਈ ਗੁਰਦਾਸ ਜੀ ਨੇ ਵੀ ਸ਼ਬਦ ਇਹ ਵਰਤੇ ਉਹਨਾਂ ਨੇ ਤਿੰਨ ਨਿਸ਼ਾਨੀਆਂ ਕਈਆਂ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਭਲ ਕੇ ਉੱਠਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਇਹ ਸ਼ਬਦ ਵਰਤਿਆ ਭਾਈ ਗੁਰਦਾਸ ਜੀ ਦੇ ਗੁਰਸਿੱਖ ਭਲ ਕੇ ਉੱਠਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਸਾਧ ਸੰਗਤ ਵਿੱਚ ਜਾਏ ਕੈ ਗੁਰਸਿੱਖ ਦਾ ਇੱਕ ਕਰਮ ਹੋਵੇ ਇਸ ਸਾਧ ਸੰਗਤ ਵਿੱਚ ਜਦੋਂ ਤੁਰ ਕੇ ਜਾਵੇ ਸਾਧ ਸੰਗਤ ਵਿੱਚ ਜਾਏ ਕੈ ਗੁਰ ਬਾਣੀ ਦੇ ਪ੍ਰੀਤ ਸੁਨੰਦਾ ਕਿਉ ਗੁਰ ਬਾਣੀ ਪ੍ਰੀਤ ਨਾਲ ਸੁਣੇ ਪਿਆਰ ਨਾਲ ਸੁਣੇ ਤੀਜਾ ਮਹਾਰਾਜ ਕਹਿੰਦੇ ਆ ਜੋ ਸਾਡੇ ਮਨਾਂ ਚ ਹੁੰਦੇ ਆ ਭਾਈ ਗੁਰਦਾਸ ਜੀ ਕਹਿੰਦੇ ਬੰਦੇ ਮਨ ਤੋਂ ਸ਼ੰਕਾ ਕੱਢ ਕੇ ਗੁਰ ਸਿੱਖਾਂ ਦੀ ਸੇਵਾ ਕਰ ਭਈ ਭਾਈ ਗੁਰਦਾਸ ਜੀ ਦੇ ਸ਼ਬਦ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ੰਕਾ ਮਨੋਂ ਮਿਟਾਏ ਕ ਇਹ ਬਾਾਰ ਹੈ ਜੀ ਭਾਈ ਗੁਰਦਾਸ ਜੀ ਪਾਈ ਗੁਰਦਾਸ ਜੀ ਕਹਿੰਦੇ ਨੇ ਸ਼ੰਕਾ ਮਨੋ ਮਿਟਾਏ ਕੈ ਗੁਰ ਸਿੱਖਾਂ ਦੀ ਸੇਵ ਕਰਨ ਦਾ ਗੁਰਮੁਖ ਗਾਢੀ ਰਾਹ ਚਲਣ ਦਾ ਗੁਰੂ ਦਾ ਸਿੱਖ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰੇ ਹੁਣ ਅਗਲੀ ਬੇਨਤੀ ਇਹ ਆਏਗੀ ਕਿ ਗੁਰੂ ਕੀ ਹੈ ਇਹ ਜ਼ਰੂਰ ਧਿਆਨ ਨਾਲ ਸੁਣਿਓ ਮੈਂ ਸਭ ਤੋਂ ਪਹਿਲਾਂ ਦੋ ਸ਼ਲੋਕ ਸ਼ਬਦ ਉਹ ਪੜ੍ਹ ਦਿੰਨਾ ਜੋ ਇੱਕ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੈ ਦੂਸਰਾ ਸ਼ਬਦ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਹੈ ਇਹਨੂੰ ਜ਼ਰੂਰ ਧਿਆਨ ਨਾਲ ਸੁਣਿਓ ਵੈਸੇ ਇਹ ਆਪਾਂ ਆਸਾ ਕੀ ਵਾਰ ਅੰਦਰ ਪੜ੍ਹਨੇ ਹਾਂ ਰੋਜ਼ ਸ਼ਬਦ ਜਦੋਂ ਆਸਾ ਕੀ ਵਾਰ ਸ਼ੁਰੂਆਤ ਹੁੰਦੀ ਏ ਤੇ ਪਹਿਲਾ ਸ਼ਬਦ ਆਉਂਦਾ ਮਹਾਰਾ ਕਹਿੰਦਿਆ ਬਲਿਹਾਰੀ ਗੁਰ ਆਪਣੇ ਇਹ ਹੈ ਸੱਚਾ ਗੁਰ ਜੀ ਤੋ ਬਲਿਹਾਰ ਜਾਣੇ ਬਾਰ-ਬਾਰ ਜਿਹਨੂੰ ਚੇਤੇ ਕਰਨਾ ਹੈ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਤੇ ਮਰ ਜੋ ਗੁਰ ਕਰਦਾ ਕੀ ਹੈ ਪਾਤਸ਼ਾਹ ਕਹਿੰਦੇ ਆ ਜਿਹੜਾ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬਾਣੀ ਪ੍ਰੀਤ ਨਾਲ ਸੁਣਦਾ ਹੈ ਗੁਰੂ ਇਹ ਕਰਦਾ ਹੈ ਉਹਦੇ ਭਾਗ ਮੰਦੇ ਬਦਲ ਕੇ ਚੰਗੇ ਕਰ ਦਿੰਦਾ ਹੈ ਮਰਨ ਕਿਹਾ ਉਹ ਆਮ ਇਨਸਾਨ ਨੂੰ ਦੇਵੀ ਗੁਣਾ ਨਾਲ ਭਰਪੂਰ ਕਰ ਦਿੰਦਾ ਦੇਖੋ ਦੋ ਸ਼ਬਦ ਹੁੰਦੇ ਆ ਇੱਕ ਸ਼ਬਦ ਹੈ ਦੇਵੀ ਸ਼ਕਤੀਆਂ ਇੱਕ ਸ਼ਬਦ ਹੈ ਦੇਵੀ ਗੁਣ ਜੋ ਦੇਵੀ ਸ਼ਕਤੀਆਂ ਨੇ ਇਹ ਹਰ ਇਨਸਾਨ ਇਸ ਦਾ ਪਾਤਰ ਬਣ ਸਕਦਾ ਹੈ ਪਰ ਜਿਹੜੇ दैवी ਗੁਣ ਨੇ ਗੁਰੂ ਦੀ ਕਿਰਪਾ ਬਿਨਾ ਇਹ ਨਹੀਂ ਹਾਰੇ ਇਨਸਾਨ 따 ਸਕਦੇ ਦੁਨੀਆ ਬਹੁਤ ਤਰ੍ਹਾਂ ਦੇ ਤਪ ਹੱਠ ॠषि ਲੋਕ ਕਰਦੇ ਸੀ ਜਿਹੜੇ दैवी ਸ਼ਕਤੀਆਂ ਨਾਲ ਭਰਪੂਰ ਹੋ ਜਾਂਦੇ ਸੀ ਪਰ ਮਾਫ ਕਰਨਾ दैवी ਗੁਣ ਇਹ दैवी ਸ਼ਕਤੀਆਂ ਤੋਂ ਕੁਝ ਵੱਖਰੇ ਆ ਮਾਰ ਇੱਥੇ ਕਹਿੰਦੇ ਆ ਗੁਰੂ ਨੇ ਇਹ दैवी ਸ਼ਕਤੀਆਂ ਨਹੀਂ ਭਰੀਆਂ ਗੁਰੂ ਨੇ दैवी ਗੁਣ ਭਰ ਦਿੱਤੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ ਤੇ ਮਹਾਰਾ ਕਹਿੰਦੇ ਆ ਐਸਾ ਗੁਰੂ ਮਿਲਣਾ ਵੀ ਕੋਈ ਨਹੀਂ ਇੱਕ ਵਿਦਵਾਨ ਨੇ ਲਿਖਿਆ ਸੀ ਜਦੋਂ ਆਪਾਂ ਭਾਈ ਜੋਗਾ ਜੀ ਦਾ ਇਤਿਹਾਸ ਪੜਨੇ ਆ ਨਾ ਤੇ ਉੱਥੇ ਵਿਦਵਾਨ ਨੇ ਲਿਖਿਆ ਸੀ ਉਹ ਜੇ ਗੁਰੂ ਦੀ ਲੋੜ ਹੋਵੇ ਨਾ ਗੁਰੂ ਕਿਹੋ ਜਿਹਾ ਹੋਵੇ ਤੇ ਉਹ ਵਿਦਵਾਨ ਲਿਖਦਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੋਵੇ ਜਿਹੜਾ ਆਪਣੀ ਕੌਮ ਦੀ ਰਾਖੀ ਵਿਆਪ ਕਰਦਾ ਹੈ ਨਹੀਂ ਤੇ ਹੋ ਕੇ ਗਏ ਪਾਦਸ਼ਾ ਉਹ ਸ਼ਬਦ ਵਰਤਦਾ ਵਿਦਵਾਨ ਕਹਿੰਦੇ ਬਹੁਤ ਧਰਮਾਂ ਦੇ ਪੈਰੋਕਾਰ ਹੋ ਕੇ ਗਏ ਪਰ ਅਜ ਤੱਕ ਕਿਸੇ ਸਾਰ ਨਾ ਲਈ ਜੇ ਕੋਈ ਸਿੱਖ ਧਰਮ ਸਿੱਖਾਂ ਦੀ ਸਾਰ ਲੈ ਰਿਹਾ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ ਆਪਾਂ ਦਿੱਲੀ ਦੀ ਧਰਤੀ ਵੱਲ ਗਏ ਕਿਸਾਨੀ ਮੋਰਚਾ ਲਾਇਆ ਉੱਥੇ ਕੋਈ ਕਿਸਾਨ ਆਗੂ ਨਹੀਂ ਸੀ ਅਗਵਾਈ ਕਰ ਰਿਹਾ ਮਾਫ ਕਰਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਘੋੜਾ ਗੁਪਤ ਰੂਪ ਵਿੱਚ ਹੋ ਕੇ ਅੱਗੇ ਲੱਗ ਕੇ ਸਾਨੂੰ ਲਗਿਆ ਤੇ ਇਹ ਜਦੋਂ ਤੱਕ ਨਿਗਾਰ ਆਏਗਾ ਗੁਰੂ ਆਪਣੀਆਂ ਕਲਾ ਜ਼ਰੂਰ ਵਰਤਾਏਗਾ ਤੇ ਮੈਂ ਬੇਨਤੀ ਜ਼ਰੂਰ ਕਰਾਉਣੀ ਸ਼ਬਦ ਵਰਤੇ ਸੀ ਉਹ ਕਹਿੰਦਾ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਪਿਤਾ ਮਾਤਾ ਗੁਜ਼ਰੀ ਕੇ ਲਾਲ ਜੀ ਬਾਹਰ ਪਰਵਾਰ ਦੇਵੇ ਬੱਚਿਆਂ ਸਮੇਤ ਸਾਰਾ ਦੇਸ਼ ਕੌਮ ਉਤੋਂ ਕੁਰਬਾਨ ਬਾਲਵਾਲ ਜੀ ਇਹੋ ਜਿਹਾ ਆਗੂ ਹੋਵੇ ਜਿਹੜਾ ਸਾਡੇ ਉਤੋਂ ਆਪਣਾ ਪਰਿਵਾਰ ਵੀ ਨਿਸ਼ਾਵਰ ਕਰਦਾ ਹੈ ਆਪਣੇ ਘਰ ਨਾ ਪਰੇ ਇੱਥੇ ਮਹਾਰਾਜ ਦੀ ਬਾਣੀ ਨੇ ਵੀ ਸ਼ਬਦ ਕਿਹਾ ਪਾਤਸ਼ਾਹ ਕਹਿੰਦੇ ਹੈ ਗੁਰੂ ਹੈ ਇਹਦੇ ਬਿਨਾ ਇਹਦੇ ਵਰਗਾ ਹੋਰ ਕੋਈ ਨਹੀਂ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਗੁਰੂ ਅੰਗਦ ਸਾਹਿਬ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਤੇ ਮੈਂ ਇਹ ਵੀ ਬੇਨਤੀ ਕਰਾਂ ਗੁਰਮਖੋ ਗੁਰੂ ਵਿੱਚ ਬੜੀ ਵੱਡੀ ਤਾਕਤ ਹੈ ਅਸੀਂ ਜੇ ਖੋਟੇ ਵੀ ਹੋਈਏ ਨਾ ਵੀਰ ਜੀ ਨੇ ਗੱਲ ਕੀਤੀ ਕਥਾਵਾਚਕ ਸਿੰਘ ਨੇ ਕਿ ਇਹ ਖੋਟੇ ਨੇ ਪਰ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇੱਕ ਸ਼ਬਦ ਹੈ ਮਹਾਰਾ ਕਹਿੰਦੇ ਆ ਕਰਤੇ ਨੇ ਕੁਦਰਤ ਸਾਜੀ ਹੈ ਤੇ ਸਾਜ ਕੇ ਆਪ ਹੀ ਵਿਚਾਰ ਕਰਦਾ ਹੈ ਪਰਮਾਤਮਾ ਨੂੰ ਪਤਾ ਹੈ ਇੱਕ ਖੋਟਾ ਹੈ ਇੱਕ ਖਰਾ ਹੈ ਕੋਟਾ ਖਰਾ ਸ਼ਬਦ ਆਪ ਸਮਝਦੇ ਹੋ ਇੱਕ ਮਾੜਾ ਇੱਕ ਚੰਗਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਏ ਪਰਮਾਤਮਾ ਆਪ ਹੀ ਨਵੇੜਾ ਕਰਦਾ ਹੈ ਬੰਦਾ ਨਹੀਂ ਨਵੇੜੇ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਪਰਮਾਤਮਾ ਆਪ ਹੀ ਨਿਵੇੜੇ ਕਰਦਾ ਹੈ ਖੋਟਿਆਂ ਨੂੰ ਪਰੇ ਤੱਕ ਦਿੰਦਾ ਹੈ ਤੇ ਖਰੇ ਨੂੰ ਆਪਣੇ ਵਿੱਚ ਰਲਾ ਲੈਂਦਾ ਹੈ ਤੇ ਮਹਾਰਾਜ ਅੱਗੇ ਸ਼ਬਦ ਕਹਿੰਦੇ ਆ ਪਾਤਸ਼ਾਹ ਹੁਣ ਗੁਰੂ ਕੀ ਹੁੰਦਾ ਹੈ ਮਹਾਰਾਜ ਕਹਿੰਦੇ ਆ ਪਾਤਸ਼ਾਹ ਜੇਕਰ ਪਰਮਾਤਮਾ ਵੀ ਧੱਕ ਦੇਵੇ ਪਰਮਾਤਮਾ ਵੀ ਧੱਕੇ ਦੇ ਦੇਵੇ ਵੀ ਮੇਰੇ ਦਰਬਾਰ ਤੋਂ ਬਾਹਰ ਹੋਵੇ ਫੇਰ ਕੌਣ ਹੈ ਰੱਖਣ ਵਾਲਾ ਅੱਗੇ ਮਹਾਰਾਜ ਨੇ ਸ਼ਬਦ ਕਿਹਾ ਉਹ ਗੁਰੂ ਦੇ ਪਿੱਛੇ ਪੈ ਰਵੋ ਗੁਰੂ ਦੇ ਚਰਨੀ ਲੱਗੇ ਰਵੋ ਗੁਰੂ ਤੇ ਖੋਟਿਆਂ ਨੂੰ ਵੀ ਆਪਣੇ ਚਰਨਾਂ ਨਾਲ ਲਾ ਲੈਂਦਾ ਹੈ ਉਹਦੇ ਸ਼ਬਦ ਵਿੱਚ ਇਹ ਤਾਂ ਇਹ ਹੈ ਸੱਚਾ ਗੁਰੂ ਇਹ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜਾ ਖੋਟਿਆਂ ਨੂੰ ਵੀ ਬਖਸ਼ ਦਿੰਦਾ ਹੈ ਇੱਥੇ ਮੰਨ ਸ਼ਬਦ ਵਰਤੇ ਆਪੇ ਕੁਦਰਤ ਸਾਜਕ ਹੈ ਆਪੇ ਕਰੇ ਵਿਚਾਰ ਆਪੇ ਉਹਨੇ ਕੁਦਰਤ ਸਾਜੀ ਹੈ ਤੇ ਪ੍ਰਮਾਤਮਾ ਨੂੰ ਪਤਾ ਨਹੀਂ ਵੀ ਆਹ ਮੇਰੀ ਕੁਦਰਤ ਚੰਗੇ ਜਾਂ ਮਾੜਾ ਉਹ ਘਟ ਘਟ ਦੀ ਜਾਣਦਾ ਗੁਰਮਖੋ ਉਹਨੂੰ ਸਭ ਪਤਾ ਹੈ ਇਥੇ ਮਾਰਾ ਕਹਿੰਦੇ ਆਪੇ ਕੁਦਰਤ ਸਾਜਕ ਹੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਉਹ ਆਪੇ ਪਰਖਦਾ ਹੈ ਖੋਟੇ ਖਰੇ ਖਜ਼ਾਨੇ ਪਾਈਏ ਖੋਟੇ ਛਟਿਏ ਬਾਹਰ ਬਾਹਰ ਇਥੇ ਦੋ ਸ਼ਬਦ ਵਰਤੇ ਬਾਹਰ ਬਾਹਰ ਇਹਦਾ ਅਰਥ ਹੈ ਬਾਹਰਲੇ ਦਰਵਾਜ਼ੇ ਪਰਮਾਤਮਾ ਖੋਟਿਆਂ ਨੂੰ ਬਾਹਰਲੇ ਦਰਵਾਜ਼ੇ ਛੱਡ ਦਿੰਦਾ ਹੈ ਖਰੇ ਖਜ਼ਾਨੇ ਪਾਈਏ ਖੋਟੇ ਛਟਿਏ ਬਾਹਰ-ਬਾਰ ਤੇ ਅਖੀਰ ਤੇ ਮਾਰੇ ਕਹਿੰਦਿਆ ਸਤਗੁਰ ਪਿੱਛੇ ਭਜ ਪਵੋ ਮਾਰਾ ਕਹਿੰਦਿਆ ਇਹਾ ਕਰਨੀ ਸਾਰ ਮੈਂ ਕਿਉਂ ਭਜ ਪਵੋ ਮਾਰਾ ਕਹਿੰਦੇ ਨੇ ਸਤਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਣ ਹਾਰ ਉਹ ਗੁਰੂ ਖੋਟਿਓਂ ਖਰੇ ਵੀ ਕਰ ਦਿੰਦਾ ਮਾਰ ਦੀ ਬਾਣੀ ਨੇ ਸ਼ਬਦ ਵਰਤੇ ਖੈਰ ਮੈਂ ਬੇਨਤੀ ਕਰਾਂ ਗੁਰਮਖੋ ਗੁਰੂ ਨੂੰ ਆਪਣਾ ਧਾਰਨ ਕਰੀਏ ਇੱਕ ਮੈਂ ਹੋਰ ਬੇਨਤੀ ਕਰਾਂ ਕਈ ਵਾਰ ਅਸੀਂ ਨਮਸਕਾਰ ਜ਼ਰੂਰ ਕਰਨੇ ਆ ਜਿਵੇਂ ਬਾਬਾ ਗੁਰਮੀਤ ਸਿੰਘ ਜੀ ਨੇ ਕਿਹਾ ਅਸੀਂ ਜਾਣਨੇ ਆ ਸਾਡਾ ਗੁਰੂ ਕੌਣ ਮੱਥਾ ਟੇਕਨੇ ਆ ਪਰ ਇੰਨਾਕ ਫਰਕ ਹੈ ਗੁਰਮਖੋ ਮੱਥਾ ਜ਼ਰੂਰ ਟੇਕਨੇ ਆ ਪਰ ਨਿਸ਼ਾਵਰ ਨਹੀਂ ਕਰਦੇ ਨਮਸਕਾਰ ਕਰਨ ਦਾ ਅਰਥ ਕੀ ਹੁੰਦਾ ਹੈ ਹੁਣ ਆਪਾਂ ਨੂੰ ਕੋਈ ਪੁੱਛੇ ਵੀ ਤੁਸੀਂ ਮੱਥਾ ਟੇਕ ਗਿਓ ਮੱਥਾ ਟੇਕਣ ਦਾ ਅਰਥ ਕੀ ਹੁੰਦਾ ਹੈ ਵਿਦਵਾਨਾਂ ਕਿਹਾ ਨਮਸਕਾਰ ਮੱਥਾ ਟੇਕਣ ਦਾ ਅਰਥ ਹੈ ਜਿਹਦੇ ਅੱਗੇ ਮੱਥਾ ਟੇਕ ਦਿੱਤਾ ਆਪਣਾ ਸਭ ਕੁਝ ਉਸੇ ਨੂੰ ਮੰਨ ਲੈਣਾ ਇਹ ਹੁੰਦਾ ਹੈ ਮੱਥਾ ਟੇਕਣ ਦਾ ਅਰਥ ਫਿਰ ਤੋਂ ਧਿਆਨ ਨਾਲ ਮੰਨ ਲਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਮੱਥਾ ਟੇਕ ਦਿੱਤਾ ਇੱਥੇ ਨਮਸਕਾਰ ਕਰ ਦਿੱਤੀ ਇਹਦਾ ਅਰਥ ਹੈ ਗੁਰੂ ਤੂੰ ਸਾਥੋਂ ਵੱਡਾ ਹੈ ਤੇਰੇ ਅੱਗੇ ਸਾਡੀ ਕੋਈ ਪਾਈ ਨਹੀਂ ਜਾਂਦੀ ਤੂੰ ਕਿਰਪਾ ਕਰ ਸਾਡੇ ਅੱਗੇ ਲਾ ਕੇ ਸਾਨੂੰ ਆਪੇ ਆਪ ਹੀ ਸਵਾਰ ਦੇਵੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਦੋ ਤਰ੍ਹਾਂ ਦਾ ਨਿਵਣਾ ਹੁੰਦਾ ਹੈ ਨਿਭਣਾ ਹੁੰਦਾ ਹੈ ਮੇਰਾ ਬੇਸ਼ਅ ਥੋੜਾ ਬੱਕਰਾ ਸੀ ਪਰ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਦੋ ਤਰ੍ਹਾਂ ਦਾ ਨਿਵਣਾ ਹੈ ਚੇਤੇ ਰੱਖਿਓ ਨਿਵਣਾ ਇੱਕ ਨਿਵਣਾ ਹੈ ਆਪਣਾ ਆਪ ਨਿਸ਼ਾਵਰ ਕਰਨਾ ਇੱਕ ਨਿਵਣਾ ਹੈ ਆਪਣੀ ਹਉਮੈ ਨੂੰ ਪੱਠੇ ਪਾਉਣੇ ਉਹ ਕਿਸ ਤਰ੍ਹਾਂ ਇੱਕ ਨਿਵਣਾ ਜਦੋਂ ਕੋਈ ਸੱਚਾ ਸਿੱਖ ਗੁਰੂ ਦੇ ਅੱਗੇ ਨਿਭਦਾ ਹੈ ਇੱਕ ਜਦੋਂ ਸ਼ਿਕਾਰੀ ਸ਼ਿਕਾਰ ਕਰਦਾ ਹੈ ਨਾ ਮੰਨ ਲਓ ਹਿਰਨੀ ਦਾ ਸ਼ਿਕਾਰ ਕਰਨਾ ਹੈ ਸ਼ਿਕਾਰੀ ਸ਼ਿਕਾਰ ਕਰੇਗਾ ਤੀਰ ਚਲਾਏਗਾ ਨਿਉਂ ਕੇ ਹਥਿਆਰ ਚਲਾਏਗਾ ਨਿਉਂ ਕੇ ਨਿਵਦ ਹੈ ਮਹਾਰਾਜ ਦੀ ਬਾਣੀ ਨੇ ਕਿਹਾ ਚੇਤੇ ਰੱਖਿਓ ਪਰ ਇਹਦੇ ਨਿਉਣ ਵਿੱਚ ਤੇ ਗੁਰਸਿੱਖ ਦੇ ਨਿਉਣ ਵਿੱਚ ਫਰਕ ਹੈ ਇਹ ਆਪਣੀ ਹਉਮੈ ਨੂੰ ਪੱਠੇ ਪਾ ਕੇ ਆਪਣੀ ਲੋੜ ਵਾਸਤੇ ਝੁਕ ਰਿਹਾ ਇੱਕ ਆਪਣਾ ਆਪ ਗੁਰੂ ਨੂੰ ਮੰਨ ਕੇ ਝੁਕ ਰਿਹਾ ਜਿਹਨੂੰ ਗੁਰੂ ਅਮਰਦਾਸ ਮਾਰ ਨੇ ਕਿਹਾ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਉਦੇ ਅਗੇ ਆਪਣਾ ਆਪ ਨਿਸ਼ਾਵਰ ਕਰਦੇ ਤੇ ਸੱਚਾ ਗੁਰੂ ਜਦੋਂ ਸਾਡੇ ਸਿਰ ਤੇ ਹੱਥ ਰੱਖ ਦਿੰਦਾ ਨਾ ਮੈਨੂੰ ਮaaf ਕਰਨਾ ਗੁਰਮਖੋ ਭਾਵੇਂ ਬੰਦਾ ਅਤ ਦਰਜੇ ਦਾ ਨੀਵਾ ਹੋਵੇ ਗਰੀਬ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਜਦੋਂ ਕੋਈ ਗੁਰੂ ਰਹਿਮਤ ਕਰਦਾ ਹੈ ਤੇ ਉਹਨੂੰ ਨੀਵੇਂ ਨੂੰ ਵੀ ਉੱਚਾ ਕਰ ਦਿੰਦਾ ਹੈ ਉਥੇ ਮਨ ਇੱਕ ਸ਼ਬਦ ਕਿਹਾ ਐਸੀ ਲਾਲ ਤੁਝ ਵਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਸ਼ਤਰ ਧਰੈ ਅੱਗੇ ਪਾਤਸ਼ਾਹ ਦੀ ਬਾਣੀ ਨੇ ਕਿਹਾ ਨੀਚੋ ਊਚ ਕਰੈ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਉਹ ਨੀਚੋਂ ਊਚ ਵੀ ਕਰਨੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਇਤਿਹਾਸ ਵਿੱਚੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਨਾਲ ਜੁੜੇ ਹੋਲੇ ਮਹੱਲੇ ਨੂੰ ਸਮਰਪਿਤ ਹਾਂ ਪਰ ਇੱਕ ਬੇਨਤੀ ਜ਼ਰੂਰ ਸੁਣਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਖਾਸ਼ਿਤ ਸੀ ਮੈਂ ਇਹ ਸ਼ਬਦ ਕੱਲ ਵੀ ਵਰਤੇ ਸੀ ਕਿ ਜੇ ਕੋਈ ਡਿਗਦੀ ਹੋਈ ਕੌਮ ਨੂੰ ਹਲੂਣਾ ਦੇ ਸਕਦਾ ਕੋਈ ਕੌਮ ਦਾ ਜਿਉਂਦਾ ਢਾਡੀ ਜਿਉਂਦਾ ਕਵੀ ਜਦੋਂ ਕੋਈ ਕਵਤਾਵਾਂ ਤੇ ਢਾਡੀ ਵਾਰਾਂ ਨਾਲ ਲੋਕਾਂ ਨੂੰ ਸੁਣਾਏਗਾ ਜੋ ਮੁਰਦਾ ਹੋ ਚੁੱਕੀ ਕੌਮ ਨੂੰ ਹਲੂਣਾ ਦਿੰਦਾ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤਾ ਜੀ ਪਾਤਸ਼ਾਹ ਜੀ ਦੇ ਦਰਬਾਰ ਦੇ 52 ਕਵੀ ਸਨ ਇੱਕ ਅੱਧਾ ਨਹੀਂ 52 ਕਵੀ ਤੇ 52 ਕਵੀਆਂ ਚੋਂ ਕਵੀ ਸੀ ਜੀ ਦਾ ਨਾਮ ਸੀ ਹੰਸਰਾ ਮੈਂ ਉਹਦੀ ਬੇਨਤੀ ਜ਼ਰੂਰ ਕਰਦਾ ਜਾਵਾਂ ਕਿ ਉਹ ਨੀਚੋ ਉੱਚ ਕਿਵੇਂ ਕਰਦਾ ਹੈ ਮੇਰੇ ਮਿੰਟ 14 ਰਹਿ ਗਏ ਤੇ ਮੈਂ ਜ਼ਰੂਰ ਇਹ ਬੇਨਤੀ ਨੂੰ ਧਿਆਨ ਵਿੱਚ ਰੱਖਾਂਗਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਰਬਾਰ ਲੱਗਦਾ ਆਨੰਦਪੁਰ ਸਾਹਿਬ ਦੀ ਧਰਤੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਪਾਤਸ਼ਾਹ ਦੇ ਦਰਬਾਰ ਵਿੱਚ ਬੇਅੰਤ ਕਵੀ ਆਉਂਦੇ ਕਵਤਾਵਾਂ ਗਾਉਂਦੇ ਉਦੋਂ ਹਜੇ ਗਿਣਤੀ 52 ਨਹੀਂ ਸੀ ਹੋਈ ਕਵੀਆਂ ਨੇ ਆਉਣਾ ਪਰਮਾਤਮਾ ਦੀ ਵਡਿਆਈ ਕਰਕੇ ਕਵਤਾਵਾਂ ਗਾਉਣੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੇਅੰਤ ਖੁਸ਼ੀ ਵਾਕਸ਼ਿਸ਼ ਕਰਨੀ ਬਹੁਤ ਖੁਸ਼ ਹੁੰਦੇ ਮਹਾਰਾਜ ਇੱਕ ਦਿਨ ਇੱਕ ਕਵੀ ਆਇਆ ਉਹਦਾ ਨਾਮ ਹੰਸਰਾਮ ਕਰਕੇ ਇਤਿਹਾਸ ਕਰਨ ਲਿਖਿਆ ਪਰ ਜਿਹੜਾ ਉਹ ਕਵੀ ਸੀ ਨਾ ਦੇਖਣ ਨੂੰ ਕਵੀ ਨਹੀਂ ਸੀ ਲੱਗਦਾ ਤੱਕ ਮੈਂ ਬੇਨਤੀ ਹੋਰ ਕਰਾਂ ਕਈ ਵਾਰ ਪਾਟੇ ਕੱਪੜਿਆਂ ਦੇ ਵਿੱਚ ਹੀਰਾ ਹੁੰਦਾ ਹੈ ਇਹ ਚੇਤੇ ਰੱਖਿਓ ਕਈ ਵਾਰੀ ਕੱਪੜੇ ਬਹੁਤ ਸੋਹਣੇ ਹੁੰਦੇ ਪਰ ਅੰਦਰ ਪਾਟੀਆਂ ਲੀਰਾਂ ਹੀ ਹੁੰਦੀਆਂ ਨੇ ਤੇ ਇਹਦਾ ਪਾਤਸ਼ਾਹ ਦੀ ਬਾਣੀ ਨੇ ਬਹੁਤ ਫਰਕ ਕੀਤਾ ਮਹਾਰਾਜ ਦੀ ਬਾਣੀ ਨੇ ਕਿਹਾ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਕੱਪੜੇ ਵਾਰੋਂ ਚਿੱਟੇ ਵਾਲੇ ਮੇਰੇ ਵਰਗੇ ਨੇ ਪਰ ਅੰਦਰ ਮਨ ਚ ਬੇਈਮਾਨਾ ਚੱਲਦਾ ਉਹ ਦੇਖਣ ਨੂੰ ਕਵੀ ਨਾ ਲੱਗੇ ਕਿਉਂਕਿ ਉਹਦੀ ਸਰੀਰ ਦੀ ਜਿਹੜੀ ਦਸਾ ਸੀ ਕੂਣੀਆਂ ਦੇ ਕੋਲਾਂ ਪਰ ਕੂਣੀ ਸ਼ਬਦ ਕਹਿਣੇ ਆ ਇਥੋਂ ਕੱਪੜੇ कसे ਹੋਏ ਪਾਟੇ ਹੋਏ ਗੋਡਿਆਂ ਦੇ ਕੋਲੋਂ ਉਹ ਉਹ ਵੀ ਕੱਪੜੇ ਪਾਟੇ ਪੈਰਾਂ ਦੇ ਵਿੱਚ ਜਿਹੜੇ ਜੋੜੇ ਪਾਏ ਉਹ ਵੀ ਘਸੇ ਹੋਏ ਤੇ ਟੁੱਟੇ ਹੋਏ ਮੈੜਾ ਕੁਚੇੜਾ ਸ਼ਬਦ ਮੈਂ ਚਲੋ ਇਹ ਵਰਤ ਲਿਆ ਸ਼ਰੀਰ ਤੇ ਮੈਲ ਭਰੀ ਕੱਪੜਿਆਂ ਕੱਪੜੇ ਮੈਲ ਨਾਲ ਭਰੇ ਕਵੀ ਦਰਬਾਰ ਲੱਗਿਆ ਹੋਇਆ ਸੀ ਤੇ ਜਿਹੜਾ ਸਟੇਜ ਸੈਕਟਰੀ ਆਪਾਂ ਸ਼ਬਦ ਕਹਿਣ ਹੈ ਸਟੇਜ ਸੈਕਟਰੀ ਸੀ ਉਹਦੇ ਕੋਲ ਆ ਕਿਉਂ ਕਹਿਣ ਲੱਗਾ ਮੈਂ ਵੀ ਇੱਕ ਕਵਿਤਾ ਲਿਖੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸੁਣਾ ਸਕਦਾ ਉਹ ਕੋ ਸਟੇਸ ਐਕਟਿਕਲ ਹਰ ਇੱਕ ਬੰਦੇ ਦਾ ਸੁਭਾਅ ਹੋ ਜਾਂ ਨਹੀਂ ਹੁੰਦਾ ਉਹਨੇ ਕਿਹਾ ਆਪਣੇ ਸਰੀਰ ਵੱਲ ਵੇਖ ਤੂੰ ਕਵੇ ਲੱਗਦਾ ਹੈ ਤੂੰ ਤੇ ਮੈਨੂੰ ਮੰਗਤਾ ਲੱਗਦਾ ਹੈ ਤੂੰ ਤੇ ਮੈਨੂੰ ਭਿਖਾਰੀ ਲੱਗਦਾ ਹੈ ਤੂੰ ਕਵੀ ਥੋੜਾ ਹੈ ਉਹਦੇ ਮਨ ਇੱਕ ਵਾਰੀ ਉਦਾਸ ਹੋਇਆ ਗਰੀਬ ਸੀ ਉਹਦੇ ਮਨ ਚੋਂ ਆਵਾਜ਼ ਆਈ ਸ਼ਾਇਦ ਰੱਬ ਅਮੀਰਾਂ ਦਾ ਹੀ ਹੁੰਦਾ ਹੈ ਗਰੀਬਾਂ ਦਾ ਨਹੀਂ ਹੁੰਦਾ ਤੇ ਇਹ ਬਹੁਤਾਂ ਆਵਾਜ਼ਾਂ ਆਉਂਦੀਆਂ ਨੇ ਪਰ ਇਹ ਚੇਤੇ ਰੱਖਿਓ ਜੀ ਪਰ ਮਹਾਤਮਾ ਨੂੰ ਪਿਆਰੇ ਲੱਗਦੇ ਆ ਜੋ ਨਿਮਰਤਾ ਤੇ ਗਰੀਬੀ ਦਾ ਗਹਿਣਾ ਪਾ ਕੇ ਆਉਂਦੇ ਆ ਗੁਰੂ ਨੂੰ ਵੀ ਉਹ ਪਿਆਰਾ ਲੱਗਦਾ ਹੈ ਜਿਹੜਾ ਹੰਕਾਰ ਦਾ ਗਹਿਣਾ ਪਾਈ ਫਿਰਦਾ ਹੈ ਗੁਰੂ ਦੂਰੋਂ ਦੁਸ਼ਤਾਰ ਦਿੰਦਾ ਹੈ ਮੈਂ ਬੇਨਤੀ ਚਲੋ ਕਰ ਆਖੇ ਉਹ ਉਹ ਕਹਿਣ ਲੱਗਾ ਜੀ ਮੈਂ ਕਵੀ ਕਵਤਾ ਗਾਉਣ ਇਸਤੇ ਸੈਕਟਰੀ ਨੇ ਕਿਹਾ ਨਹੀਂ ਨਹੀਂ ਤੈਨੂੰ ਕੋਈ ਨਹੀਂ ਉਹ ਨਮੋਸ਼ੀ ਹੋ ਕੇ ਪੁੱਛਾ ਵੱਡਣ ਲੱਗਾ ਤੇ ਇੱਕ ਸਿੱਖ ਗੋ ਟਕਰਿਆ ਟਕਰਿਆ ਉਹਨੇ ਕਿਹਾ ਕੀ ਹੋਇਆ ਤੇਰੇ ਅੱਖਾਂ ਚੋਂ ਪਾਣੀ ਆ ਰਿਹਾ ਹੈ ਤੇ ਤੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਗਿਆ ਸੀ ਮੈਂ ਉਹ ਸਿੱਖ ਕਹਿੰਦਾ ਮੈਂ ਬਹੁਤ ਵੇਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਰੋਂਦੇ ਜਾਂਦੇ ਪਰ ਕੋਈ ਰੋਂਦਾ ਵਾਪਸ ਨਹੀਂ ਆਇਆ ਸਾਰੇ ਹੱਸਦੇ ਆਉਂਦੇ ਆ ਤੂੰ ਪਹਿਲਾਂ ਜਿਹੜਾ ਰੋਂਦਾ ਵਾਪਸ ਆ ਰਿਹਾ ਉਹਨੇ ਆਪਣੀ ਦਸ਼ਾ ਸੁਣਾਈ ਕਹਿਣ ਲੱਗਾ ਮੇਰੇ ਮਾਨਤਸੀ ਮੈਂ ਗਰੀਬ ਆ ਮੈਂ ਗੁਰੂ ਜੀ ਦੇ ਸਾਹਮਣੇ ਖਲੋ ਕੇ ਕਵਤਾ ਗਾਵਾਂ ਹਰ ਜਿਹੜਾ ਸਟੇਜ ਤੇ ਖਲੋਤਾ ਉਹਨੇ ਟਾਈਮ ਨਹੀਂ ਦਿੱਤਾ ਉਹਨੇ ਕਿਹਾ ਵੀ ਤੂੰ ਕਦੇ ਨਹੀਂ ਲੱਗਦਾ ਦੇਖਣ ਨੂੰ ਉਸ ਵੇਲੇ ਉਹ ਸਿੱਖ ਭਾਵਨਾ ਵਾਲਾ ਸੀ ਤੇ ਇਹ ਹੁੰਦਾ ਜੀ ਚੇਤੇ ਰੱਖਿਓ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਇਹ ਹੁੰਦਾ ਜਿਵੇਂ ਗਿਆਨੀ ਜੀ ਨੇ ਕਿਹਾ ਵੀ ਉਹਨਾਂ ਪਿੱਛੇ ਲਾ ਕੇ ਤੂੰ ਗੁਰੂ ਨਾ ਛੱਡ ਜਿਹੜੇ ਤੈਨੂੰ ਮਖੜਾ ਬੋਲਦੇ ਆ ਖੈਰ ਉਹ ਸਿੱਖ ਕਹਿਣ ਲੱਗਾ ਤੂੰ ਨਾ ਨਾ ਪੁੱਠਾ ਨਾ ਜਾ ਤੂੰ ਮੇਰੇ ਨਾਲ ਚੱਲ ਮੈਂ ਦਿਵਾਉਣਾ ਤੈਨੂੰ ਟਾਈਮ ਉਹ ਅੱਗੇ ਤੁਰ ਪਿਆ ਕਵੀ ਅੰਸਰਾਮ ਪਿੱਛੇ-ਪਿੱਛੇ ਤੁਰਿਆ ਉਹ ਗਏ ਪਾਤਸ਼ਾਹ ਦੇ ਦਰਬਾਰ ਵਿੱਚ ਮਾਰ ਨੂੰ ਨਮਸਕਾਰ ਕਰਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਜਾ ਕੇ ਉਹ ਸਿੰਘ ਕਹਿੰਦਾ ਮਹਾਰਾਜ ਆ ਇੱਕ ਬੰਦਾ ਆਇਆ ਹੈ ਇਹ ਆਪਣੇ ਆਪ ਨੂੰ ਕਵੀ ਕਹਿੰਦਾ ਹੈ ਤੁਹਾਡੇ ਸੈਕਟਰੀ ਨੇ ਟਾਈਮ ਨਹੀਂ ਦਿੱਤਾ ਤੁਸੀਂ ਕਿਰਪਾ ਕਰੋ ਇਹਨੂੰ ਕਵਤਾ ਘਵਾ ਲਵੋ ਉਸ ਵੇਲੇ ਇਤਿਹਾਸਕਾਰ ਇਹ ਲਿਖਦੇ ਆ ਚਲੋ ਬਹੁਤ ਸਾਰੇ ਸੱਜਣ ਇਹਨੂੰ ਵੱਖ-ਵੱਖ ਤਰ੍ਹਾਂ ਨਾਲ ਲਿਖਦੇ ਆ ਇਦਿਕੇ ਆਸਕਰਾਨੇ ਕਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੱਸ ਪਏ ਮਰਨੇ ਆਸਕੇ ਕਿਆ ਸਾਡਾ ਵਿਰਧ ਇਹ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਤੇ ਇਥੇ ਇਹ ਨਹੀਂ ਇਹ ਲੋਕ ਪਰਖਦੇ ਆ ਜੀ ਫਲਾਣਾ ਪਾਪੀ ਫਲਾਣਾ ਮਾੜਾ ਗੁਰੂ ਨਹੀਂ ਇਹ ਪਰਖਦਾ ਗੁਰੂ ਇਹ ਪਰਖਦਾ ਤੇਰੇ ਮਨ ਚ ਭਾਵਨਾ ਕੀ ਹੈ ਸੁਣੋ ਧਿਆਨ ਨਾਲ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਅੱਜ ਤੇ ਕਵੀ ਦਰਬਾਰ ਸਮਾਪਤੀ ਹੋ ਗਈ ਤੂੰ ਕੱਲ ਨੂੰ ਆਈਂ ਤੇਰੇ ਤੋਂ ਜ਼ਰੂਰ ਕਵਤਾ ਸੁਣਾਗੇ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਹਜੇ ਇਹਦੇ ਨਾਮ ਤੋਂ ਵੀ ਜਾਣੂ ਨਹੀਂ ਤੇ ਇਹ ਵੀ ਨਹੀਂ ਹਜੇ ਜਾਣੂ ਵੀ ਕਿੱਥੋਂ ਆਇਆ ਕੌਣ ਹੈ ਪਰ ਮਹਾਰਾਜ ਅੰਤਰ ਜਾਮਤਾ ਹੈ ਅੰਦਰ ਪਾਤਸ਼ਾਹ ਪੜ ਚੁੱਕੇ ਨੇ ਅੰਦਰੋਂ ਸਾਰਾ ਜਾਣਦੇ ਆ ਬਿਬੰਤੀ ਸੁਣਿਓ ਧਿਆਨ ਨਾਲ ਦੂਜਾ ਦਿਨ ਚੜ੍ਹਿਆ ਜੀ ਦੂਜੇ ਦਿਨ ਵੀ ਕਵੀ ਦਰਬਾਰ ਲੱਗਿਆ ਤੇ ਇਹ ਕਵੀ ਵੀ ਆ ਗਿਆ ਜਦੋਂ ਇਹ ਕਵੀ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹਮਣੇ ਬੈਠੇ ਪਿੱਛੇ ਵਹਿ ਗਿਆ ਸੰਗਤ ਚ ਆ ਕੇ ਪਾਤਸ਼ਾਹ ਜੀ ਦੀ ਨੇਤਰ ਪਾਤਸ਼ਾਹ ਜੀ ਦੀ ਨਿਗਾਹ ਪਈ ਮਹਾਰਾਜ ਜੀ ਕਹਿੰਦੇ ਨੇ ਕਬੀ ਜੀ ਉੱਠ ਕੇ ਅੱਗੇ ਆਓ ਉਹ ਉੱਠ ਕੇ ਅੱਗੇ ਆ ਗਿਆ ਅੱਜ ਇਹਦੇ ਮਨ 'ਚ ਭਾਵਨਾ ਸੀ ਮੈਂ ਗੁਰੂ ਨੂੰ ਇੰਨਾ ਕੁ ਖੁਸ਼ ਕਰ ਲਵਾਂ ਕਿ ਬਾਅਦ ਵਿੱਚ ਮੈਨੂੰ ਥਾਂ ਥਾਂ ਧੱਕੇ ਨਾ ਖਾੜੇ ਪੈਣ ਤੇ ਇਹ ਯਤਨ ਜ਼ਰੂਰ ਕਰੋ ਜਦੋਂ ਗੁਰੂ ਦਰਬਾਰ ਵਿੱਚ ਆਓ ਇਹ ਯਤਨ ਕਰੋ ਮੈਂ ਗੁਰੂ ਨੂੰ ਆਪਣੇ ਤੇ ਐਨਾ ਕੋ ਖੁਸ਼ ਕਰ ਲਵਾਂ ਕਿ ਮੈਨੂੰ ਬਾਰ-ਬਾਰ ਗੁਰੂ ਤੋਂ ਕੁਝ ਮੰਗਣਾ ਹੀ ਨਾ ਪਵੇ ਜਿਵੇਂ ਮਹਾਰਾਜ ਕਹਿੰਦਿਆ ਨਦਰ ਵੇਣਾ ਬੰਦਾ ਕੱਖ ਦਾ ਵੀ ਨਹੀਂ ਜਪਜੀ ਸਾਹਿਬ ਆਪਾਂ ਪੜ੍ਹਨੇ ਆ ਨਾ 6ਵੀਂ ਪੌੜੀ ਹੈ ਪਾਤਸ਼ਾਹ ਕਹਿੰਦਿਆ ਜੇ ਤੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋ ਇਹ ਚੰਗਾ ਨਾਂਉ ਰਖਾਏ ਕੈ ਜਸ ਕੀਰਤ ਜਗ ਲੇ ਅੱਗੇ ਕੀ ਸ਼ਬਦ ਆ ਜੇ ਤਿਸ ਨਦਰ ਨਾ ਵਈ ਐਨਾ ਵੱਡਾ ਕੋਈ ਵੀ ਜੀਵ ਦੀ ਨਦਰ ਨਾ ਪਈ ਨਦਰ ਵੱਡੀ ਵੱਡੀ ਵਕਸ਼ਿਸ਼ ਹੈ ਹੁਣ ਉਹ ਕਵੀ ਹੰਸ ਦਾ ਮੁੱਠ ਕੇ ਅੱਗੇ ਆਇਆ ਮਹਾਰਾਜ ਕਿਰਪਾ ਕਰੋ ਇਹਨੇ ਨਮਸਕਾਰ ਕੀਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦਿਆ ਤੇਰਾ ਨਾਮ ਕੀ ਹੈ ਇਹ ਗੱਲ ਸੁਣਨ ਵਾਲੀ ਹੈ ਇਨਿਕ ਭਾਵਨਾ ਨਾਲ ਭੇਜੋ ਕਿਹਾ ਮਹਾਰਾਜ ਨੇ ਕਹਿੰਦਾ ਪਾਤਸ਼ਾਹ ਗਰੀਬਾਂ ਦੇ ਕਿਹੜੇ ਨਾਮ ਹੁੰਦੇ ਆ ਨਾਮ ਤੇ ਅਮੀਰਾਂ ਦੇ ਐ ਲੋਕੀ ਵੱਡਾ ਨਾਮ ਕਰਕੇ ਪੁਕਾਰਦੇ ਤੇ ਕਿ ਉਹ ਲਿਖਿਆ ਜੀ ਗ੍ਰੰਥ ਚ ਕਹਿੰਦੇ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਬੰਦਾ ਗਰੀਬ ਹੋਵੇ ਨਾ ਨਾਮ ਹੋਵੇ ਸੰਤੋਖ ਸਿੰਘ ਤੇ ਉਹਨੂੰ ਸੰਤੋਖਾ ਸੰਤੋਖ ਹੀ ਕਹਿੰਦੇ ਆ ਲੋ ਜੇ ਗਰੀਬ ਹੋਵੇ ਤੇ ਜੇ ਅਮੀਰ ਹੋਵੇ ਸਰਦਾਰ ਫਲਾਣਾ ਪਤਾ ਨਹੀਂ ਅੱਗੇ ਕੀ ਲਾ ਕੇ ਫਿਰ ਸੰਤੋਖ ਸਿੰਘ ਜੀ ਫਲਾਣਾ ਬੜਾ ਕੁਝ ਲਾਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਖਲੋਤਾ ਕਹਿੰਦਾ ਮਰਦ ਗਰੀਬਾਂ ਦੇ ਕਿਹੜੇ ਨਾਮ ਹੁੰਦੇ ਆ ਮਹਾਰਾਜ ਹੱਸ ਕੇ ਕਹਿਣ ਲੱਗੇ ਨਹੀਂ ਫਿਰ ਵੀ ਤੇਰਾ ਕੁਝ ਮਾਪਿਆਂ ਨੇ ਨਾਂ ਰੱਖਿਆ ਹੋਵੇਗਾ ਇਹਨੇ ਕਿਹਾ ਮਹਾਰਾਜ ਮਾਪਿਆਂ ਨੇ ਮੇਰਾ ਨਾਮ ਰੱਖਿਆ ਹੰਸਰਾਮ ਪਰ ਸਾਰੇ ਮੈਨੂੰ ਹਾਂਸੂ ਹਾਂਸੂ ਕਹਿੰਦੇ ਆ ਕਿਸੇ ਨੇ ਮੈਨੂੰ ਹੰਸਰਾਮ ਨਹੀਂ ਕਿਹਾ ਮੈਂ ਗਰੀਬ ਆ ਨਾ ਸਾਰੇ ਮੈਨੂੰ ਹਾਂਸੂ ਹਾਂਸੂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਪਾਲ ਸਾਹਿਬ ਬਹੁਤ ਕੁਝ ਹੋਇਆ ਹੱਸ ਕੇ ਮਹਾਰਾਜ ਕਹਿੰਦਿਆ ਕਵੀ ਹੰਸਰਾਮ ਜੀ ਕੋਈ ਕਵਿਤਾ ਸੁਣਾਓ ਇਹ ਬੱਗਵਾਗ ਹੋ ਗਿਆ ਅੰਦਰੋਂ ਨਾਲੇ ਮੈਨੂੰ ਕਵੀ ਕਿਹਾ ਨਾਲੇ ਹੰਸਰਾਮ ਕਿਹਾ ਨਾਲੇ ਜੀ ਕਿਹਾ ਤੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਗਿਆ ਖਲੋ ਕੇ ਕਵਤਾ ਗਾਏ ਮਰਨੇ ਬਾਕੀ ਕਵੀ ਬਾਤੇ ਵੀ ਸਾਰੇ ਬਹਿ ਜੋ ਇਹ ਕੱਲਾ ਹੀ ਖਲੋ ਕੇ ਕਵਤਾ ਗਾਉਂਦਾ ਹੈ ਕਵਤਾ ਇੰਨੇ ਕੇ ਪਿਆਰ ਨਾਲ ਭਜ ਕੇ ਗਾਈ ਹੁਣ ਉਹ ਬਹੁਤ ਲਮੇਰੀ ਐ ਮੈਂ ਯਤਨ ਚਲੋ ਕਰਾਂ ਉਹਨੇ ਕਵਤਾ ਗਾਈ ਇੰਨੇ ਕੇ ਪਿਆਰ ਨਾਲ ਕਿ ਜਿਹੜੀ ਸੰਗਤ ਸੁਣਦੀ ਐ ਸਾਰਿਆਂ ਦੇ ਅੱਖਾਂ ਚੋਂ ਪਾਣੀ ਆ ਗਿਆ ਇਹ ਇਹ ਰੋ ਉਹ ਉਹ ਰੋਣਾ ਨਹੀਂ ਸੀ ਜਿਹੜਾ ਲੋਕੀ ਵਿਯੋਗ ਦਾ ਰੋਣਾ ਇਹ ਹੈ ਖੁਸ਼ੀ ਦੇ ਹੰਝੂ ਵੈਰਾਗ ਦੇ ਹੰਝੂ ਉਹ ਆਇਆ ਖੁਸ਼ੀ ਦਾ ਖੇੜਾ ਸਭ ਦੇ ਹਸਿਆਂ ਚਿਹਰਿਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਇੱਕ ਹੋਰ ਸੁਣਾ ਜਦੋਂ ਕਿ ਸਮਾਪਤ ਹੋ ਗਈ ਇਹਨੇ ਦੂਜਾ ਨਗਮਾ ਸੁਣਾਇਆ ਸਾਰੀ ਸੰਗਤ ਫਿਰ ਕਹੋ ਮਹਾਰਾਜ ਕਹਿੰਦੇ ਇੱਕ ਹੋਰ ਸੁਣਾ ਜਦੋਂ ਹੋਰ ਸੁਣਾਈ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਮੁਕਦੀਆਂ ਨਹੀਂ ਸੁਣਾਈ ਚੱਲ ਜਿੰਨਾ ਕਿ ਲਿਖਿਆ ਸੁਣਾਈ ਚੱਲ ਇਤਿਹਾਸਕਾਰ ਕਹਿੰਦੇ ਡੇਢ ਘੰਟਾ ਕਵੀ ਹੰਸ ਨਰਾਮ ਨੇ ਕਵਤਾਵਾਂ ਸੁਨਾਈਆਂ ਹਾਸ਼ਦਾਰੇ ਸਾਰੀ ਸੰਗਤ ਟਿੱਕੇ ਸੁਣੇ ਜਦੋਂ ਡੇਢ ਘੰਟੇ ਬਾਅਦ ਕਹਿੰਦੇ ਮਹਾਰਾਜ ਹੁਣ ਬਸ ਹੋ ਗਈ ਮੈਂ ਜਿੰਨਾ ਕਿ ਲਿਖਿਆ ਸੀ ਸੁਨਾਤਾ ਮਹਾਰਾਜ ਕਹਿੰਦਿਆ ਤੇਰੀ ਕਵਤਾ ਵਿੱਚ ਪਰਮਾਤਮਾ ਦੀ ਵੰਦਗੀ ਸੀ ਤੇਰੇ ਬੋਲਾਂ ਚ ਪਰਮਾਤਮਾ ਦਾ ਪਿਆਰ ਸੀ ਤੂੰ ਮੇਰੇ ਦਿਲ ਨੂੰ ਧੂਪ ਆਈ ਤੂੰ ਸਾਡੇ ਕੁਲ ਪ੍ਰਵਾਨ ਤੇ ਖਜ਼ਾਨਚੀ ਸੀ ਹ ਖਜ਼ਾਨਚੀ ਨੂੰ ਬੁਲਾਇਆ ਮਹਾਰਾਜ ਨੇ ਖਜ਼ਾਨਚੀ ਜੀ ਜਾਓ ਖਜ਼ਾਨੇ ਵਿੱਚ ਵੇਖ ਕੇ ਆਓ ਕਿੰਨਾ ਕ ਧਨ ਪਿਆ ਹੈ ਖਜ਼ਾਨਚੀ ਕਹਿੰਦਾ ਹੈ ਮਹਾਰਾਜ ਦੋ ਛੋੜੇ ਕਿਸਮੇ ਬਾਅਦ ਵਾਪਸ ਆ ਕੇ ਕਹਿੰਦਾ ਹੈ ਪਾਤਸ਼ਾ 18000 ਰਜਤਪਨ ਮੋਹਰਾਂ ਪਈਆਂ ਪ੍ਰਾਣੀ ਸਮੇਂ ਚ ਰਜਤਪਨ ਸ਼ਬਦ ਕਹਿੰਦੇ ਸੀ ਅੱਜ ਆਪਾਂ ਹਜ਼ਾਰਾਂ ਕਹਿੰਦੇ ਆ ਤੇ ਉਦੋਂ ਜੇ ਕਿਸੇ ਕੋਲ ਇੱਕ ਅੱਧੀ ਮੋਰੀ ਮੋਹਰ ਹੁੰਦੀ ਤੇ ਉਹ ਬਹੁਤ ਵੱਡਾ ਹੁੰਦਾ ਸੀ ਪਾਤਸ਼ਾ ਦੇ ਖਜ਼ਾਨੇ 'ਚ ਪੈਸਾ ਪਿਆ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜਿੰਨਾ ਵੀ ਪੈਸਾ ਪਿਆ ਹੈ ਨਾ ਖਜ਼ਾਨੇ ਚ ਧਨ ਪਿਆ ਸਾਰੀਆਂ ਮੋਹਰਾਂ ਬੋਰੀਆਂ ਚ ਭਰ ਲਓ ਤੇ ਲਿਆ ਕੇ ਕਵੀ ਹੰਸਰਾ ਨੂੰ ਦੇ ਦਿਓ ਤੇ ਇਸ ਧਿਆਨ ਨਾਲ ਸੁਣਿਓ ਜੀ ਠੀਕ ਹੈ ਬਹੁਤ سارے ਬੋਲ ਸੁਣਨ ਨੂੰ ਮਿਲੇ ਪੈਸਿਆਂ ਪਿੱਛੇ ਤੁਰੇ ਫਿਰਦੇ ਆ ਪਰ ਇੱਕ ਪੇਟਾ ਪ੍ਰੇਮ ਦੀ ਹੁੰਦੀ ਏ ਜਦੋਂ ਬੰਦਾ ਕੁਝ ਨਾਂ ਦਿੱਤਿਆਂ ਵੀ ਰੱਜ ਜਾਂਦਾ ਏ ਇੱਕ ਪੇਟਾ ਆ ਹੈ ਤੁਸੀਂ ਭਾਵੇਂ ਮੈਨੂੰ ਲੱਖ ਦੇ ਦਿਓ ਮੈਂ ਤਾਂ ਵੀ ਨਹੀਂ ਰੱਜਦਾ ਇਹ ਸਚਾਈ ਏ ਇਕ ਭੇਟਾ ਪ੍ਰੇਮ ਹੈ ਹੁਣ ਕਵੀ ਅਨਸਰਮ ਦੋਨੇ ਹੱਥੇ ਉੜ ਕੇ ਕਹਿੰਦਾ ਅੱਖਾਂ ਚ ਪਾਣੀ ਆ ਗਿਆ ਮਹਾਰਾਜ ਇੰਨਾ ਪੈਸਾ ਮੈਂ ਕੀ ਕਰਨਾ ਹੈ ਤੁਸੀਂ ਦੋ ਮੋਹਰੇ ਦੇ ਦਿਓ ਮੇਰੀ ਗਰੀਬੀ ਕੱਟੀ ਜਾਏਗੀ ਇੱਥੇ ਤੁਸੀਂ ਬਹੁਤ ਜ਼ਿਆਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਤੈਨੂੰ ਕੱਲ ਆਵਾਜ਼ ਸੁਣਾ ਸੁਣੀ ਸੀ ਨਾ ਤੂੰ ਤੈਨੂੰ ਸਿੰਘਾਂ ਨੇ ਕਿਹਾ ਸੀ ਤੂੰ ਗਰੀਬ ਹੈ ਤੂੰ ਮੰਗਤਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਤੈਨੂੰ ਗਰੀਬ ਨਹੀਂ ਰਹਿਣ ਦੇਣਾ ਤੈਨੂੰ ਰਾਜਾ ਬਣਾਉਣਾ ਹੈ ਇਨੂੰ ਰਾਜਾ ਬਣਾਉਣਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹ ਸਾਰਾ ਪੈਸਾ ਦਿੱਤਾ ਨਾਲੇ ਕਿਹਾ ਜਿਹੜਾ ਸਾਡੇ ਕੋਲ ਹਾਥੀ ਹੈ ਗਵਾਲੀਅਰ ਦੀ ਸੰਗਤ ਨੇ ਭੇਂਟ ਕੀਤਾ ਹੈ ਇਹ ਹਾਥੀ ਵੀ ਦਿਓ ਰਾਜੇ ਹਾਥੀਆਂ ਤੇ ਆਉਂਦੇ ਸੌਂਦੇ ਆ ਇਹਨੂੰ ਹਾਥੀ ਦਿਓ 11 ਸਿੰਘਾਂ ਦੀ ਡਿਊਟੀ ਲਈ ਮਹਾਰਾਜ ਨੇ ਬਾਣੇ ਪਹਿਨਨੇ ਹੋਏ ਸੀ ਨਗਾਰਾ ਰੱਖੋ ਘੋੜਿਆਂ ਤੇ ਨਗਾਰਾ ਬੰਨੋ ਇਸ ਕਵੀ ਹੰਸਰਾਮ ਜੀ ਨੂੰ ਇਹਦੇ ਘਰ ਤੱਕ ਛੱਡ ਕੇ ਆਓ ਤੇ ਐਸ ਢੰਗ ਨਾਲ ਜਾਓ ਜਿਵੇਂ ਕਿਸੇ ਰਾਜੇ ਦੀ ਸਵਾਰੀ ਲੰਘ ਰਹੀ ਏ ਤੇ ਮੈਂ ਬੇਨਤੀ ਜ਼ਰੂਰ ਕਰਾਂ ਨੈਣਾ ਦੇਵੀ ਦਾ ਪਹਾੜ ਟੱਪ ਦੇ ਅੱਗੇ ਕਹਿਲੂਰ ਦਾ ਇਲਾਕਾ ਹੁੰਦਾ ਹੈ ਤੇ ਇਤਿਹਾਸ ਕਰ ਕਹਿੰਦੇ ਇਹ ਉੱਥੋਂ ਦਾ ਰਹਿਣ ਵਾਲਾ ਸੀ ਤੇ ਉਸ ਇਲਾਕੇ ਦਾ ਰਾਜਾ ਸੀ ਇਹ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਆਇਆ ਹੈ ਤੇ ਕੁਝ ਇਤਿਹਾਸ ਕਰ ਇਹ ਵੀ ਕਹਿੰਦੇ ਆ ਵੀ ਜਿਹੜਾ ਕਵੀ ਹੰਸਰਾਮ ਸੀ ਇਹ ਬਹੁਤ ਵਾਰੀ ਇਸ ਰਾਜੇ ਦੇ ਦਰਬਾਰ ਵਿੱਚ ਜਾ ਕੇ ਕਵਿਤਾ ਗਾ ਚੁੱਕਿਆ ਸੀ ਪਰ ਰਾਜਾ ਉਹੀ ਕਵਤਾ ਤੇ ਖੁਸ਼ ਹੁੰਦਾ ਸੀ ਜੀਹਦੇ ਵਿੱਚ ਰਾਜੇ ਦੀ ਵਡਿਆਈ ਹੁੰਦੀ ਸੀ ਕਵੀ ਹੰਸਰਾਮ ਦੀਆਂ ਕਵਤਾਵਾਂ ਦੇ ਵਿੱਚ ਰੱਬ ਦੀ ਵਡਿਆਈ ਸੀ ਰੱਬ ਦੀ ਵਡਿਆਈ ਤੋਂ ਬੰਦਾ ਖੁਸ਼ ਹੀ ਨਹੀਂ ਹੁੰਦਾ ਉਹ ਤੇ ਰੱਬ ਕੁਝ ਹੁੰਦਾ ਬੰਦਾ ਨਹੀਂ ਕੁਝ ਹੁੰਦਾ ਕਵੀ ਹੰਸਰਾਮ ਹਾਥੀ ਤੇ ਸਵਾਰ ਹੈ ਤੇ ਅੱਗੇ ਘੋੜੇ ਨੇ ਨਗਾਰਾ ਵੱਜਦਾ ਜਾਂਦਾ ਜਦੋਂ ਉਹ ਅੱਗੇ ਲੰਘੇ ਉਸ ਦੇ ਇਲਾਕੇ ਆਇਆ ਉਹ ਰਾਜਾ ਸ਼ਿਕਾਰ ਖੇਡਣ ਆਇਆ ਸੀ ਰਾਜੇ ਨੂੰ ਦੂਰੋਂ ਆਵਾਜ਼ ਸੁਣੀ ਵੀ ਹਾਥੀ ਆਉਂਦਾ ਘੋੜੇ ਇੰਕੜੇ ਆਉਂਦੇ ਆ نگارہ ਵੱਜਦਾ ہے لگدا ہے کہندا کوئی راجا ਲੰਘ ਰਿਹਾ ਮੇਰੀ रियासत ਚੋਂ ਮੇਰੇ ਇਲਾਕੇ ਚੋਂ ਕੋਈ ਰਾਜਾ ਲੰਘ ਰਿਹਾ ਹੈ ਕਹਿਣ ਲੱਗਾ ਜਰੂਰ ਮਿਲ ਕੇ ਆਵਾਂ ਕੋਲ ਗਿਆ ਰਾਜਾ ਘੋੜੇ ਤੇ ਸਵਾਰ ਹੋ ਕੇ ਭਜਾ ਕੇ ਘੋੜਾ ਕੋਲ ਲੈ ਗਿਆ ਸਾਹਮਣੇ ਘੋੜਾ ਠੱਲਿਆ ਤੇ ਹੀਠਾਂ ਉਤਰਿਆ ਉਤਰ ਕੇ ਹੱਥ ਬੰਨ੍ਹ ਕੇ ਕਹਿੰਦਾ ਜੀ ਕਿਹੜੀ रियासत ਦੇ ਰਾਜੇ ਹੋ ਕਵੀ ਅਨਸਰਮ ਬੋਲ ਨਹੀਂ ਲੱਗਿਆ ਤੇ ਸਿੰਘ ਕਹਿਣ ਲੱਗਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਕਵੀ ਨੇ ਤੇ ਮੈਂ ਇੱਕ ਬੇਨਤੀ ਜਰੂਰ ਕਰਾਂ ਚਲੋ ਮੈਂ ਇਹ ਨਹੀਂ ਵੀ ਮੈਂ ਆਪਰਚਾਰ ਕਰਾਂ ਮੈਂ ਇਸ ਸਮੁੱਚਤਾ ਦੇ ਵਿੱਚ ਬੇਨਤੀ ਕਰਨੀ ਚਾਹੁੰਨਾ ਗੁਰਮਖੋ ਆਪੋ ਆਪਣੇ ਕਰਮ ਹੁੰਦੇ ਆ ਐਵੇਂ ਅਸੀਂ ਕਿਸੇ ਬਾਰੇ ਗੱਲਾਂ ਨਾ ਕਰੀਏ ਫਲਾਣਾ ਬਾਬਾ ਇੰਨਾ ਪੈਸਾ ਤੇ ਇੰਨੀ ਵੱਡੀ ਗੱਡੀ ਐਡੀ ਕੋਠੀ ਜਿੰਨਾ ਸਿੱਖਾਂ ਕੋਲ ਪੈਸਾ ਹੋਏਗਾ ਸੋਭਾ ਗੁਰੂ ਗ੍ਰੰਥ ਸਾਹਿਬ ਦੀ ਹੋਏਗੀ ਚਿੱਤੇ ਰੱਖਿਓ ਇਹ ਸ਼ਬਦ ਜਿੰਨਾ ਸਿੱਖਾਂ ਕੋਲ ਰਾਜ ਹੋਏਗਾ ਜਿਵੇਂ ਚਲੋ ਆਪਾਂ ਉਹ ਨਹੀਂ ਵੀ ਮੈਂ ਕਿਸੇ ਵੋਟਾਂ ਵਾਲੀ ਪਾਰਟੀ ਚ ਜਿਵੇਂ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ ਤੇ ਚੇਤੇ ਰੱਖਿਓ ਇਹ ਤੇ ਹੁੰਦਾ ਸੀ ਵੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਿੱਖਾਂ ਦਾ ਸਿੱਖ ਇੱਕ ਸਰਦਾਰ ਪ੍ਰਧਾਨ ਮੰਤਰੀ ਇਹ ਹੁੰਦਾ ਸੀ ਨਾ ਮਨ 'ਚ ਤੇ ਇਹ ਚੇਤੇ ਰੱਖਿਓ ਜਦੋਂ ਕਿਸੇ ਕੋਲ ਹੋਵੇ ਤੇ ਸੜਿਆ ਨਾ ਸੜੀਦਾ ਨਹੀਂ ਹੁੰਦਾ ਇਹ ਕੋ ਮਹਾਰਾਜ ਜਿੰਨਾ ਇਹਨੂੰ ਦਿੱਤਾ ਦੁੱਗਣਾ ਮੈਨੂੰ ਦੇ ਦੇ ਇਹ ਅਰਦਾਸਾਂ ਕਰਿਆ ਕਰੀ ਖੈਰ ਖੈਰ ਮੈਂ ਬੇਨਤੀ ਕਰਾਂ ਉਹ ਉਹ ਰਾਜਾ ਕਹਿੰਦਾ ਜੀ ਕਿਹੜੀ ਰਾਸ ਦੇ ਰਾਜੇ ਹੋ ਸਿੰਘ ਕਹਿੰਦਾ ਇਹ ਰਾਜਾ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਦਾ ਕਵੀ ਮਰਨ ਬਖਸ਼ਿਸ਼ ਕੀਤੀ ਮੈਂ ਤੇ ਉਤੋਂ ਅੱਗੇ ਲੈ ਗਿਆ ਸੀ ਕਿ ਨਿਚ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਉਹ ਐਸੀ ਕਿਰਪਾ ਰਹਿਮਤ ਵਰਤਾ ਦਿੰਦਾ ਜਦੋਂ ਨਿਮਾਣੇ ਨੂੰ ਵੀ ਮਾਣ ਬਖਸ਼ ਦਿੰਦਾ ਹੈ ਤੇ ਇਹ ਸਾਡੇ ਪਾਤਸ਼ਾਹਾਂ ਦੀਆਂ ਤੇ ਖਾਸੀਤਾਂ ਰਹੀਆਂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ 12 ਨਾਵਾਂ ਨਾਲ 12 ਨਾਵਾਂ ਨਾਲ ਨਿਵਾਜਿਆ ਸੀ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਨਿਧਰਿਆਂ ਦੀ ਤਿਰਨ ਗੱਤਿਆਂ ਦੀ ਗਤ ਨਿਪੱਤਿਆਂ ਦੀ ਪਤ ਇਹੋ ਜੇ 12 ਨਾਮਾਂ ਨਾਲ ਇੱਥੇ ਜੋ ਆਉਂਦਾ ਉਹਨੂੰ ਮਾਨ ਮਿਲਦਾ ਹੈ ਤਾਣ ਮਿਲਦਾ ਹੈ ਸਨਮਾਨ ਮਿਲਦਾ ਹੈ ਜ਼ਰੂਰ ਅਸੀਂ ਯਤਨ ਕਰੀਏ ਇਸ ਗੁਰੂ ਜੀ ਦੇ ਸਿੱਖ ਬਣ ਜਾਈਏ ਇਹ ਥੋੜੀ ਜੀ ਪਰਿਭਾਸ਼ਾ ਸੀ ਮੈਂ ਖੁੱਲ ਕੇ ਨਹੀਂ ਕਹਿ ਸਕਿਆ ਕਿਉਂਕਿ ਦਾਇਰਾ ਸੀ ਦਾਇਰਾ ਸੀ ਪੈ ਆਉਂਦਾ ਤੇ ਮੇਰਾ ਫਰਜ਼ ਬਣਦਾ ਜਿੰਨਾ ਮਿਲਿਆ ਮੈਂ 2-3 ਮਿੰਟ ਸੈਕਟਰੀ ਨੂੰ ਛੱਡਾਂ ਇਹ ਚਾਹੀਦਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਰਹਿਮਤ ਕਰਨ ਐਨੀਕ ਬੇਨਤੀ ਪ੍ਰਵਾਨ ਕਰਨੀ ਜਿੰਨੀ ਆਪ ਸੰਗਤ ਨੇ ਟਿਕਾ ਬਣਾ ਕੇ ਸੁਣਿਆ ਜਰੂਰ ਜਿੰਨਾ ਸਮਝ ਪਿਆ ਹੋਵੇ ਤੇ ਮੰਨਣ ਵਾਲੇ ਪਾਸੇ ਆਇਓ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਸੰਗਤਾਂ ਦਾ ਧੰਨਵਾਦ ਜਿੰਨੇ ਵੀ ਮਹਾਂਪੁਰਖ ਸੰਤ ਪਹੁੰਚਿਆ ਸਭ ਦਾ ਧੰਨਵਾਦ ਬਾਬਾ ਜੀ ਬੈਠਿਆ ਤਿਨਾਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਦੀ ਮਿਹਰ ਸਦਕਾ ਇੰਨਾ ਕ ਸਮਾਂ ਵਿਚਾਰ ਪਾਏ ਕੋ ਚੰਗਾ ਲੱਗਿਆ ਤੇ ਮਨ ਲੈਣਾ ਜੀ ਨਾ ਚੰਗਾ ਲੱਗਾ ਮੇਰੀ ਗਲਤੀ ਜਾਣ ਕੇ ਖਿਮਾ ਕਰਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਜੀ ਦਾ ਜਿਵੇਂ ਇਹਨਾਂ ਨੇ ਦੱਸਿਆ ਇਹਨਾ ਸਤਿਗੁਰਾਂ ਨੇ ਕਿਹਾ ਸੀ ਬਿਨਾਂ ਸ੍ਰਾਮ ਨੂੰ ਹਟਾਉਣ ਨੂੰ ਜੀ ਨਹੀਂ ਕਰਦਾ ਸੀ ਜੀ ਸਾਡਾ ਵੀ ਨਹੀਂ ਕਰਦਾ ਸੀ ਪਰ ਮਜਬੂਰੀ ਹੈ ਉਹਨਾਂ ਕਜਥੇ ਹੋਰ ਵੀ ਆਏ ਨੇ ਸੋ ਬਹੁਤ ਬਹੁਤ ਰਵਾਜ ਨੇ ਥੋੜੇ ਟਾਈਮ ਦੇ ਵਿੱਚ ਹੀ ਸੰਗਤਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਮਠਾਸ ਦੇ ਨਾਲ ਧਿਆਨ ਸੁਣਾਇਆ ਮੇਰਾ ਖਿਆਲ ਸੰਗਤਾਂ ਨੇ ਗ੍ਰਹਿਣ ਵੀ ਕੀਤਾ ਬੜਾ ਪ੍ਰੇਮ ਨਾਲ ਸੁਣਿਆ ਸੰਗਤ ਵੱਲੋਂ ਭਾਈ ਸਾਹਿਬ ਦਾ ਧੰਨਵਾਦ ਹੁਣ ਆਪ ਜੀ ਨੂੰ ਤਕਰੀਬਨ 20 ਮਿੰਟ ਹੋ ਗਏ ਨੇ 40 45 ਮਿੰਟ ਬਾਬਾ ਬਲਵਿੰਦਰ ਸਿੰਘ ਜੀ ਖੜਿਆਲ ਵਾਲੇ ਉਹ ਗੁਰੂ ਇਤਿਹਾਸ ਸੁਣਾਉਣਗੇ ਇਹਨਾਂ ਤੋਂ ਬਾਅਦ